मन कर रहा है। ये रीत आज भी वो मुंडा उठी खड़ा है कई दिन तो नोट कर रही है मैं उन्हें चला गया मैं नहीं लगता तेरे को प्यार कर दे तो कर दे ना ये हाँ अमन मैं किसी ने प्यार प्यूर नहीं करनी तेरे को पता मेरे घर दे मैंने जान तो मार देंगे ले कि मैं मार देंगे ना ले जी मेरे घर दे ने पता लग गया ना पता मैंने जान तो ही मार देंगे ਜਾਣੀ ਕਿਧਰੇ ਨੀ ਤੇਰੇ ਘਰੇ ਪਤਾ ਲੱਗਦਾ ਕਰਦੇ ਹਾਂ ਵਿਚਾਰੇ ਨੂੰ ਹਜੇ ਵੀ ਨਾ ਦੇਖੀ ਜਾ ਰਿਹਾ ਦੇਖ ਪਿੱਛੇ ਮੁੜ ਕੇ ਨਾਲੇ ਮੁੰਡਾ ਤਾਂ ਦੇਖ ਲੈ ਕਿੰਨਾ ਸੋਹਣਾ ਹੈਗਾ ਮੈਨੂੰ ਤਾਂ ਕੋਈ ਸੋਹਣਾ ਨਹੀਂ ਲੱਗਦਾ ਨਾਲੇ ਜੇ ਤੈਨੂੰ ਸੋਹਣਾ ਲੱਗਦਾ ਨਾ ਤੂੰ ਹੀ ਕਰ ਲਾ ਉਹਦੇ ਨਾਲ ਪਿਆਰ ਹਾਏ ਮੇਰੇ ਵੱਲ ਤਾਂ ਉਹ ਦੇਖਦੇ ਹੀ ਨਹੀਂ ਤੂੰ ਦਿਲ ਦੀ ਗੱਲ ਕਰਦੀ ਮੈਂ ਤਾਂ ਜਾਣ ਦੇ ਦਾਂ ਮੇਰੇ ਵੱਲ ਤਾਂ ਉਹ ਦੇਖਦਾ ਨਹੀਂ ਪਰ ਦਿਲ ਤਾਂ ਉਹਦਾ ਤੇਰੇ ਤੇ ਆਇਆ ਹੋਇਆ ਦੀਦੀ ਤੁਸੀਂ ਪਾਗਲ ਹੋਏ ਹੋ ਇੱਕ ਪਿੰਡ ਦੇ ਮੁੰਡਾ ਕੁੜੀ ਕਿਵੇਂ ਪਿਆਰ ਕਰ ਸਕਦੇ ਨੇ ਐ ਨਹੀਂ ਹੋ ਸਕਦਾ ਨਹੀਂ ਹੋ ਕਿਉਂ ਨਹੀਂ ਸਕਦਾ ਨਾਲੇ ਉਹ ਕਿਹੜਾ ਆਪਣੀ ਪਿੰਡ ਦਾ ਹੈਗਾ ਉਹ ਤਾਂ ਬਾਹਰੋਂ ਆ ਕੇ ਰਹਿਣ ਲੱਗੇ ਨੇ ਇੱਥੇ ਓਹੋ ਚਲੋ ਜੀ ਚੱਲੀਏ ਚਾਹੇ ਪਿੰਡ ਦਾ ਚਾਹੇ ਬਾਹਰੋਂ ਆ ਕੇ ਰਹਿਣ ਲੱਗਿਆ ਹੈ ਤਾਂ ਪਿੰਡ 'ਚ ਹੀ ਨਾ ਚੰਗਾ ਨਹੀਂ ਲੱਗਦਾ ਐਵੇਂ ਚਲ ਚੰਗਾ ਬਾਏ 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 ਮੇਰੀ ਗੱਲ ਸੁਣੋ ਜੀ ਤਰੀਤ ਵੀ ਆਉਣ ਵਾਲੀ ਹੈ ਤੇ ਮੈਂ ਐਂ ਕਹਿੰਦੇ ਰੀਤ ਵਾਸਤੇ ਕੋਈ ਨਾ ਮੁੰਡਾ ਲੱਭੋ ਮੁੰਡਾ ਤਾਂ ਲੱਭ ਲਈਏ ਜਿਵੇਂ ਕੋਈ ਆਪਣਾ ਖਾਨਦਾਨ ਹੈ ਜੇ ਰਿਸ਼ਤਾ ਮਿਲ ਜੇ ਨਾ ਫਿਰ ਆਪਾਂ ਫਿਰ ਹੀ ਲੁਟਾਓ ਬਾਪੂ ਮੈਂ ਨਹੀਂ ਹਲੇ ਕਰਾਉਣਾ ਵਿਆਹ ਵੀ ਲੈ ਕਿਉਂ ਪੁੱਤ ਟਾਈਮ ਤਾਂ ਹੋਇਆ ਹੀ ਪਿਆ ਹੁਣ ਵਿਆਹਣ ਯੋਗ ਹੋ ਰਹੀ ਹੈ ਤੂੰ ਬੇਬੇ ਅਜੇ ਮੈਂ ਪਲੱਸ ਟੂ ਚਾ ਹੁਣ ਹੀ ਮੇਰਾ ਵਿਆਹ ਕਰ ਦੋਗੇ ਉਹ ਪੁੱਤ ਇਹ ਵਿਆਹ ਕੋਈ ਐ ਨਹੀਂ ਹੁੰਦਾ ਵੀ ਆਪਾਂ ਜੇ ਅੱਜ ਵਿਆਹ ਦੀ ਗੱਲ ਕਰਦੀ ਅੱਜੇ ਹੋ ਜਾਊਗਾ ਬਸ ਮੈਂ ਨਹੀਂ ਕਰਾਉਣਾ ਨਹੀਂ ਪੁੱਤ ਉਹ ਤਾਂ ਤੇਰੀ ਗੱਲ ਠੀਕ ਹੈ ਹਰ ਇੱਕ ਲੜਕੀ ਇਹ ਕਹਿੰਦੀ ਵੀ ਮੈਂ ਨਹੀਂ ਕਰਾਉਣਾ ਪਰ ਧੀਆਂ ਦਾ ਨਾ ਵਿਆਹ ਪੁੱਤ ਕਰਨਾ ਪੈਂਦਾ ਅਸੀਂ ਤਾਂ ਐ ਗੱਲ ਕਰਦੇ ਸੀ ਵੀ ਕੋਈ ਚੰਗਾ ਆਪਣੇ ਵਾਂਗੂ ਖਾਨਦਾਨ ਸ਼ਰੀਫ ਮਿਲ ਜੇ ਚੰਗੀ ਜ਼ਮੀਨ ਮਿਲ ਜੇ ਉਹੀ ਤਾਂ ਜਾਂ ਕੋਈ ਜੌਬ ਕਰਦਾ ਹੋਵੇ ਮੁੰਡਾ ਹੈ ਅਸੀਂ ਤਾਂ ਐ ਰਹਿ ਕਰਦੇ ਪੁੱਤ ਕਰਾਂਗੇ ਤਾਂ ਤੇਰੀ ਰਾਜਾਮੰਦੀ ਨਾਲ ਹੀ ਮੰਮੀ ਮੈਂ ਨਹੀਂ ਅਜੇ ਵਿਆਹ ਵੀ ਕਰਾਉਣਾ ਵੀਰੇ ਦਾ ਕਰ ਦੋ ਲੈ ਕਿ ਵਿਆਹ ਨਹੀਂ ਕਰਾਉਣਾ ਵਿਆਹ ਤਾਂ ਖੈਰ ਕਰਨਾ ਹੀ ਹੈ ਤੇਰਾ ਵਿਆਹ ਕਰਕੇ ਫਿਰ ਮੁੰਡੇ ਦਾ ਕਰਨਾ ਹੈਗਾ ਅਖੇ ਮੈਂ ਵਿਆਹ ਨਹੀਂ ਕਰਾਉਣਾ ਇਹ ਕੀ ਗੱਲ ਹੋਈ ਮੈਂ ਨਹੀਂ ਕਰਾਉਣਾ ਮੈਂ ਅਜੇ ਕਾਲਜ 'ਚ ਪੜ੍ਹਨਾ ਹੈ ਪੁੱਤ ਤੇਰੀ ਪੜ੍ਹਨ ਦੀ ਗੱਲ ਤਾਂ ਠੀਕ ਹੈ ਇਹ ਤੇਰੀ ਬੀਬੀ ਤਾਂ ਆਏ ਰਹੀ ਹੈ ਵੀ ਤੇਰਾ ਵਿਆਹ ਕਰਕੇ ਉਹਦਾ ਤੇਰੇ ਵੀਰੇ ਦਾ ਵੀ ਕਰਨਾ ਆਹ ਗੱਲ ਕਰਦੀ ਹੈ ਉਹੀ ਤਾਂ ਗੱਲ ਹੈ ਫਿਰ ਪਹਿਲਾਂ ਵੀਰੇ ਦਾ ਕਰ ਦੋ ਤੇਰਾ ਕਰਨਾ ਪਹਿਲਾਂ ਉਹ ਤੇਰੇ ਨਾਲ ਛੋਟਾ ਹੀ ਹੈ ਚਲ ਕੋਈ ਗੱਲ ਨਹੀਂ ਚਲ ਸੋਚ ਲਾਂਗੇ ਪੁੱਤ ਕੋਈ ਗੱਲ ਨਹੀਂ ਹਾਲ ਤਾਂ ਗੱਲਾਂ ਹੀ ਕਰਦੇ ਹਾਂ ਆਪਾਂ ਉਹਦੇ ਬਾਰੇ ਵੀ ਕੋਈ ਰਿਸ਼ਤੇ ਦੀ ਗੱਲ ਚੱਲੂ ਤੇਰੇ ਵਾਸਤੇ ਚੰਗਾ ਰਿਸ਼ਤਾ ਭਾਲਦੇ ਹਾਂ ਆਹ ਗੱਲਾਂ ਕਰੀ ਜਾਂਦੇ ਮੈਂ ਹੀ ਕਰਾਉਂਦੀ ਚਲ ਜਾ ਕੇ ਚੰਗਾ ਚਾਹ ਪਾਣੀ ਪੀ ਲਾ ਬਣਾਈ ਪੀ ਜਾ ਮੈਂ ਰੋਟੀ ਖਾ ਲਈ ਲੈ ਦੇਖ ਲੈ ਕੋਈ ਉਹ ਤਾਂ ਤੇਰੀ ਗੱਲ ਤਾਂ ਠੀਕ ਹੈ ਉਹ ਹੁਣ ਕਾਲਜ ਤੋਂ ਆਈ ਉਹਨੂੰ ਚਾਹ ਪਾਣੀ ਤਾਂ ਪੀ ਲਿਆ ਕਰਨ ਦੇ ਉਹਦੇ ਨੂੰ ਆਪਾਂ ਤਾਂ ਗੱਲਾਂ ਕਹੋ ਕੁਦਰਤੀ ਉੱਤੇ ਆ ਗਈ ਪਰ ਉਹ ਉੱਤੇ ਆ ਗਈ ਉਹੀ ਤਾਂ ਗੱਲ ਹੈ ਆਪਾਂ ਤਾਂ ਗੱਲ ਕਰਨੀ ਹੈ ਘਰੇ ਚੱਲ ਕੋਈ ਨਹੀਂ ਅੱਜ ਕੱਲ੍ਹ ਜਵਾਬ ਕਹਿੰਦੇ ਹੁੰਦੇ ਨੇ ਮੈਂ ਹਲੇ ਹੋਰ ਪੜ੍ਹਨਾ ਜੇ ਪੜ੍ਹ ਲਿਖ ਲੂਗੀ ਹੋਰ ਆਪਾਂ ਨੂੰ ਤਾਂ ਫਾਇਦਾ ਹੀ ਹੈ ਕਿ ਕੋਈ ਨੌਕਰੀ ਮਿਲ ਜੂ ਵਧੀਆ ਉਹ ਤਾਂ ਗੱਲ ਤੁਹਾਡੀ ਠੀਕ ਹੈ ਹਾਂ ਠੀਕ ਹੈ ਮੈਨੂੰ ਤਾਂ ਲੱਗਦਾ ਵੀ ਨਾ ਮੰਮੀ ਡੈਡੀ ਮੈਨੂੰ ਜਮੀ ਪਿਆਰ ਨਹੀਂ ਕਰਦੇ ਹਜੇ ਮੇਰੀ ਪੜ੍ਹਾਈ ਵੀ ਨਹੀਂ ਪੂਰੀ ਹੋਈ ਪਹਿਲਾਂ ਹੀ ਵਿਆਹ ਦੀਆਂ ਗੱਲਾਂ ਸ਼ੁਰੂ ਕਰ ਲਈਆਂ ਮੈਂ ਗੱਲ ਸੁਣਾਂ ਮੈਨੂੰ ਤਾਂ ਲੱਗਦਾ ਨਾ ਜੇ ਬਸ ਮੈਨੂੰ ਇਕੱਲਾ ਰਵੀ ਹੀ ਪਿਆਰ ਕਰਦਾ ਦੋ ਮਹੀਨੇ ਹੋ ਗਏ ਮੇਰੇ ਪਿੱਛੇ ਫਿਰਦੇ ਨਾ ਕਿਸੇ ਹੋਰ ਵੱਲ ਦੇਖਦਾ ਵੀ ਨਹੀਂ ਹੈਗਾ ਗੱਲ ਸੁਣ ਪੁੱਤ
ਸਿੰਪਲ ਜਾਇਆ ਕਰ, ਸਿੰਪਲ ਸਿਰ ਬਾਹ ਕੇ ਸਕੂਲ ਜਾਇਆ ਕਰ, ਆਏ ਨਾ ਜਾਇਆ ਕਰ, ਟੋਰ ਜੀ ਕੱਢ ਕੇ ਟਾਈਮ ਮਾੜਾ ਪੁੱਤ ਤਾਂ ਕਹੀ ਨੀ ਆ, ਤੇ ਨਾਲੇ ਆ ਕੁਛ ਪਾ ਲਾ, ਠੰਡ ਲੱਗ ਜੂ। ਬਸ ਬੇਬੇ ਅੱਜ ਨੀ ਮੈਂ ਪਾਉਣਾ। ਕਿਉਂ ਫਿਰ ਠੰਡ ਲੱਗ ਗਈ, ਮੂੰਹ ਢੱਡ ਕੇ ਪੈ ਜੀ ਮੇਰੀ ਜਾਨ ਨੂੰ ਸਿਆਪਾ ਕਰੇਂਗੀ ਫਿਰ। ਨਹੀਂ ਪੈਂਦੀ, ਕੱਲ ਪਾ ਕੇ ਗਈ ਸੀ ਉਹ, ਮੈਂ ਹੁਣ ਮੈਂ ਰੋਜ਼ ਰੋਜ਼ ਇੱਕੋ ਹੀ ਪਾਈ ਜਾ ਕਰਾਂ ਜਾਕਟ ਜੀ, ਹੋਰ ਲਿਆ ਕੇ ਦੇ ਨਾਲੇ। ਹੋਰ ਹੈ ਨੀ ਤੇਰੇ ਕੋਈ ਹੁਣ? ਦੇਖ ਲਓ ਮਾੜੀ ਜਿਹੀ ਚੀਜ਼ ਦੋ ਚਾਰ ਵਾਰੀ ਧੋ ਦਿਓ, ਉਹੀ ਇਹਦੀ ਪੁਰਾਣੀ ਹੋ ਜਾਂਦੀ, ਇਹ ਤਾਂ ਮੈਂ ਪਾਉਣੀ ਨੀ, ਰੋਜ਼ ਨਵੀਂ ਮੈਂ ਕਿੱਥੋਂ ਲੈ ਲੈਂਦਾ ਮੈਂ ਤੈਨੂੰ। ਚੱਲ ਚੰਗਾ ਬੇਬੇ, ਅੱਜ ਤਾਂ ਉਹਦੀ ਕੱਲ ਨੂੰ ਪਾ ਜੂੰਗਾ, ਅੱਜ ਤਾਂ ਮੈਂ ਆਈ ਜਾਊਂ ਬਸ। ਆਈ ਨਾ ਆਏਗੀ, ਦੇਖ ਲਾ ਇੰਨੀ ਠੰਡ ਹੈ। ਇੰਨੀ ਕਿੱਥੇ ਠੰਡ ਆ, ਮੈਂ ਤਾਂ ਦੇਖ ਲਾ ਪਾਈ ਖੜੀ ਹਾਂ, ਹੁਣ ਬੁੜੀ ਹੋ ਗਈ ਬੇਬੇ। ਚੱਲ ਚੰਗਾ, ਆਖੇ ਲੱਗ ਜਾ, ਬਗ ਜਾ, ਟਾਈਮ ਨਾਲ ਆਈ। ਠੀਕ ਆ, ਬੈਗ ਤਾਂ ਚੱਕ ਲਾ। ਬੈਗ ਤਾਂ ਹੁਣ ਚੱਕਣੇ, ਔਰ ਮੈਂ ਜਾਊਂਗੀ ਮਗਰ ਲੈ ਕੇ। ਲੈ ਹਜੇ ਤੱਕ ਨਹੀਂ ਆਏਗੀ, ਪਤਾ ਨਹੀਂ ਕਦੋਂ ਆਊਗੀ ਹੁਣ। ਕਿਵੇਂ ਦੀਦੀ? ਵਧੀਆ ਠੀਕ ਠਾਕ, ਤੂੰ ਸੁਣਾ ਕੀ ਹਾਲ ਹੈ ਤੇਰਾ? ਵਧੀਆ। ਅੱਜ ਤਾਂ ਬੜੀ ਟੌਰ ਸੌਰ ਜੀ ਕੱਢੀ ਹੋਈ ਹੈ ਤੇਰੀ, ਕਿਤੇ ਰਵੀ ਨੇ ਪ੍ਰਪੋਜ਼ ਤਾਂ ਨਹੀਂ ਕਰਤਾ? ਮੈਂ ਤਾਂ ਨਾ ਤੁਹਾਨੂੰ ਦੱਸਣ ਹੀ ਲੱਗੀ ਸੀ, ਤੁਸੀਂ ਤਾਂ ਪਹਿਲੀ ਬੁੱਝ ਗਏ, ਚਲੋ ਆਜੋ ਨਾਲੇ ਛੇਤੀ ਛੇਤੀ ਚੱਲੀਏ। ਆਹੋ ਮੈਨੂੰ ਤਾਂ ਪਤਾ ਹੀ ਸੀਗਾ ਵੀ ਹਾਂ ਤਾਂ ਕਰ ਹੀ ਦੇਣੀ ਹੈਗੀ, ਨਾਲੇ ਕਿਧਰੇ ਨੀ ਛੇਤੀ ਛੇਤੀ, ਰਵੀ ਕਰ ਲੂਗਾ ਵੇਟ, ਕਿਉਂ ਇੰਨੀ ਕਾਲ ਕਰਦੀ ਹੈਗੀ, ਇੱਥੇ ਖੜਾ ਹੋਣਾ ਨਲਕੇ ਜੇ ਕੋਲੇ ਮੋੜ ਤੇ। ਨਹੀਂ ਦੀਦੀ, ਅੱਜ ਉਹ ਇੱਥੇ ਨੀ, ਅੱਜ ਉਹ ਕਿਤੇ ਹੋਰ ਮਿਲੂਗਾ। ਕਿਉਂ ਸਕੂਲ ਨਹੀਂ ਜਾਣਾ? ਸਕੂਲ ਤਾਂ ਨਹੀਂ, ਅੱਜ ਆਪਾਂ ਸਕੂਲ ਨਹੀਂ ਜਾਣਾ, ਅੱਜ ਨਾ ਰਵੀ ਕਿਤੇ ਵੇਟ ਕਰ ਰਿਹਾ, ਆਪਾਂ ਕੁਛ ਖਾ ਪੀ ਕੇ ਆਉਂਦੇ ਆ। ਤੇ ਸਕੂਲ? ਦੀਦੀ ਤੁਸੀਂ ਆਪੇ ਬਹਾਨਾ ਲਾ ਦਿਓ ਕੋਈ, ਆ ਜਾਓ। ਚਲੋ ਚੱਲ ਠੀਕ ਹੈ ਦੀਦੀ, ਬਾਏ ਬਾਏ ਬਾਏ, ਧਿਆਨ ਨਾਲ ਆ ਜੀ ਨਾਲੇ। ਠੀਕ ਹੈ ਦੀਦੀ, ਟਾਈਮ ਤੇ ਆ ਜਾਓ। ਕਿੰਨਾ ਟਾਈਮ ਹੋਇਆ ਹਜੇ ਤੱਕ ਨਹੀਂ, ਦੇਖ ਵੀ ਨਾ ਲਵੇ, ਉਹ ਆ ਗਈ ਵੇ। ਚੱਲ ਯਾਰ ਠੀਕ ਹੈ, ਛੱਡਤਾ ਸੀ ਮੈਨੂੰ। ਹੋਰ ਮੰਗਵਾਵਾਂ ਕੁਛ ਖਾਣ ਨੂੰ? ਨਹੀਂ ਨਹੀਂ ਰਵੀ, ਕਾਫੀ ਪੀ ਤਾਂ ਲਈ, ਨਾਲੇ ਮੈਂ ਰੋਟੀ ਖਾ ਕੇ ਆਈ ਸੀਗੀ ਸਵੇਰੇ। ਅੱਛਾ, ਤੇ ਸਕੂਲ 'ਚ ਫਿਰ ਕਿਵੇਂ? ਸਕੂਲ 'ਚ ਦੀਦੀ ਨਾ ਸਕੂਲ 'ਚ ਹੀ ਕੰਮ ਕਰਦੇ ਨੇ, ਜਿਹੜੀ ਤੇਰੇ ਨਾਲ ਹੁੰਦੀ ਆ। ਅੱਛਾ, ਮੈਂ ਉਹਨਾਂ ਨੂੰ ਐਪਲੀਕੇਸ਼ਨ ਦੇ ਦਿੱਤੀ ਸੀਗੀ, ਉਹ ਆਪੇ ਸਾਂਭ ਲੈਣਗੇ। ਠੀਕ ਹੈ ਚੱਲ ਯਾਰ, ਮੈਨੂੰ ਨਾ ਹਜੇ ਵੀ ਯਕੀਨ ਨਹੀਂ ਹੁੰਦਾ ਵੀ ਤੂੰ ਮੈਨੂੰ ਹਾਂ ਕਰਤੀ। ਇੰਨੇ ਦਿਨ ਤਾਂ ਹੋ ਗਏ ਸੀਗੇ ਤੈਨੂੰ ਮੇਰੇ ਪਿੱਛੇ ਫਿਰਦੇ ਨੂੰ, ਮੈਂ ਸੋਚਿਆ ਚੱਲ ਹਾਂ ਕਰ ਹੀ ਦਿੰਦੀ ਹਾਂ, ਨਾਲੇ ਮੈਂ ਵੀ ਤੈਨੂੰ ਪਿਆਰ ਕਰਦੀ ਸੀ। ਸੱਚੀ ਯਾਰ? ਚੱਲ ਹੁਣ ਆਪਾਂ ਵਿਆਹ ਵੀ ਕਰਵਾ ਹੀ ਲੈਣਾ ਫਿਰ ਹੁਣ। ਹਾਂ ਵਿਆਹ ਤਾਂ ਆਪਾਂ ਕਰਵਾ ਲਾਂਗੇ, ਪਰ ਮੇਰੇ ਘਰਦੇ ਨੇ ਨਾ ਮੰਨਣਾ ਨਹੀਂ ਹੈਗਾ ਤੇਰੇ ਨਾਲ ਵਿਆਹ ਕਰਾਉਣ ਨੂੰ, ਉਹ ਚੰਗੀ ਜ਼ਮੀਨ ਜਾਇਦਾਦ ਵਾਲਾ ਮੁੰਡਾ ਭਾਲਣਗੇ। ਜੇ ਨਾ ਮੰਨੇ ਨਾ ਮੈਂ ਤੈਨੂੰ ਕੱਢ ਕੇ ਲੈ ਜਾਊਂਗਾ, ਪਰ ਵਿਆਹ ਮੈਂ ਤੇਰੇ ਨਾਲ ਹੀ ਕਰਾਊਂਗਾ। ਸੱਚੀ ਤੂੰ ਇੰਨਾ ਪਿਆਰ ਕਰਦਾ ਮੈਨੂੰ? ਪਿਆਰ ਤਾਂ ਤੈਨੂੰ ਮੈਂ ਇੰਨਾ ਕਰਦਾ, ਤੇਰੇ ਪਿੱਛੇ ਤਾਂ ਮੈਂ ਆਪਣੀ ਜਾਨ ਵੀ ਦੇ ਦੂੰ। ਚੱਲ ਚੰਗਾ, ਐਵੇਂ ਨਹੀਂ ਬੋਲਿਆ ਕਰਦੇ, ਪਤਾ ਮੈਨੂੰ ਵੀ ਤੂੰ ਮੈਨੂੰ ਬਹੁਤ ਪਿਆਰ ਕਰਦਾ, ਐਵੇਂ ਕਰਦੇ ਹੁਣ ਆਪਾਂ ਚੱਲਦੇ ਹਾਂ, ਨਾਲੇ ਨਾ 1 ਵਜੇ ਛੁੱਟੀ ਹੋਣ ਵਾਲੀ ਆ। ਅੱਛਾ ਯਾਰ, ਯਾਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿਵੇਂ ਟਾਈਮ ਜਾ ਲੰਘ ਗਿਆ ਹੈ ਨਾ। ਚੱਲੀਏ, ਮੈਨੂੰ ਪਿੰਡ ਛੱਡ ਦਿਓ। ਹੋਰ ਨਹੀਂ ਖਾਣਾ ਕੁਛ? ਕੁਛ ਨਹੀਂ ਖਾਣਾ। ਚੱਲ ਠੀਕ ਆ। ਹਜੇ ਤੱਕ ਨਹੀਂ ਆਈਗੀ, ਇੰਨਾ ਵੇਟ ਕਰਨਾ ਪੈ ਗਿਆ ਮੈਨੂੰ, ਉਹ ਆ ਗਈ ਲੱਗਦਾ।
ਸ਼ਿਕਾ ਰੀਤ ਇੰਨਾ ਟਾਈਮ ਹਾਂ ਨਹੀਂ ਨਹੀਂ ਅਸੀਂ ਚੱਲ ਜਾਂਦੇ ਬਸ ਇੰਨਾ ਟਾਈਮ ਯਾਰ ਦੀਦੀ ਬਸ ਉਹੀ ਬੈਠੇ ਗੱਲਾਂ ਦੀਆਂ ਕਰੀ ਗਏ ਟਾਈਮ ਲੱਗ ਗਿਆ ਮਾੜੇ ਮਾੜੇ ਨਾਲ ਅਕੀ ਮਾੜੇ ਮਾੜੇ ਨਾਲ ਤੂੰ ਦੇਖਣਾ ਤਾਂ ਹੈਗਾ ਸੀ ਛੁੱਟੀ ਮਿਲੀ ਨੂੰ 15 ਮਿੰਟ ਹੋ ਗਏ ਚੱਲ ਫਿਰ ਹੁਣ ਤਾਂ ਚੱਲੀਏ ਹੁਣ ਤਾਂ ਨਾ ਟਾਈਮ ਵੇਸਟ ਕਰੋ ਚੱਲੀਏ ਹੁਣ ਤਾਰਾ ਥਲੇ ਛੇਤੀ ਅੱਗ ਮਚਾ ਲਈ ਕਿ ਹੁਣ ਚੱਲੀਏ ਚਲ ਆਇਆ ਦੀਦੀ ਐਂ ਕਿਉਂ ਕਰਦੀ ਹੈ ਚੱਲ ਤੁਸੀਂ ਕਿਵੇਂ ਤਿਆਰ ਜੇ ਹੋਈ ਜਾਂਦੇ ਹੋ ਖੇਤ ਜਾ ਕੇ ਆਉਣਾ ਮੈਂ ਰੋਟੀ ਤਾਂ ਤੁਸੀਂ ਖਾਈ ਨਹੀਂ ਫਿਰ ਚਾਹ ਬਣਾਵਾਂ ਤੂੰ ਨਾ ਗੁੜ ਤੇ ਦੁੱਧ ਦਾ ਜਾਂ ਚਾਹ ਨਾਲ ਪਾ ਲੈ ਉੱਥੇ ਬਣਾ ਲੂੰਗਾ ਨਾ ਛੇਤੀ ਜਾਣਾ ਮੈਂ ਅੱਛਾ ਪਾ ਦੇਣੀ ਕੀ ਕਹਿੰਦਾ ਨਹੀਂ ਤੇਰਾ ਰਾਂਝਾ ਦੀਦੀ ਰਾਂਝੇ ਨੇ ਕੀ ਕਹਿਣਾ ਉਹ ਤਾਂ ਕਹਿੰਦਾ ਨਾ ਵੀ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇਰੇ ਬਿਨਾਂ ਰਹਿ ਹੀ ਨਹੀਂ ਸਕਦਾ ਤੇਰੇ ਨਾਲ ਹੀ ਵਿਆਹ ਕਰਵਾਉਣਾ ਅੱਛਾ ਸਾਰਾ ਦਿਨ ਮੋੜਾ ਤੇ ਖੜਾ ਰਹਿੰਦਾ ਵਿਹਲਾ ਦੀਦੀ ਵਿਹਲਾ ਵਿਹਲਾ ਕੋਈ ਨਹੀਂ ਹੈਗਾ ਰਵੀ ਦਾ ਫੋਨ ਹੈ ਹੈਲੋ ਹਾਂਜੀ ਬਸ ਘਰ ਕੋਲ ਪਹੁੰਚ ਗਈ ਘਰੇ ਪਹੁੰਚਣ ਵਾਲੀ ਹੋਈ ਆ ਠੀਕ ਹੈ ਹੁਣ ਲੈ ਦੇਖ ਲਾ ਹਜੇ ਘਰੇ ਪਹੁੰਚੀ ਨਹੀਂ ਪਹਿਲਾਂ ਹੀ ਫੋਨ ਲਾ ਲਿਆ ਜਦੋਂ ਮੈਂ ਗੱਲ ਨਹੀਂ ਕਰਦੀ ਸੀ ਉਦੋਂ ਕਹਿੰਦੇ ਸੀ ਹਾਂ ਕਰਦੇ ਹੁਣ ਜੇ ਹਾਂ ਕਰਤੀ ਹੁਣ ਤੁਸੀਂ ਜਲੀ ਜਾਂਦੇ ਹੈ ਨਹੀਂ ਨਹੀਂ ਮੈਨੂੰ ਕਾਹਦੀ ਜਲਣਾ ਚੱਲ ਵਧੀਆ ਕਿਸੇ ਦਾ ਪਿਆਰ ਤਾਂ ਪਿਆ ਹਾਂ ਦੀਦੀ ਇਹ ਤਾਂ ਹੈਗਾ ਪਿਆਰ ਤਾਂ ਰਵੀ ਮੈਨੂੰ ਸੱਚੀ ਬਹੁਤ ਕਰਦਾ ਲੈ ਕਰੂਗਾ ਕਿਉਂ ਨਹੀਂ ਦੀਦੀ ਇੱਕ ਗੱਲ ਕਹਾਂ ਹਾਂ ਹਾਂ ਕਹਿ ਨਾ ਤੁਹਾਡੇ ਤੇ ਬਹੁਤ ਯਕੀਨ ਆ ਦੇਖੋ ਮੈਂ ਸਾਰੀ ਗੱਲ ਤੁਹਾਨੂੰ ਦੱਸੀ ਆ ਤੁਸੀਂ ਕਿਸੇ ਹੋਰ ਨਾਲ ਗੱਲ ਨਾ ਕਰਿਓ ਜੇ ਕਿਸੇ ਤੀਜੇ ਬੰਦੇ ਨੂੰ ਪਤਾ ਲੱਗੀ ਗੱਲ ਤਾਂ ਸਮਝ ਲਓ ਤੁਹਾਡੇ ਕੋਲੇ ਜਾਊਗੀ ਮੈਨੂੰ ਮੇਰੇ ਭਰਾ ਤੋਂ ਬਹੁਤ ਡਰ ਲੱਗਦਾ ਓਹੋ ਇਹ ਕੀ ਗੱਲ ਆ ਰੀਤ ਕਹਿਣ ਵਾਲੀ ਨਾ ਤੂੰ ਮੇਰੇ ਤੇ ਫੁੱਲ ਵਿਸ਼ਵਾਸ ਕਰਦੇ ਨਾ ਪੂਰਾ ਤੇ ਵਿਸ਼ਵਾਸ ਹੀ ਰੱਖੀ ਮੇਰੇ ਕੋਲ ਗੱਲ ਕਿਤੇ ਵੀ ਸ਼ੇਅਰ ਨਹੀਂ ਹੋਊਗੀ ਕਿਸੇ ਅੱਗੇ ਵੀ ਨਹੀਂ ਹੋਊਗੀ ਠੀਕ ਹੈ ਦੀਦੀ ਮੈਨੂੰ ਸੱਚੀ ਬਹੁਤ ਡਰ ਲੱਗਦਾ ਮੈਨੂੰ ਤਾਂ ਨਾ ਜਿੰਦੇ ਨੂੰ ਰੱਪ ਦੇਣਗੇ ਮੇਰੇ ਘਰ ਤੇ ਓਹੋ ਤੂੰ ਡਰ ਨਾ ਮੈਂ ਕਿਸੇ ਅੱਗੇ ਗੱਲ ਨਹੀਂ ਕਰਦੀ ਹੈਗੀ ਚਲੋ ਠੀਕ ਹੈ ਬਾਏ ਬਾਏ ਚੱਲ ਚੰਗਾ ਤੂੰ ਐਂ ਕਰ ਰੋਟੀ ਬਣੀ ਪਈ ਹੈ ਜੇ ਚਾਹ ਪੀਣੀ ਚਾਹ ਬਣਾ ਲਈ ਤੇ ਉਦੋਂ ਬਾਅਦ ਕੱਪੜੇ ਬਦਲ ਕੇ ਗੋਹਾ ਚਿੱਟਣੀ ਉਵੇਂ ਪੈ ਭਰੇ ਬੱਠਾ ਠੀਕ ਹੈ ਤੇ ਮੈਂ ਤੇਰੀ ਚਾਚੀ ਕੇ ਕੰਮ ਜਾ ਕੇ ਆਉਣਾ ਠੀਕ ਹੈ ਬੇਬੇ ਹਾਂ ਕਰ ਲਈ ਮੇਰੇ ਆਉਂਦੀ ਨੂੰ ਕਿਤੇ ਉਮੀ ਪਿਆ ਹੋਵੇ ਕੋਈ ਨਾ ਮੈਂ ਜਿਹੜੇ ਭਾਂਡੇ ਰਹਿੰਦੇ ਨੇ ਇਹ ਵੀ ਮਾਂ ਹਾਂ ਇਹ ਵੀ ਕਰਦੀ ਆ ਉਹ ਠੀਕ ਹੈ ਐਵੇਂ ਕਰਦੀ ਆ ਗੋਹਾ ਤਾਂ ਬੇਬੇ ਦੇ ਆਏ ਤੇ ਹੀ ਸਿੱਟ ਲੂੰਗੀ ਹੁਣ ਬੇਬੇ ਹੈ ਨੀ ਹੁਣ ਵਧੀਆ ਮੁੱਕ ਅੱਲਾ ਰੱਬ ਨੂੰ ਪਾਉਣ ਲੱਗ ਗਿਆ ਹੈਲੋ ਹਾਂਜੀ ਬੋਲੋ ਮੈਡਮ ਮਿਲ ਗਿਆ ਟਾਈਮ ਫਿਰ ਗੱਲ ਕਰਨ ਦਾ ਹਾਂਜੀ ਹਾਂਜੀ ਮਿਲ ਗਿਆ ਮੈਂ ਸੋਚਿਆ ਮੜਾ ਜਿਹਾ ਹਾਲ ਹੀ ਪੁੱਛ ਲਾ ਰਾਂਝੇ ਦਾ ਕੀ ਹਾਲ ਹੈ ਤੇਰੇ ਬਿਨਾ ਕੀ ਹਾਲ ਹੋਣਾ ਹੀਰੀਏ ਮੇਰਾ ਕਿਉਂ ਮੇਰੇ ਬਿਨਾ ਕਿਉਂ ਨਹੀਂ ਹਾਲ ਹੈਗਾ ਪਹਿਲਾਂ ਵੀ ਮੇਰੇ ਬਿਨਾ ਹੀ ਸੀ ਮੇਰਾ ਤਾਂ ਨਾ ਚਿੱਤ ਕਾਉਂ ਮੋਂ ਜਾ ਕਰੀ ਜਾਂਦਾ ਮਨ ਤਾਂ ਹੀ ਲੱਗਿਆ ਰਹਿੰਦਾ ਬਸ ਤੇਰੇ ਕੋਲ ਹੀ ਬੈਠਾ ਰਹਾਂ ਸਾਰਾ ਦਿਨ ਅੱਛਾ ਫੇ ਬੈਠਾ ਰਹੇ ਮੇਰੇ ਕੋਲ ਮੈਂ ਤਾਂ ਆ ਜਾਊਂਗਾ ਫਿਰ ਤੂੰ ਬਹਾਉਣਾ ਨਹੀਂ ਫਿਰ ਕਹੇਂਗੀ ਮੇਰੇ ਭਰਾ ਆਏ ਆ ਜਾਓ ਆ ਫਿਰ ਛੇਤੀ ਉਹਨਾਂ ਨੂੰ ਡਰਨ ਲੱਗ ਜਾਂਦੀ ਆ ਇਹ ਤਾਂ ਗੱਲ ਹੈਗੀ ਆ ਰਵੀ ਡਰਨਾ ਤਾਂ ਪੈਂਦਾ ਤੈਨੂੰ ਪਤਾ ਵੀ ਇੱਕ ਪਿੰਡ ਦੇ ਆ ਰੋਜ਼ ਰੋਜ਼ ਦੱਸਣਾ ਹੁਣ ਤੈਨੂੰ ਚੰਗਾ ਵੀ ਨਹੀਂ ਲੱਗਦਾ ਜੇ ਤੂੰ ਘਰੇ ਵੀ ਆਏਗਾ ਫਿਰ ਵੀ ਔਖਾ ਸਾਰੇ ਤਾਂ ਤੈਨੂੰ ਜਾਣਦੇ ਨੇ
ਫਿਰ ਯਾਰ ਕਰਨਾ ਤੂੰ ਕੋਈ ਹੱਲ, ਹੁਣ ਕਿੰਨਾ ਕੁ ਟਾਈਮ ਲੁਕ ਲੁਕ ਕੇ ਮਿਲੀ ਜਾਵਾਂਗੇ। ਮੈਂ ਕੀ ਹੱਲ ਕਰਾਂ, ਹੱਲ ਤਾਂ ਤੈਨੂੰ ਹੀ ਕਰਨਾ ਪੈਣਾ ਹੁਣ। ਮੈਂ ਤਾਂ ਜਾਂ ਫਿਰ ਮੈਨੂੰ ਇੱਕ ਗੱਲ ਕਹਿ ਦੇ ਵੀ ਹਾਂ ਕੇਰਾਂ ਲੈ ਜਾ, ਮੈਂ ਆਪੇ ਲੈ ਜਾਊ, ਬਾਕੀ ਮੇਰੇ ਤੇ ਛੱਡ ਦੀ ਫਿਰ। ਯਾਰ ਮੇਰਾ ਵੀ ਤੇਰੇ ਬਿਨਾਂ ਨਾ ਇੱਕ ਮਿੰਟ ਜੀ ਨਹੀਂ ਲੱਗਦਾ, ਪਰ ਕੀ ਕਰਾਂ ਮੈਂ ਵੀ ਮਜਬੂਰ ਹਾਂ। ਅੱਛਾ ਯਾਰ ਤੂੰ ਵੀ ਮੈਨੂੰ ਯਾਦ ਕਰਦੀ ਆ। ਹਾਂ ਹਾਂ ਬਹੁਤ ਯਾਦ ਕਰਦੀ। ਚੱਲ ਠੀਕ ਆ ਰਵੀ, ਮੈਨੂੰ ਐਵੇਂ ਲੱਗਦਾ ਵੀ ਕੋਈ ਆ ਗਿਆ। ਚੱਲ ਠੀਕ ਆ, ਚੰਗਾ ਨੰਬਰ ਡਿਲੀਟ ਕਰ ਦੇ। ਚੰਗਾ ਚੰਗਾ। ਭਾਵਾਂ ਨੇ ਕਿੱਥੇ ਹੈ, ਬੋਲਦੇ ਜੀ ਕੋਈ, ਕਿੱਧਰ ਗਈ ਹੈ, ਸਮਝ ਨਹੀਂ ਆਉਂਦੀ। ਰੀਤ। ਹਾਂ ਬਾਪੂ। ਤੇ ਮੈਂ ਕੋਈ ਜੀਨੇ ਤੇਰੀ ਬੀਬੀ ਨਹੀਂ ਜੀ। ਉਹ ਮੰਮੀ ਆਪਣੇ ਗਵਾਂਢੀਆਂ ਦੇ ਗਈ ਆ ਮੜਿਆ ਕੰਮ। ਕਿਉਂ ਕੰਮ ਗਈ ਹੋਣੀ? ਅੱਛਾ ਅੱਛਾ। ਚਾਹ ਕਰਾ? ਆਹੋ ਚਾਹ ਦੀ ਪੁੱਟੀ ਵਾਸਤੇ ਕਹਿੰਦਾ ਸੀਗਾ। ਕਰ ਦਿੰਦੀ ਆ। ਤੈਨੂੰ ਦੱਸ ਕੇ ਨਹੀਂ ਗਈ ਕੀ ਕੰਮ ਗਈ ਹੈ? ਉਹ ਬਾਪੂ ਉਹਨੂੰ ਨਾ ਦੋ ਤਿੰਨ ਘਰਾਂ 'ਚ ਕੰਮ ਨੇ, ਕਾਫੀ ਟਾਈਮ ਹੋ ਗਿਆ, ਬਸ ਆਉਣ ਵਾਲੀ ਹੋਈ ਆ ਹੁਣ ਤਾਂ ਬੀਬੀ। ਚੱਲ ਠੀਕ ਹੈ, ਦੱਸ ਕੇ ਤਾਂ ਜਾਣਾ ਚਾਹੀਦਾ ਮਾੜਾ ਮੋਟਾ। ਮੈਂ ਦੱਸ ਕੇ ਗਈ ਵੀ ਮੈਂ ਪਿੰਡ 'ਚ ਜਾ ਕੇ ਆਉਣਾ ਕਿਸੇ ਦੇ। ਚੱਲ ਚਾਹ ਦੀ ਕੁੱਟ ਬਣਾ। ਠੀਕ ਆ। ਵੀ ਖੇਤੋਂ ਆਉਣਾ ਬੰਦੇ ਨੇ, ਕੋਈ ਚੀਜ਼ ਤਿਆਰ ਵੀ ਰੱਖੋ। ਚਾਹ ਲਿਆ ਪੁੱਤ। ਲੈ ਬਾਪੂ। ਮੈਂ ਨਾ ਮੜੇ ਬਾਪੂ ਪੋਚੇ ਲਾ ਲਾ ਬੀਬੇ ਤਾਂ ਲੱਗਦੇ ਨੇ। ਚੱਲ ਕੋਈ ਨੀ ਕਰ ਲਾ ਲਾ ਪੋਚੇ, ਕਿਹੜੀ ਵਕਤਾਂ ਦੀ ਗਈ ਉਹ ਵੀ ਨਹੀਂ ਆਈ ਹਲੇ। ਚਾਹ ਵੀ ਕੁੜੀ ਠੰਡੀ ਫੜਾ ਗਈ, ਉਹ ਵੀ ਪਤਾ ਨਹੀਂ ਕਿੱਧਰ ਗਈ ਹੋਈ ਹੈ। ਆ ਗਈ ਤੂੰ? ਹਾਂ ਆ ਗਈ। ਘਰੇ ਵੀ ਟੇਕ ਕੇ ਬਹਿ ਜਾ ਕਰ, ਸਾਰਾ ਦਿਨ ਕੌੜੇ ਤੱਸਦੀ ਫਿਰਦੀ ਰਹਿੰਦੀ ਹੈ, ਘਰੇ ਜਵਾਨ ਦੀ ਹੈ, ਮਾੜਾ ਮੋਟਾ ਖਿਆਲ ਰੱਖਿਆ ਕਰ। ਉਹ ਮੈਨੂੰ ਕਿਹੜਾ ਖਿਆਲ ਨਹੀਂ, ਮੈਂ ਉਹਦੇ ਹੀ ਕੰਮ ਗਈ ਸੀ, ਆਪਣੀ ਜਿਹੜੀ ਬੰਤੀ ਨੇ ਹੈਗੀ ਗਵਾਂਢਣ ਉਹ ਰਿਸ਼ਤੇ ਕਰਾਉਂਦੀ ਹੈ ਦੇਖ, ਉਹਨੇ ਦੱਸ ਪਾਈ ਸੀ ਮੁੰਡੇ ਦੀ, ਤੇ ਉਹ ਮੈਂ ਗਈ ਸੀ ਵੀ ਦੱਸ ਪਾਈ। ਹੁਣ ਫਿਰ ਕੀ ਦੱਸਿਆ ਤੈਨੂੰ? ਉਹ ਕਹਿੰਦੀ ਦੇਖ ਭਾਈ ਉਹ ਤਾਂ ਰੁਕ ਗਿਆ ਵੀ ਤੁਸੀਂ ਪਹਿਲਾਂ ਕੋਈ ਗੱਲਬਾਤ ਕਰੀ ਨੀ ਮੇਰੇ ਨਾਲ। ਚੱਲ ਉਹ ਤਾਂ ਰੁਕ ਗਿਆ, ਇੰਨਾ ਕਹਿੰਦੀ ਚੱਲ ਕੋਈ ਹੋਰ ਭਾਈ ਚੰਗਾ ਰਿਸ਼ਤਾ ਲੱਭ ਲੈ। ਹਾਂ ਮੈਂ ਕਹਿਤਾ ਮੈਂ ਫਿਰ ਕੋਈ ਹੋਰ ਭਾਲ ਭਾਈ ਚੱਜ ਦਾ ਰਿਸ਼ਤਾ ਚੰਗਾ ਹੋਵੇ, ਜਿਹੀ ਅਸੀਂ ਹੈਗੇ ਉਹ ਜਿਹਾ ਦਿਖਾ ਕੋਈ। ਠੀਕ ਆ, ਕੁੜੀ ਦਾ ਤੈਨੂੰ ਪਤਾ ਹੀ ਬੜੀ ਜਾਂਦੀ ਹੈ ਜੀ। ਸਰ ਭਗਵਾਨ ਨੇ ਆਪਾਂ ਨੂੰ ਕਿਹੜਾ ਕੋਈ ਬਾਹਲੀ ਕਾਹਲੀ ਹੈ, ਉਹਨੂੰ ਕਹਿ ਵੀ ਆਰਾਮ ਨਾਲ ਵਧੀਆ ਰਿਸ਼ਤਾ ਸਾਡੇ ਵਾਸਤੇ ਲੱਭ, ਕੁੜੀ ਵਾਸਤੇ ਹੈਂ। ਹਲੇ ਇਹ ਗੱਲ ਕਹੀ, ਉਹਨੂੰ ਵੀ ਪਤਾ ਹੀ ਹੈ ਆਪਣੀ ਕੁੜੀ ਬਹੁਤ ਸਿਆਣੀ ਹੈ, ਉਹੋ ਜਿਹੀ ਰਿਸ਼ਤਾ ਲੱਭੇ ਹੈਂ। ਠੀਕ ਆ। ਚੱਲ ਮੈਂ ਫਿਰ ਹੁਣ ਵਾਲਾ ਜਾ ਅਬਜਾਇਆ ਮਾ। ਤੁਸੀਂ? ਮੈਂ ਕੱਪੜੇ ਫੜ ਕੇ ਲਿਆਉਣਾ। ਚੱਲ ਠੀਕ ਹੈ, ਫੜ ਲਿਓ, ਟਾਈਮ ਨਾਲ ਆ ਜਿਓ। ਕੋਈ ਨਹੀਂ ਕੋਈ ਨਹੀਂ। ਫਿਰ ਕਹਿ ਦੇਣਾ ਰੋਟੀ ਠੰਡੀ ਹੋ ਗਈ, ਦਾਲ ਰੋਟੀ ਦਾ ਕਰਦੇ ਹਾਂ ਅਸੀਂ, ਫਿਰ ਬੋਲਣ ਲੱਗ ਜਾਂਦਾ, ਫਿਰ ਮੈਥੋਂ ਕੁਛ ਕਹਿ ਜਾਂਦਾ ਵੀ ਟਾਈਮ ਨਾ ਆਉਂਦਾ, ਤਾਂ ਗਰਮ ਖਾ ਲੈਂਦਾ, ਸਾਨੂੰ ਵੀ ਪਤਾ ਵੀ ਨਹੀਂ ਖਾਧੀ ਇਹਦੇ ਤੋਂ ਠੰਡੀ ਰੋਟੀ। ਹੈਲੋ ਬੋਲ ਪੋ, ਘਰੇ ਤਾਂ ਕੋਈ ਵੀ ਨਹੀਂ ਹੈਗਾ, ਨਾਲੇ ਨਾ ਮੇਰੀ ਗੱਲ ਸੁਣ, ਤੂੰ ਨਾ ਐਵੇਂ ਮੈਨੂੰ ਫੋਨ ਨਾ ਲਾਇਆ ਕਰ, ਮੈਂ ਟਾਈਮ 'ਚੋਂ ਟਾਈਮ ਕੱਢ ਕੇ ਆਪ ਹੀ ਤੈਨੂੰ ਫੋਨ ਲਾਇਆ ਕਰ, ਨਾਲੇ ਮੈਂ ਹੋਮਵਰਕ ਕਰਨਾ। ਚੱਲ ਚੰਗਾ ਬਾਏ, ਬਾਅਦ 'ਚ ਗੱਲ ਕਰੂੰਗੀ। ਠੀਕ ਹੈ। ਪਤਾ ਨੀ ਕੀ ਕੁਛ ਕਰੀ ਜਾਂਦੇ ਨੇ ਜਵਾਬ ਜੇ, ਚੋਰੀਆਂ ਚੋਰੀਆਂ। ਅਰਥ ਕਰਦਾ ਗੱਲ ਮਾਜ,
ਮੈਂ ਤਾਂ ਕਦੇ ਇੰਨਾ ਸੋਚਿਆ ਵੀ ਨਹੀਂ ਸੀ ਵੀ ਮੇਰੀ ਧੀ ਮੇਰੇ ਨਾਲ ਇੰਨਾ ਧੋਖਾ ਕਰੂਗੀ। ਇੰਨਾ ਯਕੀਨ ਕਰਦਾ ਸੀ, ਇੰਨੀ ਸਿਆਣੀ ਕਹਿੰਦਾ ਸੀ, ਮੈਂ ਸਿਆਣੀ ਵੀ ਸੀ। ਕੀ ਹੋ ਗਿਆ, ਬਹੁਤ ਜ਼ਿਆਦਾ ਮਾੜਾ ਕੰਮ ਕਰਿਆ, ਮੇਰੀ ਤਾਂ ਇੱਜ਼ਤ ਮਿੱਟੀ 'ਚ ਮਿਲ ਜੂਗੀ ਹੈ। ਚੱਲ ਆਉਣ ਦੇ ਮੇਰੇ ਪੁੱਤ ਨੂੰ, ਚੰਨੀ ਨੂੰ ਮੈਂ ਉਹਦੇ ਨਾਲ ਕਰਦਾ ਗੱਲ। ਬਾਪੂ ਕੀ ਹੋਇਆ, ਇਕੱਲਾ ਹੀ ਬੋਲੀ ਜਾਂਦਾ? ਉਹ ਇਕੱਲਾ ਕੀ ਬੋਲੀ ਜਾਂਦਾ, ਤੇਰੇ ਨਾਲ ਮੈਂ ਗੱਲ ਕਰਨੀ ਸੀ। ਗੱਲ ਕਰਨੀ ਕਰ ਲਾ ਫਿਰ। ਨਹੀਂ ਪੁੱਤ, ਇੱਥੇ ਬੈਠ ਕੇ ਨਹੀਂ ਕਰਦੇ ਆਪਾਂ, ਉੱਥੇ ਜਾਂਦੇ ਹਾਂ। ਉੱਥੇ ਜਾਂਦੇ ਵੀ ਐਜ ਕੀ ਗੱਲ ਆ? ਉਹ ਪੁੱਤ ਕਈ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਪਰਦੇ ਨਾਲ ਕਰਨ ਵਾਲੀਆਂ ਹੁੰਦੀਆਂ ਨੇ। ਹੈ, ਚੱਲ ਉੱਤੇ ਚੱਲ ਤੂੰ ਮੇਰੇ ਨਾਲ, ਚੱਲ ਆਇਆ ਫਿਰ। ਚੱਲ ਇਹੋ ਜਿਹੀ ਗੱਲ ਕਰਨੀ ਬਾਪੂ, ਅੱਜ ਗੱਲਾਂ ਤਾਂ ਪੁੱਛਣਾ ਪੁੱਤ। ਬਾਪੂ ਇਹੋ ਜਿਹੀ ਕੀ ਗੱਲ ਸੀ ਜਿਹੜਾ ਤੂੰ ਚੁਬਾਰੇ ਤੇ ਲੈ ਕੇ ਆਇਆ ਮੈਨੂੰ? ਪੁੱਤ ਮੈਂ ਗੱਲ ਦੱਸਦਾ ਤੈਨੂੰ ਸਾਰੀ ਕਿ ਤੈਨੂੰ ਕਿਉਂ ਲਿਆ। ਪਹਿਲੀ ਗੱਲ ਤਾਂ ਇਹ ਗੱਲ ਕਿਸੇ ਨੂੰ ਨਹੀਂ ਦੱਸਣੀ। ਕਿਸੇ ਨੂੰ ਨਹੀਂ ਦੱਸਣੀ? ਹਾਂ, ਇਹ ਗੱਲ ਹੀ ਇਹੋ ਜਿਹੀ ਹੈ। ਚੱਲ ਨਹੀਂ ਦੱਸਦਾ ਬਾਪੂ, ਦੱਸ ਸੀ। ਮੈਂ ਪੁੱਤ ਜਦੋਂ ਬਾਹਰ ਗਿਆ ਸੀ ਨਾ, ਹਾਂ, ਇਹਨਾਂ ਨੂੰ ਤਾਂ ਐਂ ਸੀ ਤੇ ਜਦੋਂ ਮੈਂ ਅੰਦਰ ਆਉਣ ਲੱਗਿਆ, ਰੀਤ ਨੂੰ ਤਾਂ ਪਤਾ ਨਹੀਂ ਸੀ, ਉਹ ਕਿਸੇ ਮੁੰਡੇ ਨਾਲ ਗੱਲਾਂ ਕਰੀ ਜਾਂਦੀ ਸੀ। ਮੁੰਡੇ ਨਾਲ ਗੱਲਾਂ ਕਰੀ ਜਾਂਦੇ? ਇਹੀ ਤਾਂ ਮੈਨੂੰ ਪਤਾ ਲੱਗਿਆ ਕਿ ਜਦੋਂ ਮੈਂ ਜੇ ਹੋਇਆ ਮੈਂ ਉੱਥੇ ਹੀ ਰੁਕ ਗਿਆ ਤੇ ਉਹ ਗੱਲਾਂ ਕਰਕੇ ਵੀ ਮਿਲਣ ਮਿਲਾਉਣ ਦੀਆਂ ਗੱਲਾਂ। ਫਿਰ ਮੈਨੂੰ ਪਤਾ ਲੱਗ ਗਿਆ ਜਦੋਂ ਮੁੰਡੇ ਦਾ ਵੀ ਇਹ ਤਾਂ ਕੁੜੀ ਨਾਲ ਨਹੀਂ ਕਿਸੇ ਮੁੰਡੇ ਨਾਲ ਗੱਲਾਂ ਕਰੀ ਜਾਂਦੀ ਹੈ। ਮੁੰਡਾ ਉਹਦੀ ਇੰਨੀ ਮਜਾਲ? ਕੋਈ ਗੱਲ ਨਹੀਂ ਬਾਪੂ, ਕਰਦਾ ਮੈਂ ਹਲਾਲ, ਘੁੱਟਦਾ ਨਾ ਗੱਲ ਮੈਂ। ਪੁੱਤ ਤੂੰ ਇੰਨਾ ਨਾ ਜਲਦਬਾਜ਼ੀ ਕਰ, ਇੰਨਾ ਨਾ ਘਬਰਾ। ਆਪਾਂ ਨਾ ਉਸ ਮੁੰਡੇ ਦਾ ਪਤਾ ਕਰਕੇ ਹੁਣ ਮੁੰਡੇ ਨੂੰ ਪੁੱਛੀਏ। ਐਕਸ਼ਨ! ਉਸ ਤੋਂ ਪਹਿਲਾਂ ਆਪਾਂ ਮੁੰਡੇ ਨੂੰ ਮਿਲ ਕੇ ਨਾ ਉਹਨੂੰ ਪਿਆਰ ਨਾਲ ਸਮਝਾਵਾਂਗੇ, ਆਪਣਾ ਇਹੀ ਫਰਜ਼ ਬਣਦਾ। ਮੁੰਡਾ ਕਿੱਥੋਂ ਦਾ ਕਿਵੇਂ? ਬਾਪੂ ਉਹ ਤੇਰੀ ਗੱਲ ਠੀਕ ਹੈ, ਸਮਝਾ ਕੇ ਆਵੇਗਾ, ਪਰ ਆਪਾਂ ਨੂੰ ਕੀ ਪਤਾ ਲੱਗੂ ਕਿਹੜਾ ਮੁੰਡਾ ਕਿੱਥੋਂ ਦਾ ਕਿੱਥੇ ਮਿਲੂਗਾ। ਐਂ ਕਰਦੇ ਬਾਪੂ, ਰੀਤ ਦੇ ਮਾਰਦਾ ਦੋ ਲੱਪੜੇ, ਪੁੱਛੂ ਉਹਦੀ, ਦੱਸੂ ਸਾਰਾ ਕੁਛ। ਉਹ ਦੋ ਮਾਰੇ ਲੱਪੜੇ ਟਕਾ ਕੇ ਉਹਦੀ ਦੱਸੂਗਾ, ਪੁੱਛੂਗਾ ਵੀ ਕਿੱਥੇ ਮਿਲੂ ਤੇਰਾ ਆਸ਼ਕ। ਇਹ ਕੰਮ ਮਾਰ ਕੁੱਟਣ ਦਾ ਨਹੀਂ ਹੈਗਾ। ਜਦੋਂ ਆਪਾਂ ਮਾਰਿਆ ਕੁੱਟਿਆ ਤੇ ਉਹਨੂੰ ਫੋਨ ਕਰ ਦੂ, ਮੁੰਡਾ ਚੌਕ ਤੋਂ ਹੋ ਜੂ। ਉਹਨੂੰ ਆਪਾਂ ਪੁੱਤ ਜੇ ਪੁੱਛਣਾ ਤਾਂ ਪਿਆਰ ਨਾਲ ਪੁੱਛੀਏ, ਫਿਰ ਤਾਂ ਸੁਲਝੂ ਤਾਂ ਨਹੀਂ, ਮਾਰ ਕੁੱਟਣ ਨਾਲ ਨਹੀਂ ਸੁਲਝਦੀ ਹੈ। ਬਾਪੂ ਫਿਰ ਐਂ ਕਰ, ਤੂੰ ਫਿਰ ਮੈਥੋਂ ਦਾ ਗੁੱਸਾ ਭੈੜਾ, ਤੂੰ ਐਂ ਕਰ ਸਰਪੰਚ ਕੋਲ ਜਾ। ਇਹੀ ਗੱਲ ਪੁੱਤ ਮੈਂ ਕਹਿੰਦਾ ਸੀ ਵੀ ਸਰਪੰਚ ਨੂੰ ਜਾ ਕੇ ਫਿਰ ਉਹ ਵੀ ਪੁੱਛੂਗਾ ਮੁੰਡੇ ਬਾਰੇ, ਫਿਰ ਮੈਂ ਕੀ ਦੱਸੂਗਾ। ਤੂੰ ਆਪੇ ਤੁਸੀਂ ਬਈ ਇੱਥੇ ਸਕੂਲ ਜਾਂਦਾ, ਸਕੂਲ ਮਿਲਦਾ, ਤੂੰ ਸਕੂਲ 'ਤੇ ਜਾਂਦੀ ਕਿੱਥੋਂ ਮਿਲੂਗੀ? ਇਹ ਵੀ ਤੇਰੀ ਗੱਲ ਠੀਕ ਹੈ, ਫਿਰ ਹੋਰ ਮਿਲਦਾ ਤਾਂ ਕਿੱਥੇ ਹੋਊਗਾ ਸਕੂਲ? ਪਿੱਛਾ ਕਰਦੇ ਹਾਂ, ਪਿੱਛਾ ਕਰਿਓ ਉਹਦਾ। ਸਰਪੰਚ ਨੂੰ ਪਹਿਲਾਂ ਵੀ ਇਹ ਗੱਲਾਂ ਤਾਂ ਹੋਈਆਂ ਸੀ ਵੀ ਮੁੰਡੇ ਖੜ੍ਹਦੇ ਨੇ ਉੱਥੇ, ਇਸ ਗੱਲ ਨਾਲ ਪਤਾ ਲੱਗ ਜੂ, ਫਿਰ ਮੈਂ ਚੱਲ ਜਾਵਾਂ ਸਰਪੰਚ ਕੋਲ। ਹਾਂ, ਤੂੰ ਸਰਪੰਚ ਕੋਲ ਜਾ। ਤੂੰ ਕੋਈ ਨਾ ਗਲਤ ਕੰਮ ਨਾ ਕਰੀ, ਕੁੜੀ ਨੂੰ ਹਲੇ ਕੁਛ ਨਾ ਕਹੀ, ਮੈਂ ਜਾਣਾ ਉਹਦੇ ਕੋਲ। ਮੈਂ ਨਹੀਂ ਕੁਛ ਕਹਿਣਾ, ਤਾਂ ਤਾਂ ਮੈਂ ਕਹਿਣਾ ਜੇ ਮੈਨੂੰ ਪਤਾ ਲੱਗਾ ਮੈਂ ਕੁੱਟ ਮਾਰ ਦੂੰਗਾ ਉੱਥੇ, ਹੋਰ ਗੁੱਸਾ, ਮੇਰੇ ਯਾਰ ਦੋਸਤ ਬਾਹਲੇ ਗੰਦੇ ਆ। ਆਪਾਂ ਦੋਨਾਂ ਨੇ ਕਿਉਂ ਪਿਓ ਪੁੱਤਾਂ ਨੇ ਗੱਲ ਕਰੀ ਹੈ ਵੀ ਆਪਣੀ ਜਿਹੜੀ ਕੋਈ ਇਹੋ ਜਿਹੀ ਗੱਲਬਾਤ ਨਾ ਘਰੇ ਰਹੇ, ਇਹ ਆਪਣੀ ਬਦਨਾਮੀ ਬਾਹਰ ਨਾ ਹੋ ਜੇ, ਸਰਪੰਚ ਨਾਲ ਕਹਿਣ ਨਾਲ ਨਾ ਗੱਲ ਆਪਣੀ ਬਚ ਰਹੂਗੀ, ਇੱਜ਼ਤ ਬਚ ਰਹੂ। ਚੱਲ ਠੀਕ, ਤੂੰ ਸਰਪੰਚ ਕੋਲ ਜਾ। ਹਾਂ, ਮੈਂ ਜਾਣਾ ਪੁੱਤ, ਤੇ ਹੁਣ ਘਰੇ ਕਹੀ ਨਾ ਕੁਛ ਤੂੰ। ਨਹੀਂ ਕਹਿਣਾ ਮੈਂ। ਕੁੜੀ ਜੀ ਦਿਮਾਗ ਖਿਲ ਗਿਆ, ਅਸੀਂ ਇਹ ਜਿਹੀ ਇੱਜ਼ਤ ਕਰਦੇ ਸੀ, ਸਾਡੇ ਸਿਰ 'ਚ ਖੇਹ ਪਾਈ ਜਾਂਦੀ ਹੈ। ਬਾਪੂ ਤੂੰ ਸਰਪੰਚ ਕੋਲ ਜਾ, ਇੱਕ ਵਾਰੀ ਸਮਝਾ ਦੇ, ਨਹੀਂ ਤਾਂ ਸਾਨੂੰ ਤਾਂ ਆਉਂਦਾ ਚੰਗੀ ਤਰ੍ਹਾਂ ਸਮਝਾਉਣਾ। ਸਰਪੰਚ ਸਾਹਿਬ! ਕੌਣ ਆ ਜੀ, ਆ ਗਿਆ? ਆ ਜਾਓ ਜੀ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ, ਹੋ ਠੀਕ ਹੈ? ਬਹੁਤ ਵਧੀਆ ਜੀ, ਆਪ ਸੁਣਾਓ? ਵਧੀਆ ਵਧੀਆ, ਤੂੰ ਡੇ ਆਦੀ ਗੱਲ? ਬਸ ਜੀ, ਗੱਲ ਤਾਂ ਹੁਣ ਤੁਹਾਡੇ ਕੋਲ ਦੁਬਾਰੇ ਫੇਰ ਆਉਣਾ ਪੈ ਗਿਆ ਜੀ। ਹੁਣ ਕੀ ਗੱਲ ਹੋ ਗਈ? ਸਰਪੰਚ ਸਾਹਿਬ, ਮੈਂ ਤਾਂ ਆਇਆ ਸੀ, ਜਿਹੜੇ ਦੋ ਮੁੰਡੇ ਉੱਥੇ ਖੜ੍ਹਦੇ ਸੀਗੇ। ਆਹੋ, ਉਹ ਤਾਂ ਮੈਨੂੰ ਪਤਾ ਹੀ ਹੈ ਗੱਲ ਦਾ, ਉਹ ਤਾਂ ਮੈਂ ਥਾਣੇ 'ਚ ਜਾਇਆ ਸੀਗਾ, ਉਹ ਗੱਲ ਕਰ, ਮੁੜ ਕੇ ਮੈਨੂੰ ਕੰਮ ਹੋ ਗਿਆ, ਮੈਂ ਚੰਡੀਗੜ੍ਹ ਵੱਗ ਗਿਆ ਸੀਗਾ, ਉਹ ਅੱਜ ਆ ਗਿਆ ਮੈਂ, ਅਤੇ ਹੁਣ ਜਾਇਆ ਹੁਣ ਦੁਬਾਰੇ। ਉਹ ਤੂੰ ਬੇਫਿਕਰ ਹੈ, ਉਹ ਮੇਰੀ ਨਿਗਾਹ 'ਚ ਹੀ ਆ ਕੰਮ।
ਜੇ ਹੋਰ ਕੋਈ ਗੱਲਬਾਤ ਆ ਦੱਸ। ਉਹੀ ਗੱਲ ਹੈ ਸਰਪੰਚ ਸਾਹਿਬ, ਇਹ ਗੱਲ ਵੱਧ ਗਈ ਹੁਣ। ਉਹ ਮੁੰਡਾ ਨਾ, ਉਹ ਦੋਨਾਂ 'ਚੋਂ ਇੱਕ ਮੁੰਡਾ ਕੋਈ ਹੋਣਾ, ਵੀ ਉਹ ਮੁੰਡਾ ਅਤੇ ਆਪਣੀ ਲੜਕੀ ਉਹਨੂੰ ਫੋਨ ਕਰਦੀ ਹੈ, ਸਰਪੰਚ ਸਾਹਿਬ ਸਾਡੀ ਇੱਜ਼ਤ ਦਾ ਮਸਲਾ ਹੈ, ਇਹ ਤੁਸੀਂ ਧਿਆਨ ਨਾਲ ਸੁਲਝਾਓ। ਲੈ ਆ ਕਿਹੜੀ ਗੱਲ ਕਹੀ ਤੇ ਜ਼ੋਰ ਅਸਿਆ, ਵੀ ਸਾਡੀ ਇੱਜ਼ਤ ਦਾ ਮਸਲਾ, ਤੇਰੀ ਕਿਹੜਾ ਇਕੱਲੇ ਦੀ ਇੱਜ਼ਤ ਆ, ਸਾਡੀ ਵੀ ਨਾਲ ਇੱਜ਼ਤ ਆ, ਇਹ ਤਾਂ ਧੀ ਭੈਣ ਤਾਂ ਸਾਰੇ ਪਿੰਡ ਦੀ ਸਾਂਝੀ ਹੁੰਦੀ ਆ। ਸਰਪੰਚ ਸਾਹਿਬ ਮੁੰਡੇ ਦਾ ਤੁਹਾਨੂੰ ਪਤਾ ਹੀ ਹੈ, ਬੜਾ ਗੁੱਸੇ ਹੋ ਰਿਹਾ, ਹੁਣ ਉਹਨੂੰ ਮੈਂ ਦੱਸਣਾ ਤਾਂ ਪੈਣਾ ਸੀ, ਜਦੋਂ ਮੈਂ ਉਹਨੂੰ ਕੋਠੇ 'ਤੇ ਲਿਆ ਕੇ ਗੱਲ ਦੱਸੀ ਇਸ ਬਾਰੇ 'ਚ, ਅਤੇ ਉਹ ਤਾਂ ਭੜਕ ਗਿਆ, ਕਿਦਮ ਮੈਂ ਮਾਰ ਦੂੰ, ਮੈਂ ਐਂ ਕਰ ਦੂੰ। ਫਿਰ ਉਹਨੂੰ ਸਮਝਾਇਆ, ਮੈਂ ਕਿਹਾ ਭਾਈ ਇਹ ਗੱਲਾਂ ਐਂ ਕਰਨ ਵਾਲੀਆਂ ਨਹੀਂ ਹਨ, ਉੱਧਰ ਬੇਇੱਜ਼ਤੀ ਹੋਈ ਜਾਂਦੀ ਹੈ, ਫਿਰ ਤੂੰ ਮਾਰ ਨੂੰ ਫਿਰਦਾ। ਮੈਂ ਕਿਹਾ ਮੈਂ ਸਰਪੰਚ ਸਾਹਿਬ ਕੋਲ ਜਾ ਕੇ ਉਹਨੂੰ ਆਪੇ ਸਾਰਾ ਕੁਝ ਸਮਝਾ ਦੇਣਗੇ। ਸਰਪੰਚ ਸਾਹਿਬ ਮੈਂ ਤੁਹਾਡੇ ਕੋਲ ਤਾਂ ਆਇਆ ਹੁਣ। ਅੱਛਾ, ਓਹੋ ਇਹ ਕੰਮ ਰੌਲਾ ਪਾਏ ਤਾਂ ਥੋੜ੍ਹੀ ਹੱਲ ਹੁੰਦੇ ਹੁੰਦੇ ਆ, ਕਹਿੰਦੇ ਹੁੰਦੇ ਜੇ ਕੁੜਤਾ ਚੱਕਾਂਗੇ ਆਪਦਾ ਢਿੱਡ ਰੰਗਾ ਹੋਊਗਾ, ਤੈਨੂੰ ਤਾਂ ਇਹ ਪਤਾ ਨਾ ਗੱਲ ਦਾ, ਇਹ ਰੌਲਾ ਪਾਉਣ ਨਾਲ ਹੀ ਕੰਮ ਹੁੰਦਾ, ਇਹ ਤਾਂ ਕਹਿੰਦੇ ਸਕੀਮ ਨਾਲ ਲਾਉਣੀ ਪੈਂਦੀ ਹੁੰਦੀ ਆ। ਕੋਈ ਗੱਲ ਨਹੀਂ, ਤੂੰ ਮੈਨੂੰ ਗੱਲ ਦੱਸਦੀ ਨਾ, ਹੁਣ ਕੰਮ ਇਹ ਮੇਰੇ 'ਤੇ ਛੱਡ ਦੇ, ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ, ਜਿਹੜਾ ਕੁਛ ਕਰਨਾ ਮੈਂ ਕਰੂੰ, ਕੇਰਾ ਤੁਹਾਨੂੰ ਸਮਝਾਊਂਗਾ, ਜੇ ਮੰਨਗੇ ਤਾਂ ਠੀਕ ਆ, ਅਤੇ ਨਹੀਂ ਤੈਨੂੰ ਪਤਾ ਉਦੋਂ ਤਾਂ ਮੈਂ ਕੀ ਕਰਨਾ, ਮੈਂ ਆਪਦੇ ਹਿਸਾਬ ਨਾਲ ਆਪੇ ਕਰ ਲੂੰ, ਪਰ ਤੁਸੀਂ ਕੁਛ ਨਹੀਂ ਕਰਨਾ। ਨਹੀਂ ਸਰਪੰਚ ਸਾਹਿਬ ਜੀ, ਅਸੀਂ ਕੁਛ ਕਰਨਾ ਹੁੰਦਾ ਤੁਹਾਡੇ ਕੋਲ ਆਉਂਦੇ ਨਹੀਂ ਸੀ, ਅਸੀਂ ਕਰੀਏ ਵੀ ਕੀ, ਹੁਣ ਜਿਵੇਂ ਤੁਸੀਂ ਹੱਲ ਕਰੋਗੇ ਸਾਨੂੰ ਠੀਕ ਹੈ, ਸਾਡੀ ਇੱਜ਼ਤ ਬਾਰੇ ਤੁਸੀਂ ਸੋਚਣਾ ਤਾਂ ਤੁਹਾਡੇ ਕੋਲ ਆਇਆ। ਓਹੋ ਜੇ ਤੇਰੀ ਧੀ ਆ ਉਹ ਮੇਰੀ ਵੀ ਧੀ ਆ, ਪਰ ਮੈਨੂੰ ਇੱਕ ਗੱਲ ਦੱਸ ਦੇ ਤੂੰ, ਵੀ ਆਪਣੀ ਕੁੜੀ ਘਰੋਂ ਸਕੂਲ ਕਿੰਨੇ ਵਜੇ ਜਾਂਦੀ ਬਸ? ਸਰਪੰਚ ਸਾਹਿਬ ਘਰੋਂ ਤਾਂ ਨਾ ਉਹ ਕੋਈ 8:30 ਦੇ ਦਰਮਿਆਨ ਤੁਰ ਪੈਂਦੀ ਹੈ ਘਰੋਂ। ਕੋਈ ਗੱਲ ਨਹੀਂ, ਬਸ ਹੁਣ ਇਹ ਕੰਮ ਤੂੰ ਮੇਰੇ 'ਤੇ ਛੱਡ ਦੇ, ਮੇਰਾ ਕੰਮ ਰਹਿ ਗਿਆ, ਤੇਰਾ ਖਤਮ ਹੋ ਗਿਆ, ਤੂੰ ਮੈਨੂੰ ਗੱਲ ਦੱਸਦੀ ਨਾ ਬਸ, ਇਦੋਂ ਬਾਅਦ ਮੈਂ ਜਾਣਾ, ਮੇਰਾ ਕੰਮ ਜਾਣੀ। ਠੀਕ ਹੈ ਜੀ, ਬਹੁਤ ਧੰਨਵਾਦ ਸਰਪੰਚ ਸਾਹਿਬ ਤੁਹਾਡਾ। ਪਰ ਇੱਕ ਗੱਲ ਜ਼ਰੂਰ ਆ, ਮੁੰਡੇ ਨੂੰ ਸਮਝਾ ਦੀ, ਤੁਸੀਂ ਕੋਈ ਸਟੈਪ ਨਹੀਂ ਲੈਣਾ, ਠੀਕ ਹੈ? ਨਹੀਂ ਜੀ, ਜਿੰਨਾ ਚਿਰ ਕੋਈ ਤੁਹਾਡੀ ਜਵਾਬਦਾਰੀ ਨਹੀਂ ਹੁੰਦੀ, ਅਸੀਂ ਤੁਹਾਡੇ ਪੁੱਛੇ ਬਿਨਾਂ ਕੁਛ ਵੀ ਨਹੀਂ ਕਰਦੇ। ਬਸ ਠੀਕ ਹੈ, ਹੁਣ ਮੇਰਾ ਕੰਮ ਰਹਿ ਗਿਆ, ਮੈਂ ਜਾਣਾ, ਮੇਰਾ ਕੰਮ ਜਾਣੀ, ਤੁਸੀਂ ਦੇਖ ਲਓ ਕੀ ਕੀ ਹੁੰਦਾ। ਬਹੁਤ ਧੰਨਵਾਦ ਸਰ। ਉਹ ਚਾਹ ਪਾਣੀ ਦੀ ਸੇਵਾ? ਬਸ ਜੀ, ਆਹ ਚਾਹ ਪਾਣੀ ਹੈ, ਬਸ ਇਹ ਕੰਮ ਕਰ ਦਿਓ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਉਹ ਕਹਿੰਦੇ ਹੁੰਦੇ ਆ ਧੀਆਂ ਭੈਣਾਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ, ਪਰ ਆਹ ਦੇਖ ਲਾ ਅੱਜ ਕੱਲ੍ਹ ਦੇ ਮੁੰਡੇ ਇਹ ਨਹੀਂ ਸੋਚਦੇ ਵੀ ਤੁਸੀਂ ਪੜ੍ਹਨ ਜਾਂਦੇ ਹੋ ਸਕੂਲ 'ਚ, ਜੇ ਕੋਈ ਗੱਲਬਾਤ ਆ ਜਿੱਥੇ ਮਾਂ ਪਿਓ ਵਿਆਹੂਗਾ ਵੀ ਉਦੋਂ ਤੁਸੀਂ ਵਿਆਹ ਕਰਾ ਲਓ, ਕਿਉਂ ਤੁਸੀਂ ਕਿਸੇ ਜ਼ਿੰਦਗੀ ਖਰਾਬ ਕਰਦੇ ਹੋ? ਇਹੋ ਜਿਹੀਆਂ ਕੁੜੀਆਂ ਗੀਆਂ, ਆਪਦੇ ਮਾਂ ਪਿਓ ਵੀ ਨਹੀਂ ਸੋਚਣਾ ਚਾਹੀਦਾ, ਹਰ ਇੱਕ ਨੂੰ, ਧੀ ਨੂੰ ਵੀ ਸੋਚਣਾ ਚਾਹੀਦਾ ਅਤੇ ਪੁੱਤਾਂ ਨੂੰ ਵੀ ਸੋਚਣਾ ਚਾਹੀਦਾ ਵੀ ਸਾਡਾ ਕੱਲ੍ਹ ਨੂੰ ਕੀ ਬਣੂਗਾ। ਪਰ ਪਤਾ ਨਹੀਂ ਕੀ ਗੱਲ ਅੱਜ ਕੱਲ੍ਹ ਹੋਇਆ ਕਿ ਅਨਸੋਰ ਮੱਤ ਨੂੰ, ਚੱਲ ਕੋਈ ਗੱਲ ਨਹੀਂ, ਕੋਈ ਨਾ ਕੋਈ ਤਾਂ ਲਾ ਸਰਪੰਚਾ ਸਕੀਮ। ਨਜ਼ਰਾਂ ਵੀ ਘੁਮਾੜਿਆ ਕਰ ਮਾੜੀ, ਕੋਈ ਰਾਜ ਵੀ ਖੜਾ ਹੁੰਦਾ ਕਿ ਯਾਰੀ ਨਾ, ਇੰਨੀ ਨੇੜੇ ਸਾਡੇ ਘਰ ਦੇ ਖੜਾ, ਕੀ ਗੱਲ ਮਰਨ ਦੀ ਤਿਆਰੀ ਆ? ਮਰਿਆ ਤਾਂ ਮੈਂ ਪਹਿਲਾਂ ਹੀ ਪੈਂ ਤੇਰੇ ਪਿਆਰ ਚ। ਅੱਛਾ ਜੀ, ਹੋਰ ਤੇਰੇ ਬਿਨਾਂ ਤਾਂ ਮੇਰਾ ਇੱਕ ਪਲ ਵੀ ਜੀ ਨਹੀਂ ਲੱਗਦਾ, ਹੁਣ ਤਾਂ ਘਰੇ ਵੀ ਜੀ ਲੱਗਣੋਂ ਹਟ ਗਿਆ ਮੇਰਾ। ਰਵੀ ਮੇਰੀ ਗੱਲ ਸੁਣ, ਇੱਥੇ ਨਾ ਗਲੀ ਬਹੁਤ ਚੱਲਦੀ ਹੈ, ਮੈਨੂੰ ਹੁਣ ਜਾਣ ਦੇ, ਨਾਲੇ ਸਕੂਲ ਦਾ ਟਾਈਮ ਹੋ ਰਿਹਾ, ਤੇ ਇਹੀ ਗੱਲਾਂ ਤੇਰੇ ਫੋਨ ਤੇ ਹੁੰਦੀਆਂ ਨੇ, ਇਹੀ ਤੇਰੀਆਂ ਜਦੋਂ ਫੇਸ ਟੂ ਫੇਸ ਮਿਲਦੇ ਆ। ਲੋ ਹੋਰ ਹੁਣ ਗੱਲਾਂ ਕੀ ਕਰਾਂ, ਮੇਰੇ ਕੋਲ ਤਾਂ ਇਹੋ ਜਿਹੀਆਂ ਗੱਲਾਂ ਨੇ, ਇੱਥੋਂ ਨਹੀਂ ਰਿਹਾ ਜਾਂਦਾ, ਹੁਣ ਘਰੇ ਗੱਲ ਕਰ ਲਾ ਬਸ। ਘਰੇ ਗੱਲ ਕਰ ਲਾ, ਤੇਰਾ ਦਿਮਾਗ ਖਰਾਬ ਆ, ਤੈਨੂੰ ਲੱਗਦਾ ਮੇਰੇ ਘਰ ਦੇ ਮੰਨ ਜਾਣਗੇ, ਨਾਲੇ ਤੇਰੇ ਘਰ ਦੇ ਮੰਨ ਜਾਣਗੇ? ਹੁਣ ਤੂੰ ਆਹ ਗੱਲਾਂ ਤੇ ਆ ਗਈ, ਪਹਿਲਾਂ ਭੋਲੇ ਭਾਲੇ ਮੁੰਡੇ ਨੂੰ ਪੱਟ ਸੁੱਟਿਆ, ਹੁਣ ਆਹ ਗੱਲਾਂ ਕਰਦੀ। ਰਵੀ ਕੀ ਪੱਟ ਸੁੱਟਿਆ ਹੈ, ਤੂੰ ਆਪ ਹੀ ਸਮਝ ਵੀ ਮੇਰੇ ਘਰ ਦੇ ਕਿਵੇਂ ਮੰਨਣਗੇ, ਆਪਾਂ ਅਲੱਗ ਅਲੱਗ ਪਿੰਡ ਦੇ ਹੁੰਦੇ ਤਾਂ ਵੀ ਸੀ। ਇਹੀ ਗੱਲਾਂ ਤੇਰੇ ਫੋਨ ਤੇ ਹੁੰਦੀਆਂ ਨੇ, ਇਹੀ ਜਦੋਂ ਆਮਨੇ ਸਾਹਮਣੇ ਹੁੰਦੇ ਉਦੋਂ। ਚੱਲ ਚੰਗਾ, ਹੋਰ ਕੀ ਗੱਲਾਂ ਕਰਾਂ ਯਾਰ, ਫਿਰ ਉਹੀ ਗੱਲਾਂ ਤੇ। ਰੀਤਾ ਆ ਜਾ ਨਾ, ਰੀ ਤੂੰ ਤਾਂ ਇੱਥੇ ਇੰਨਾ ਟਾਈਮ ਲਾਤਾ, ਮੜ ਮੜ ਦੇਖ ਵੀ ਲਿਆ ਕਰ। ਰਵੀ ਜੇ ਤੂੰ ਫੋਨ ਤੇ ਨੀਰ ਗੱਲਾਂ ਕਰ ਕਰ ਰਾਜਦਾ ਨਾ, ਹੁਣ ਤੇਰਾ ਦਿਲ ਕਿੱਥੇ ਭਰੂਗਾ? ਆ ਜਾ ਰੀਤ, ਨਾਲੇ ਕੋਈ ਦੇਖ ਲਊਗਾ। ਰੀਤ ਵਧੀਆ ਰਹੇਗੀ, ਤੂੰ ਆ ਗਈ ਛੇਤੀ, ਜੇ ਕੋਈ ਦੇਖ ਲਾ ਤਾਂ ਫੇਰ।
ਸਹੀ ਗੱਲ ਹੈ ਦੀਦੀ, ਆ ਜਲਦੀ ਜਲਦੀ ਚੱਲੀਏ, ਕੋਈ ਦੇਖ ਵੀ ਨਾ ਲਵੇ। ਚੱਲ ਚੱਲ। ਉਹ ਮੇਰਾ ਬੈਗ ਕਿੱਥੇ ਆ? ਤਾਂ ਤੇਰਾ ਸਕੂਲ 'ਚ ਰੱਖੀ ਸੀ ਮੈਂ ਸਾਂਭ ਕੇ। ਓਕੇ। ਮੈਂ ਇੰਨਾ ਪਿਆਰ ਕਰਦਾ ਕਹੂੰਗੀ, ਜਮਾ ਨਹੀਂ ਸੀਰੀਅਸ ਹੁੰਦੀ। ਪੰਚ ਕਿੱਧਰ ਹੁੰਦਾ ਤੁਰਿਆ ਉਹ? ਚੱਲ ਲਾ ਦਾਂਗੇ ਤੁਹਾਨੂੰ। ਤੂੰ ਇੱਥੇ ਕੀ ਕਰਦਾ ਫਿਰਦਾਗਾ? ਉਹ ਨੇ ਢਾਲਾ ਡਿੱਗ ਪਏ ਸੀਗੇ ਜੀ, ਉਹ ਲੱਭਦੇ ਸੀ। ਢਾਲਾ ਢੁਲਾ ਦੱਸਿਆ ਤੈਨੂੰ, ਮੈਂ ਢਾਲਾ ਦੇਊਂਗਾ, ਉਹ ਯਾਦ ਹੀ ਰੱਖੀਗਾ। ਕਿਉਂ ਜੀ, ਇਹੋ ਜਿਹਾ ਹੀ ਕਰਤਾ ਮੈਂ? ਉਹ ਕਾਕਾ, ਤੂੰ ਕਿਵੇਂ ਕੁੜੀਆਂ ਦਾ ਰਸਤਾ ਘਰੇ ਬੈਠਾ ਸੀਗਾ? ਨਾਲ ਤੇਰਾ ਆਹੀ ਪਿੰਡ ਆ ਨਾ, ਤੂੰ ਬਘੇਰੇ ਦਾ ਪੁੱਤ ਹੀ ਆ ਨਾ, ਤੂੰ ਉਹੀ ਆ ਜਿਹੜਾ ਰੀਤ ਨੂੰ ਫੋਨ ਲਾਉਣਾ ਹੁੰਦਾ। ਹਾਂਜੀ, ਮੈਂ ਪਿਆਰ ਕਰਦਾ ਜੀ, ਤੇ ਅਸੀਂ ਦੋਨਾਂ ਨੇ ਵਿਆਹ ਕਰਾਉਣਾ ਜੀ, ਉਹ ਵੀ ਮੈਨੂੰ ਬਹੁਤ ਪਿਆਰ ਕਰਦਾ। ਉਹ ਤੈਨੂੰ ਪਤਾ ਨਾ ਨਾਲੇ, ਉਹ ਕੁੜੀ ਕਿਹਦੀ ਆ? ਉਹ ਜੋਰੇ ਦੀ ਕੁੜੀ ਆ ਸਰਦਾਰ ਦੀ। ਤੂੰ ਵਿਆਹ ਬਾਰੇ ਗੱਲ ਸੋਚ ਕੇ ਮਿਲੇ ਤੀ? ਤੂੰ ਗੱਲ ਸੁਣੋ ਸਰਪੰਚ ਸਾਹਿਬ, ਪਿਆਰ ਨਾ ਗਰੀਬੀ ਅਮੀਰੀ ਦੇਖ ਕੇ ਨਹੀਂ ਹੁੰਦਾ, ਨਾ ਹੀ ਜਾਤ ਪਾਤ ਦੇਖ ਕੇ ਹੁੰਦਾ, ਇਹਦਾ ਬਸ ਇੱਕ ਹੋ ਜਾਂਦਾ ਗਾ। ਨਾਲੇ ਮੈਨੂੰ ਇਹ ਨਹੀਂ ਸੀ ਪਤਾ ਵੀ ਉਹ ਇੰਨੇ ਤਕੜੇ ਘਰ ਦੀ ਕੁੜੀ ਆ। ਉਹ ਨਾਲੇ ਤੈਨੂੰ ਹੁਣ ਤਾਂ ਪਤਾ ਲੱਗ ਗਿਆ ਨਾ, ਜਿੰਨਾ ਤੂੰ ਉਦੋਂ ਦੂਰ ਰਹੇਗਾ ਨਾ ਤੇਰੇ ਵਾਸਤੇ ਉਨਾ ਹੀ ਫਾਇਦਾ। ਹੁਣ ਤੂੰ ਇੱਥੇ ਤਿੱਤਰ ਬਣ ਜਾ, ਅੱਜ ਤੋਂ ਬਾਅਦ ਮੈਂ ਤੈਨੂੰ ਉਹਦੇ ਲਵੇ ਤਾਵੇ ਵੀ ਦੇਖ ਲੈਣਾ, ਉਹਦਾ ਹਿਸਾਬ ਲਾ ਲਈ ਤੂੰ। ਸਰਪੰਚ ਸਾਹਿਬ, ਦੂਰ ਰਹਿਣ ਵਾਲੀਆਂ ਤਾਂ ਹੁਣ ਤੁਸੀਂ ਗੱਲਾਂ ਹੀ ਛੱਡ ਦਿਓ, ਅਸੀਂ ਤਾਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਵਿਆਹ ਵੀ ਕਰਾਉਣਾ ਹੁਣ ਅਸੀਂ। ਦੇ ਕਾਕਾ, ਤੂੰ ਸਿਆਣਾ, ਤੂੰ ਉਹਦਾ ਪਿੱਛੇ ਹਟ ਜਾ। ਦੇਖ, ਕੁੜੀ ਹਜੇ ਨਿਆਣੀ ਆ, ਉਹਨੂੰ ਹਜੇ ਚੰਗੇ ਬੁਰੇ ਦੀ ਪਰਖ ਨਹੀਂ। ਅਤੇ ਨਾਲੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਮੈਂ, ਕਿਤੇ ਕੁੱਲੀਆਂ ਨਾਲ ਮਹਿਲਾਂ ਦੇ ਰਿਸ਼ਤੇ ਜੁੜੇ ਆ? ਸਾਡੇ ਰਿਸ਼ਤਾ ਨਾ ਸਰਪੰਚ ਸਾਹਿਬ, ਕੁੱਲੀਆਂ ਮਹਿਲ ਦੇਖ ਕੇ ਨਹੀਂ ਹੋਇਆ ਗਾ, ਇਹ ਦਿਲਾਂ ਦੇ ਸੌਦੇ ਹੋਏ ਜੀ ਸਾਡੇ। ਸਰਪੰਚ ਸਾਹਿਬ, ਮੈਂ ਰੀਤ ਲਈ ਜਾਣ ਦੇ ਵੀ ਸਕਦਾ ਅਤੇ ਕਿਸੇ ਦੀ ਜਾਣ ਲੈ ਵੀ ਸਕਦਾ। ਨਾਲੇ ਜਿਹੜੀ ਆਹ ਅਮੀਰੀ ਗਰੀਬੀ ਵਾਲੀ ਗੱਲ ਆ, ਰਹੀ ਗੱਲ ਗਰੀਬੀ ਅਮੀਰੀ ਦੀ, ਇਹ ਤੁਹਾਡੇ ਅਰਗੇ ਵੱਡੇ ਲੋਕਾਂ ਦੀਆਂ ਕੰਧਾਂ ਖਿੱਚੀਆਂ ਹੋਈਆਂ ਨੇ। ਤੇਰਾ ਰੀਤ ਨਾਲ ਨਾ ਅੱਜ ਵਿਆਹ ਹੋਵੇ ਅਤੇ ਨਾ ਹੋਵੇ ਕੱਲ੍ਹ, ਜਿਹੜਾ ਮਨ 'ਚ ਤੂੰ ਬਹਿ ਪਾਲੀ ਬੈਠਾ ਨਾ, ਇਹ ਮਨ 'ਚੋਂ ਤੂੰ ਕੱਢ ਦੇ, ਉਹ ਬਹੁਤ ਬੁਰੇ ਖਿਆਲ ਲਈ ਬੈਠਾ ਤੂੰ। ਸਰਪੰਚ ਸਾਹਿਬ, ਤੁਸੀਂ ਆ ਸਰਪੰਚੀ ਦੀ ਰੋਜ਼ ਆ ਮਾਰ ਕੇ ਨਾ ਮੈਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੋ। ਬਾਕੀ ਰਹੀ ਗੱਲ ਪਿੱਛੇ ਹਟਣ ਵਾਲੀ, ਜਿੰਨਾ ਟਾਈਮ ਰੀਤ ਨਹੀਂ ਨਾ ਮੈਨੂੰ ਕਹਿੰਦੀ ਵੀ ਮੈਂ ਤੇਰੇ ਨਾਲ ਗੱਲ ਨਹੀਂ ਕਰਦੀ, ਉਹਨਾਂ ਟਾਈਮ ਮੈਂ ਨਹੀਂ ਪਿੱਛੇ ਪੁੱਛੇ ਹਟਦਾ। ਜਿੰਨਾ ਟਾਈਮ ਉਹ ਮੇਰੇ ਹੱਕ 'ਚ ਖੜੀ ਆ, ਮੈਂ ਉਹਦੇ ਨਾਲ ਡੱਟ ਕੇ ਖੜੂੰਗਾ, ਚਾਹੇ ਕੁਛ ਹੋ ਜੇ। ਜੇ ਕਾਕਾ, ਜੇ ਆ ਗੱਲ ਆ, ਮੈਂ ਉਹਨੂੰ ਆਪੇ ਸਮਝਾ ਲਊਂਗਾ ਦੀ ਕੁੜੀ ਨੂੰ, ਪਰ ਅੱਜ ਤੋਂ ਤੂੰ ਉੱਥੋਂ ਦੂਰ ਰਹਿਣਾ ਗਾ। ਜਿੰਨਾ ਤੂੰ ਉੱਥੋਂ ਦੂਰ ਰਹੀ ਨਾ ਤੇਰੇ ਵਾਸਤੇ ਉਨਾ ਹੀ ਚੰਗਾ ਹੋਊ। ਜਿਹੜੀਆਂ ਗੱਲਾਂ ਤੂੰ ਕਰੀ ਜਾਂਦਾ ਨਾ, ਇਹ ਗੱਲਾਂ ਨੇ ਉਦੋਂ ਤੇਰੇ ਨੇੜੇ ਤੇੜੇ ਵੀ ਨਹੀਂ ਆਉਣਾ। ਸਰਪੰਚ ਸਾਹਿਬ, ਤੁਸੀਂ ਆਪਣੀ ਕੁੜੀ ਨੂੰ ਸਮਝਾ ਲਓ, ਨਾ ਮੈਂ ਉਹਨੂੰ ਪਹਿਲਾਂ ਆਪ ਫੋਨ ਲਾਵਾਂ, ਨਾ ਮੈਂ ਕਦੇ ਉਹਦੇ ਰਾਹ 'ਚ ਆਵਾਂ। ਉਹ ਕਾਕਾ, ਮੈਨੂੰ ਇਹ ਗੱਲ ਮਨਜ਼ੂਰ ਆ, ਜਿਹੜੀ ਗੱਲ ਤੂੰ ਕਹੀਤੀ ਨਾ ਮੇਰੇ ਸਿਰ ਮੱਥੇ, ਪਰ ਅੱਜ ਤੋਂ ਬਾਅਦ ਤੂੰ ਉਹਦੇ ਰਾਹ ਦੇ ਵਿੱਚ ਨਹੀਂ ਆਉਣਾ। ਜੇ ਕਿਤੇ ਤੂੰ ਉਹਦੇ ਰਾਹ ਦੇ ਵਿੱਚ ਆ ਗਿਆ ਨਾ, ਤੂੰ ਹਿਸਾਬ ਲਾ ਲਈ, ਤੇਰੀ ਪੁੱਠੀ ਗਿਣਤੀ ਸ਼ੁਰੂ ਹੋ ਗਈ। ਇੱਕ ਗੱਲ ਹੋਰ, ਅੱਜ ਤੋਂ ਬਾਅਦ ਉਹਦੇ ਫੋਨ 'ਤੇ ਤੇਰਾ ਫੋਨ ਨਹੀਂ ਆਉਣਾ ਚਾਹੀਦਾ। ਜੇ ਕਿਤੇ ਉਹਦੇ ਫੋਨ 'ਤੇ ਤੇਰਾ ਫੋਨ ਆ ਗਿਆ, ਫਿਰ ਤੂੰ ਆਪਦਾ ਹਿਸਾਬ ਆਪੇ ਲਾ ਲਈ। ਇੱਕ ਗੱਲ ਹੋਰ, ਤੇਰੇ ਦਾਦੇ ਅਰਗਿਆਂ ਨਾਲ ਨਾ ਮੇਰੀ ਚੰਗੀ ਲਿਆ ਜਾ, ਇਹਦਾ ਕਰਕੇ ਮੈਂ ਤੈਨੂੰ ਬਖਸ਼ੀ ਜਾਂਦਾ। ਫਿਰ ਕੱਲ੍ਹ ਨੂੰ ਇਹ ਗੱਲ ਨਾ ਮੈਨੂੰ ਕਹਿ ਦੀ ਵੀ ਸਾਡੇ ਘਰੇ ਜਾ ਕੇ ਲਾਂਭਾ ਦੇਤਾ। ਹੁਣ ਪਹਿਲੀ ਵਾਰ ਮੈਂ ਤੈਨੂੰ ਸਮਝਾਤਾ, ਜੇ ਗੱਲ ਤੋਂ ਦੂਰ ਰਹੀਆਂ ਤਾਂ ਤੇਰੇ ਵਾਸਤੇ ਚੰਗਾ ਰਹੂਗਾ, ਤੇ ਨਹੀਂ ਤਾਂ ਫਿਰ ਤੈਨੂੰ ਪਤਾ ਹੀ ਹੈ। ਬਸ ਠੀਕ ਆ ਜੀ, ਤੁਸੀਂ ਆਪਦੀ ਕੁੜੀ ਨੂੰ ਸਮਝਾ ਲਓ, ਮੇਰੀ ਫਿਕਰ ਨਾ ਕਰੋ। ਤਿੱਤਰ ਬਣ ਜਾ ਇੱਥੋਂ ਹੁਣ ਤੂੰ। ਆਹ ਹੁਣ ਜੋਰਾ ਵੀ ਆਉਂਦਾ ਹੋਊਗਾ, ਪਹਿਲਾਂ ਜੋਰੇ ਦਾ ਕੰਮ ਨਿਬੜ ਜੇ, ਉਦੋਂ ਬਾਅਦ ਫਿਰ ਦੇਖਦੇ ਹਾਂ, ਫਿਰ ਕੋਈ ਕੰਮ ਕਰਾਂਗੇ। ਉਹਨਾਂ ਨੇ ਥਾਣੇ 'ਚ ਜਾਣਾ ਸੀਗਾ, ਥਾਣੇ 'ਚ ਵਾਲਾ ਕੰਮ ਕਰ ਆਵਾਂਗੇ ਅੱਜ, ਇਹ ਸਾਰੇ ਕੰਮ ਨਿਬੜ ਜਾਣਗੇ। ਕੀ ਕਹਿੰਦਾ ਮਾਨ ਸਾਹਿਬ? ਆ ਜਾਓ ਜੀ, ਆ ਜਾਓ, ਮੈਂ ਤਾਂ ਇਹਨੂੰ ਡਿੱਕੀ ਜਾਂਦਾ ਸੀਗਾ। ਹਾਂ, ਤੁਸੀਂ ਫੋਨ ਕਰਿਆ ਸੀਗਾ, ਫਿਰ ਮੈਂ ਤਾਂ ਉਦੋਂ ਹੀ ਆ ਗਿਆ। ਚੱਲ ਉਹ ਠੀਕ ਹੈ, ਬਸ ਠੀਕ ਹੈ, ਦੱਸੋ ਕੀ ਗੱਲਬਾਤ ਹੋਈ? ਉਹ ਗੱਲਬਾਤ ਆਇਆ ਜੋਰਾ ਸਿੰਘ, ਦੇਖ
ਮੈਂ ਮੁੰਡੇ ਨੂੰ ਸਮਝਾਤਾ। ਅੱਛਾ ਠੀਕ ਹੈ, ਪਰ ਘਰ ਦਾ ਤਾਂ ਹੋਰ ਤੋਰ ਜੀ ਸੀ ਮੁੰਡਾ, ਉਹਦੀ ਬੋਲੀ ਤਾਂ ਹੋਰ ਸੀਗੀ, ਪਰ ਮੈਂ ਉਹਨੂੰ ਆਪਦੇ ਹਿਸਾਬ ਨਾਲ ਸਮਝਾਤਾ। ਪਰ ਇੱਕ ਗੱਲ ਹੋਰ ਹੈ, ਤੂੰ ਹੁਣ ਆਪਦੀ ਕੁੜੀ ਨੂੰ ਸਮਝਾ ਕੇ ਰੱਖੀ। ਉਹਨੇ ਮੈਨੂੰ ਇਹ ਗੱਲ ਕਹੀ ਆ, ਕਹਿੰਦਾ ਆਪ ਪਹਿਲਾਂ ਮੈਂ ਪੈਰ ਨਹੀਂ ਕਰਦਾ, ਨਾ ਤਾਂ ਉਹਦੇ ਮੈਂ ਕਿਤੇ ਰਸਤੇ 'ਚ ਆਵਾਂ, ਠੀਕ ਹੈ, ਅਤੇ ਨਾ ਮੈਂ ਉਹਨੂੰ ਫੋਨ ਲਾਵਾਂ। ਠੀਕ ਹੈ ਠੀਕ ਹੈ, ਇਹ ਤਾਂ ਗੱਲ ਤੁਹਾਡੀ ਠੀਕ ਹੈ। ਠੀਕ ਹੈ ਸਰਪੰਚ ਸਾਹਿਬ, ਉਹ ਮੁੰਡਾ ਹੈ ਕੌਣ, ਕਿਹਦਾ ਮੁੰਡਾ ਹੈ? ਜੋਰਾ ਸਿੰਘ, ਉਹ ਤੂੰ ਇਹਨਾਂ ਗੱਲਾਂ ਤੋਂ ਕੀ ਲੈਣਾ, ਕਿਸੇ ਦਾ ਹੀ ਹੋਵੇ, ਮੈਂ ਉਹਨੂੰ ਕਿਹੜਾ ਸਮਝਾਇਆ ਦੀ ਭਾਸ਼ਾ ਨਾਲ, ਤੈਨੂੰ ਇਹ ਗੱਲ ਦੀ ਲੋੜ ਨਹੀਂ ਪੁੱਛਣ ਦੀ, ਠੀਕ ਹੈ? ਬਾਕੀ ਸਿਰੇ ਜਿਹੜੀ ਤੈਨੂੰ ਮੈਂ ਗੱਲ ਕਹਿਣਾ ਨਾ, ਤੂੰ ਇਹਦਾ ਖਿਆਲ ਰੱਖ, ਪਰ ਹੁਣ ਤੇਰੀ ਜ਼ਿੰਮੇਵਾਰੀ ਰਹੇਗੀ, ਤੇਰੀ ਕੁੜੀ ਉਹਨੂੰ ਫੋਨ ਨਾ ਲਾਵੇ। ਉਹਨੇ ਜਿਹੜੀ ਗੱਲ ਕਹੀ ਆ ਵੀ ਨਾ ਤਾਂ ਉਹਨੂੰ ਮੈਂ ਕਿਤੇ ਫੋਨ ਲਾਵਾਂ, ਨਾ ਮੈਂ ਉਹਦੇ ਰਾਹ 'ਚ ਆਵਾਂ, ਜੇ ਪਹਿਲਾਂ ਉਹ ਪਹਿਲ ਕਰੂਗੀ, ਇਹ ਗੱਲ ਕਹੀ ਜਾਣੇ। ਹੁਣ ਪਹਿਲ ਕੌਣ ਕਰ ਸਕਦੀ ਆ? ਕੁੜੀ, ਤੂੰ ਕੁੜੀ ਨੂੰ ਸਮਝਾਉਣਾ ਗਾ, ਉਹ ਨਾ ਉਹ ਆਪਦੇ ਆਪ ਨਹੀਂ ਫੋਨ ਲਾਉਂਦਾ, ਉਹ ਕਹਿੰਦਾ ਮੈਂ। ਚਲੋ ਸਰਪੰਚ ਸਾਹਿਬ ਠੀਕ ਹੈ, ਜੇ ਤੁਸੀਂ ਸਮਝਾ ਹੀ ਦਿੱਤਾ ਫਿਰ ਅਸੀਂ ਕੀ ਲੈਣਾ ਉਹਨੂੰ, ਮਿਲ ਕੇ ਜਾਂ ਕਹਿ ਕੇ ਕੁਛ? ਓਹੋ, ਮੈਂ ਤੈਨੂੰ ਗੱਲ ਇਹ ਕਹਿਣਾ, ਜੇ ਹੁਣ ਕੱਲ੍ਹ ਨੂੰ ਕੁੜੀ ਨੇ ਫੋਨ ਲਾਤਾ, ਉਹ ਤਾਂ ਫਿਰ ਕਹੇ ਤੂੰ ਕੁੜੀ ਫੋਨ ਲਾਉਂਦੀ ਸੀ। ਉਹ ਅਸੀਂ ਸਮਝਾਵਾਂਗੇ। ਹਾਂ, ਬਾਕੀ ਸਿਰ ਗੱਲ ਇਹ ਹੈ, ਕੁੜੀ ਨੂੰ ਪਿਆਰ ਨਾਲ ਸਮਝਾ ਦਿਓ, ਵੀ ਕੱਲ੍ਹ ਨੂੰ ਇਹਨਾਂ ਗੱਲਾਂ 'ਚ ਭਾਈ ਕੋਈ ਫਾਇਦਾ ਨਹੀਂ ਰੱਖਿਆ, ਫਿਰ ਮੁੜ ਕੇ ਨਾ ਘਰਾਂ ਦੇ ਘਰ ਪੱਟੇ ਜਾਂਦੇ। ਪਿਆਰ ਨਾਲ ਸਮਝਾਈ, ਜੇ ਤੁਸੀਂ ਕਰੋਗੇ ਗਰਮੀ, ਗਰਮੀ 'ਚ ਕੋਈ ਫਾਇਦਾ ਨਹੀਂ। ਠੀਕ ਹੈ ਸਰਪੰਚ ਸਾਹਿਬ, ਅਸੀਂ ਪਿਆਰ ਨਾਲ ਹੀ ਸਮਝਾਵਾਂਗੇ। ਪਿਆਰ ਨਾਲ ਸਮਝਾ ਜੀ, ਹੁਣ ਤੂੰ ਉਹਨੂੰ ਐਂ ਕਹਿੰਦੇ, ਦੇਖ ਲੈ ਭਾਈ ਜੇ ਮੇਰੀ ਇੱਜ਼ਤ ਰੱਖਣੀ ਕਿ ਨਹੀਂ ਰੱਖਣੀ, ਜੇ ਭਾਈ ਅਸੀਂ ਤੈਨੂੰ ਬੁਰੇ ਲੱਗਦੇ ਹਾਂ, ਸਾਨੂੰ ਫਿਰ ਉਹੀ ਕੁਛ ਪਾ ਲੈ। ਸਰਪੰਚ ਸਾਹਿਬ, ਜੇ ਕੋਈ 19-21 ਗੱਲ ਹੋਈ, ਮੈਂ ਫਿਰ ਤੁਹਾਡੇ ਕੋਲੇ ਆਉਂ, ਅਸੀਂ ਤਾਂ ਅਸੀਂ ਸਮਝਾਵਾਂਗੇ, ਜਿਵੇਂ ਤੁਸੀਂ ਸਾਨੂੰ ਦੱਸੀ ਹੈ ਗੱਲ, ਅਸੀਂ ਇਹ ਗੱਲ ਉਵੇਂ ਜਿਵੇਂ ਸਮਝਾਵਾਂਗੇ ਤੁਹਾਨੂੰ ਲੜਕੀ। ਇਹਦੇ 'ਚ ਹੋਰ ਹੁੰਦੀ ਹੈ ਗੱਲ ਜੋਰਾ ਸਿੰਘ, ਜੇ ਆਪਾਂ ਨੂੰ ਤਾਂ ਕੁੱਟਮਾਰ ਕਰਾਂਗੇ, ਉਹ ਆਪਣੇ ਤੋਂ ਹੋਰ ਦੂਰ ਹੋ ਜਾਓ, ਜਦੋਂ ਬੰਦਾ ਕਿਸੇ ਨੂੰ ਚਾਹੁਣ ਲੱਗ ਜਾਏ ਨਾ, ਇਹ ਤਾਂ ਤੈਨੂੰ ਵੀ ਪਤਾ ਗਾ, ਬੰਦਾ ਉਹਦੇ ਨੇੜੇ ਹੋ ਜਾਂਦਾ। ਹੁਣ ਉਹ ਇਸ ਟਾਈਮ ਉਹਦੇ ਨੇੜੇ ਆ, ਆਪਾਂ ਉਹਨੂੰ ਕਿਸੇ ਪਿਆਰ ਨਾਲ ਹੀ ਉਹਨੂੰ ਦੋ ਕਰ ਸਕਦੇ ਹਾਂ, ਜੇ ਆਪਾਂ ਧੱਕਾ ਕਰਾਂਗੇ ਉਹਨੂੰ ਤਾਂ ਇਹ ਹੋ ਜਾਊਗਾ ਵੀ ਮੇਰਾ ਮਾਂ ਪਿਓ ਮੇਰੇ ਨਾਲ ਹੀ ਨੀਗਾ। ਸਰਪੰਚ ਸਾਹਿਬ, ਜੇ ਕੁੱਟਮਾਰ ਕਰਨੀ ਹੁੰਦੀ ਨਾ, ਮੈਂ ਮੁੰਡੇ ਨੂੰ ਵੀ ਸਮਝਾਇਆ, ਮੈਂ ਤਾਂ ਹੀ ਪਹਿਲਾਂ ਤੁਹਾਡੇ ਕੋਲ ਆਇਆ, ਇਸੇ ਕਰਕੇ ਅਸੀਂ ਕੁੱਟਮਾਰ ਉਦੋਂ ਨਹੀਂ ਕਰੀ ਤੇ ਹੁਣ ਵੀ ਨਹੀਂ ਕਰਦੇ, ਅਸੀਂ ਪਿਆਰ ਨਾਲ ਹੀ ਪੁੱਛਾਂਗੇ। ਹਾਂ, ਉਹਨੂੰ ਇਹ ਗੱਲਾਂ ਪਿਆਰ ਨਾਲ ਸਮਝਾ ਦੇਗਾ ਤਾਂ ਚੰਗੀ ਰਹੂਗੀ, ਕੱਲ ਨੂੰ ਸੋਚ ਲਾ ਕਹਿੰਦੇ ਮੁੜ ਕੇ ਕਿਸੇ ਨੇ ਤੈਨੂੰ ਮੂੰਹ ਨਹੀਂ ਲਾਉਣਾ ਕੁੜ ਕੇ, ਇਹ ਗੱਲਾਂ ਸੋਚਣ ਵਾਲੀਆਂ ਹੁੰਦੀਆਂ, ਜੇ ਆਹ ਗੱਲਾਂ ਦਾ ਉਹਦੇ 'ਤੇ ਦਬਾਅ ਪੈ ਗਿਆ ਫਿਰ ਤਾਂ ਉਹ ਪਿੱਛੇ ਹਟ ਸਕਦੇ ਆ, ਨਹੀਂ ਤਾਂ ਤੈਨੂੰ ਪਤਾ ਹੈ ਮੁਰੇ ਇਹਦਾ ਨਤੀਜਾ ਕੀ ਨਿਕਲਣਾ। ਸਰਪੰਚ ਸਾਹਿਬ, ਜੇ ਇਹ ਗੱਲ ਵੱਧ ਗਈ ਤਾਂ ਫਿਰ ਉਹਦਾ ਰਿਸ਼ਤਾ ਕੌਣ ਲਊ? ਇਹ ਗੱਲਾਂ ਬਹੁਤ ਵੱਡੀਆਂ ਹੋਈਆਂ ਸਰਪੰਚ ਸਾਹਿਬ। ਉਹੀ ਤਾਂ ਮੈਂ ਗੱਲ ਕਹਿਣਾ ਗਾ, ਗੱਲਾਂ ਤਾਂ ਵੱਡੀਆਂ ਹੁੰਦੀਆਂ ਜੋਰਾ ਸਿੰਘ, ਮੈਨੂੰ ਵੀ ਇਸੇ ਗੱਲ ਦੀ ਚਿੰਤਾ ਹੋਈ ਪਈ ਆ ਵੀ ਆਪਾਂ ਵੀ ਫਿਰ ਮੂਹਰੇ ਮੂੰਹ ਕੀ ਦਿਖਾਵਾਂਗੇ ਜੇ ਕੱਲ੍ਹ ਨੂੰ 19-21 ਹੋ ਗਈ। ਠੀਕ ਹੈ ਜੀ, ਮੈਂ ਤੁਹਾਡੀ ਗੱਲ ਪੱਲੇ ਮੰਨ ਲਈ ਅਤੇ ਮੈਂ ਘਰ ਜਾ ਕੇ ਉਹਨੂੰ ਪਿਆਰ ਨਾਲ ਅਸੀਂ ਸਮਝਾਵਾਂਗੇ ਸਾਰੇ ਜਾਣੇ। ਪਿਆਰ ਨਹੀਂ ਸਮਝਾਉਣਾ, ਚੰਨੀ ਨੂੰ ਵੀ ਸਮਝਾਉਣਾ ਪਊਗਾ ਵੀ ਭਾਈ ਤੂੰ ਗਰਮ ਨਾ ਹੋ, ਸਰਪੰਚ ਸਾਹਿਬ ਨੇ ਆਹ ਗੱਲ ਕਹੀ ਹੈ ਅਤੇ ਮੁੰਡੇ ਨੂੰ ਹਟਾ ਤਾ, ਜੇ ਰਾਹ 'ਚ ਨਹੀਂ ਆਉਂਦਾ ਵੀ ਇਹ ਕੁੜੀ ਆਪਣੇ ਪੈਰ ਨਾ ਕਰੇ, ਉਹਨੂੰ ਫੋਨ ਫੋਨ ਨਾ ਕਰੇ। ਹਾਂ ਠੀਕ ਹੈ ਜੀ, ਬਸ ਵੱਡੀ ਗੱਲ ਤਾਂ ਆ ਗਈ। ਚਲੋ ਚੰਗਾ ਸਰਪੰਚ ਸਾਹਿਬ, ਮਾੜਾ ਤੁਹਾਨੂੰ ਵੀ ਖਿਆਲ ਰੱਖਣਾ ਪਊਗਾ। ਨਹੀਂ ਰੱਖਾਂਗੇ ਖਿਆਲ, ਜੇ ਤੁਸੀਂ ਮਾੜਾ ਖਿਆਲ ਰੱਖੋਗੇ ਨਾ ਫਿਰ ਇਹਦਾ ਹੱਲ ਹੋ ਸਕਦਾ। ਖਿਆਲ ਰੱਖਾਂਗੇ, ਰੱਖਣਾ ਵੀ ਪਊਗਾ। ਪਹਿਲਾਂ ਤਾਂ ਸਾਨੂੰ ਵੇਖ ਰਹੇ ਸੀਗੇ, ਕੋਈ ਗੱਲ ਨਹੀਂ, ਸਕੂਲ ਰੋਜ਼ ਹੀ ਜਾਂਦੀ ਸੀ ਪੜ੍ਹਨ, ਇਹ ਤਾਂ ਜੇ ਮੈਂ ਉਹਦੇ ਅਚਾਨਕ ਮੈਨੂੰ ਪਤਾ ਲੱਗ ਗਿਆ ਵੀ ਆਹ ਫੋਨ ਕਿਹਨੂੰ ਕਰੀ ਜਾਂਦੀ ਹੈ ਤਾਂ ਸਾਰੀ ਗੱਲਬਾਤ ਦਾ ਪਤਾ ਲੱਗ ਗਿਆ। ਚੱਲ ਕੋਈ ਗੱਲ ਨਹੀਂ, ਚੰਗਾ ਸਰਪੰਚ ਸਾਹਿਬ, ਦਿਓ ਜਾਇ, ਠੀਕ ਹੈ, ਧੰਨਵਾਦ ਤੁਹਾਡਾ ਬਹੁਤ। ਧੰਨਵਾਦ ਜੀ, ਅੱਜ ਕੱਲ੍ਹ ਇੱਥੋਂ ਬੰਦਾ ਮਾਰ ਖਾ ਜਾਂਦਾ, ਜੇ ਸਮਝ ਜੇ ਕੁੜੀ ਫਿਰ ਵੀ ਕਹਿੰਦੇ ਚੰਗਾ ਰਹੋ, ਅਤੇ ਨਹੀਂ ਤਾਂ ਫਿਰ ਇਹਦਾ ਨਤੀਜਾ ਨਾ ਐਂਡ 'ਤੇ ਗਲਤ ਹੀ ਨਿਕਲੂਗਾ। ਹੁਣ ਮੁੰਡੇ ਨੇ ਤਾਂ ਇਹ ਗੱਲ ਕਹਿ ਕੇ ਆਪਦਾ ਖਿਹੜਾ ਛਡਾ ਲਿਆ ਵੀ ਮੈਂ ਉਹਨੂੰ ਫੋਨ ਨਹੀਂ ਲਾਉਂਦਾ, ਪਰ ਮੁੰਡੇ ਨੂੰ ਵੀ ਪਤਾ ਹੀ ਹੋਊਗਾ ਨਾ, ਉਹ ਆਪਦੇ ਫੋਨ ਤਾਂ ਮੈਨੂੰ ਲਾਊਗੀ। ਗੱਲ ਤਾਂ ਹੁਣ ਇੱਥੇ ਜੇ ਕੁੜੀ ਵੀ ਸਮਝ ਜੇ ਨਾ, ਘਰ ਵਸਦਿਆਂ 'ਚ ਰਹਿ ਜੂਗਾ, ਨਹੀਂ ਇਹਨਾਂ ਗੱਲਾਂ 'ਚ ਨਾ ਘਰਾਂ ਦੇ ਘਰ ਉਜੜ ਜਾਂਦੇ ਹੁੰਦੇ ਆ। ਧੀ ਪੁੱਤ ਨੂੰ ਵੀ ਇੱਥੇ ਸਮਝਣਾ ਚਾਹੀਦਾ ਹੁੰਦਾ, ਇੱਥੇ ਆ ਕੇ ਧੀ ਪੁੱਤ ਮਾਰ ਖਾ ਜਾਂਦਾ। ਪਤਾ ਨਹੀਂ ਕਿੱਧਰ ਨਿਕਲਿਆ ਤੜਕੇ ਦਾ, ਆਹ ਵੇਲਾ ਆ ਗਿਆ, ਹਲੇ ਨਹੀਂ ਆਇਆ, ਆ ਆਉਂਦਾ।
ਕਿਤੇ ਨਿਕਲੇ ਸੀਗੇ ਤੇ ਅੱਕੇ ਦੇ ਗਿਆ ਤੂੰ। ਉਹ ਕਬੀਲਦਾਰੀ ਦਾ ਥੋ ਕੰਮ ਆਉਂਦਾ, ਹੁਣ ਸਾਰਾ ਕੁਝ ਤੈਨੂੰ ਦੱਸ ਕੇ ਜਾਈਏ ਜਾਂ ਚਾਹੀ ਕੁੱਟ ਲਿਆ, ਠੰਡ ਇੰਨੀ ਹੋਈ ਪਈ ਹੈ। ਆਹੋ ਮੈਨੂੰ ਤਾਂ ਕੀ ਲੋੜ ਆ ਦੱਸਣ ਦੀ, ਮੈਨੂੰ ਤਾਂ ਨੌਕਰਾਣੀ ਸਮਝ ਰੱਖਿਆ, ਪਤਾ ਨੀ ਕੀ ਖਿਚੜੀ ਪੱਕਦੀ ਰਹਿੰਦੀ ਹੈ, ਸਮਝ ਨੀ ਆਉਂਦੀ ਮੈਨੂੰ ਤਾਂ, ਕੁਛ ਤਾਂ ਦੱਸ ਦਿਆ ਕਰ ਮੈਨੂੰ ਕੋਈ ਗੱਲ। ਮੈਨੂੰ ਲੱਗਦਾ ਇਹ ਚੁੱਪ ਨੀ ਹੁੰਦੀ, ਕਿੱਡੀ ਜ਼ਬਾਨ ਲੱਗੀ ਹੈ। ਤੈਨੂੰ ਇੱਕ ਵਾਰੀ ਕਿਹਾ ਜਾ ਕੇ ਚਾਹ ਲਿਆ, ਲਿਆ ਦਿੰਨੀ ਆ, ਬੜਾ ਔਖਾ ਜਿਹਾ ਨਾ ਉਹ ਨਿਕਲਿਆ ਹੁਣ ਆਇਆ ਅਜੇ ਰੋਹ ਮਾਰਦਾ ਗਾ ਮੇਰੇ ਤੇ। ਪਹਿਲਾਂ ਤਾਂ ਐਂ ਕਦੇ ਬੋਲਿਆ ਨੀ, ਕੋਈ ਬਾਹਲੀ ਵੱਡੀ ਗੱਲ ਹੈ, ਚੱਲ ਪੁੱਛਦੀ ਆ ਜਾ ਕੇ ਇਹੀ ਜੀ ਕੀ ਗੱਲ, ਇੰਨਾ ਰੁੱਖਾ ਬੋਲਿਆ ਪਟ ਖਾਣੇ। ਹਲ ਹੁਣ ਦੱਸ ਮੈਨੂੰ ਕੀ ਗੱਲ ਹੈ। ਹੁਣ ਤੈਨੂੰ ਦੱਸਣਾ ਤਾਂ ਪਊਗਾ ਜੀ, ਤੂੰ ਤਾਂ ਪਹਿਲਾਂ ਮੇਰੇ ਆਉਂਦੇ ਦੀ ਗੱਲ ਪੈ ਗਈ। ਤੇਰੀ ਕੁੜੀ ਨਾ ਆਸ਼ਕੀਆਂ ਕਰਦੀ ਫਿਰਦੀ ਹੈ, ਪਿੰਡ ਦੇ ਮੁੰਡੇ ਨਾਲ ਪੀਂਘਾਂ ਝੂਟਦੀ ਫਿਰਦੀ ਹੈ। ਅੱਛਾ ਤੈਨੂੰ ਕਿਵੇਂ ਪਤਾ ਲੱਗ ਗਿਆ? ਮੈਂ ਸੁਣ ਲੈ, ਉਦੋਂ ਜਦੋਂ ਮੈਂ ਬਾਹਰ ਨੂੰ ਗਿਆ ਸੀ ਨਾ, ਬਾਹਰੋਂ ਮੈਂ ਆਉਂਦਾ ਸੀ ਤੇ ਉਹ ਫੋਨ ਤੇ ਗੱਲਾਂ ਕਰੀ ਜਾਂਦੀ ਸੀ ਵੀ ਘਰੇ ਤਾਂ ਕੋਈ ਨੀ। ਜਦੋਂ ਐਂ ਗੱਲ ਸੁਣੀ ਮੈਂ ਉੱਥੇ ਰੁਕ ਗਿਆ ਬਾਹਰ ਗਏ, ਉਹਨੂੰ ਵੀ ਨੀ ਪਤਾ ਲੱਗਿਆ, ਉਹ ਗੱਲਾਂ ਕਰਕੇ ਫੋਨ ਤਾਂ ਉੱਥੇ ਹੀ ਰੱਖਤਾ ਤੇ ਮੈਂ ਆ ਕੇ ਬਾਹਰੋਂ ਫੋਨ ਦੇ ਨੰਬਰ ਲਾ ਲਿਆ। ਨੰਬਰ ਲਾ ਕੇ ਫਿਰ ਮੈਂ ਚੰਨੀ ਨੂੰ ਦੱਸਿਆ ਕਿ ਚੰਨੀ ਤਾਂ ਫਿਰ ਬਹੁਤ ਬਾਹਲਾ ਗਰਮ ਹੋ ਗਿਆ। ਛੱਕ ਤਾਂ ਮੈਨੂੰ ਵੀ ਹੋਇਆ ਸੀ ਇੱਕ ਦੋ ਵਾਰੀ, ਪਰ ਜਦੋਂ ਮੈਂ ਪੁੱਛਿਆ ਮੈਨੂੰ ਕਹਿੰਦੀ ਹੈ ਅਮਨ ਦਾ ਫੋਨ ਹੈ। ਅੱਜ ਅਸੀਂ ਉਹ ਮੁੰਡੇ ਨੂੰ ਸਮਝਾ ਕੇ ਆਏ ਆ, ਪਰ ਉਹਨੇ ਜਵਾਬ ਦਿੱਤਾ ਵੀ ਆਪਦੀ ਕੁੜੀ ਨੂੰ ਸਮਝਾ ਲਓ, ਮੈਂ ਨੀ ਫੋਨ ਕਰਦਾ। ਹੁਣ ਤੂੰ ਆਪਣੀ ਕੁੜੀ ਨੂੰ ਪਿਆਰ ਨਾਲ ਸਮਝਾ ਦੇ ਵੀ ਉਹਨੂੰ ਫੋਨ ਨਾ ਕਰੇ, ਨਹੀਂ ਤਾਂ ਕੰਮ ਬਹੁਤ ਵਿਗੜ ਜੂਗਾ। ਉਸ ਮੁੰਡੇ ਦਾ ਖਹਿੜਾ ਛੱਡ ਦੇ, ਨਹੀਂ ਤਾਂ ਤੈਨੂੰ ਪਤਾ ਹੀ ਆ ਸਾਡੇ ਗੁੱਸੇ ਦਾ, ਉਸ ਮੁੰਡੇ ਨੂੰ ਮੈਂ ਗੋਲੀ ਮਾਰ ਦਿਆਂਗਾ। ਉਹ ਮੁੰਡਾ ਕਿੰਨਾ ਦਾ ਪਤਾ ਤੁਹਾਨੂੰ? ਕਿਹਦਾ ਮੁੰਡਾ? ਕੀ ਕਹਿੰਦਾ ਸੀ ਉਹ? ਉਹਨੇ ਕੀ ਕਹਿਣਾ ਸੀ, ਮੈਂ ਰੀਤ ਨੂੰ ਪਿਆਰ ਕਰਦਾ, ਰੀਤ ਮੈਨੂੰ ਪਿਆਰ ਕਰਦੀ ਹੈ, ਇਹ ਗੱਲਾਂ ਸਰਪੰਚ ਨੂੰ ਕਹੀਆਂ ਨੇ ਵੀ ਜੇ ਰੀਤ ਮੇਰੇ ਨਾਲ ਹੈ ਨਾ ਤਾਂ ਅਸੀਂ ਦੋਨੇ ਵਿਆਹ ਕਰਵਾਵਾਂਗੇ, ਨਾਲੇ ਤੈਨੂੰ ਪਤਾ ਪਿਆਰ ਕਰਨ ਵਾਲੇ ਆਸ਼ਕ ਨੰਗ ਬਲੰਗ ਹੁੰਦੇ ਨੇ। ਅੱਛਾ ਇੰਨੀ ਜ਼ਰੂਰਤ ਉਹਦੀ? ਤੁਸੀਂ ਇੰਨੀਆਂ ਗੱਲਾਂ ਸੁਣ ਕੇ ਉਹਦੀਆਂ ਲੱਤਾਂ ਕਿਉਂ ਨੀ ਵੱਢੀਆਂ? ਉਹ ਅਸੀਂ ਨੀ ਗਏ ਸੀ, ਸਰਪੰਚ ਸਾਹਿਬ ਨੂੰ ਭੇਜਿਆ ਸੀ ਅਸੀਂ। ਕਰਤਾ ਮੈਂ ਸਭ ਕੁਛ ਸਕਦਾ, ਪਰ ਮੈਂ ਸੋਚਿਆ ਮਾਰ ਕੇ ਉਹਨੂੰ ਦੱਬ ਵੀ ਸਕਦੇ ਸੀਗੇ ਵੀ ਇੱਕ ਵਾਰੀ ਆਪਾਂ ਰੀਤ ਨੂੰ ਸਮਝਾ ਦਈਏ ਪਿਆਰ ਨਾਲ। ਉਹ ਕਰਤਾ ਮੈਂ ਸਭ ਕੁਛ ਸਕਦਾ ਸੀ ਵੀ ਮਾਰ ਕੇ ਉਹਨੂੰ ਦੱਬ ਲਿਆ ਵੀ ਮੁਸਕ ਵੀ ਨਾ ਨਿਕਲੇ, ਪਰ ਮੈਂ ਸੋਚਦਾ ਵੀ ਇੱਕ ਵਾਰੀ ਰੀਤ ਨੂੰ ਪਿਆਰ ਨਾਲ ਆਪਾਂ ਸਮਝਾ ਦਈਏ, ਇਹ ਕੰਮ ਤਾਂ ਜਦੋਂ ਮਰਜ਼ੀ ਕਰ ਲਈਏ। ਇਹੋ ਜਿਹੇ ਸਿਰ ਫਿਰੇ ਆਸ਼ਕ ਦਾ ਕੀ ਕਰਾਂਗੇ ਤੇ ਕੁੜੀ ਨੂੰ ਭਜਾ ਕੇ ਲੈ ਗਿਆ, ਕੀ ਰਹੂਗੀ ਆਪਣੀ ਸਰਦਾਰੀ ਜਦੋਂ ਆਪਣੀ ਕੁੜੀ ਨੂੰ ਕੱਢ ਕੇ ਲੈ ਗਿਆ ਕੋਈ? ਆਪਾਂ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹਿਣਾ। ਚੱਲ ਮੈਂ ਕੱਲ ਨੂੰ ਵਿਚੋਲੇ ਨਾਲ ਕਰਦਾ ਗੱਲ। ਉਹ ਕਹਿੰਦਾ ਸੀ ਮੇਰੇ ਹੱਥ 'ਚ ਚੰਗਾ ਰਿਸ਼ਤਾ, ਤੂੰ ਰੀਤ ਨੂੰ ਸਮਝਾ ਦੀ ਪਿਆਰ ਨਾਲ ਤੇ ਮੈਂ ਸ਼ਹਿਰ ਜਾਇਆ ਵਾ ਹੁਣ, ਹੈਂ ਵਿਚੋਲੇ ਨਾਲ ਫਿਰ ਕਰੂੰਗਾ ਗੱਲ। ਠੀਕ ਹੈ ਜਾਇਓ ਤੁਸੀਂ। ਠੀਕ ਹੈ ਵਧੀਆ ਹੈ, ਸਾਡੀ ਵੀ ਇੱਜ਼ਤ ਰਹਿ ਜੇ, ਤੁਸੀਂ ਆਪ ਵਿਆਹ ਕੇ ਤੋਰੀਏ ਕੁੜੀ ਨੂੰ, ਹੈਂ ਮੈਨੂੰ ਤਾਂ ਫਿਕਰ ਲੱਗਿਆ ਪਿਆ ਜਾਣ ਨੂੰ ਬਣੀ ਵੀ ਇਹ ਵੀ ਆਹ ਕੀ ਬਣ ਗਿਆ ਸਾਡੇ, ਹੈਂ ਕੀ ਲੋਕ ਕਹਿਣਗੇ ਬਣੇ ਸਰਦਾਰੀ ਦੇ ਤੇ ਕੁੜੀ ਦੇਖ ਲਾ। ਹਾਏ ਰੱਬਾ ਤੂੰ ਬਚਾਈ, ਤੂੰ ਬਚਾਈ। ਜੇ ਲਾਸਟ ਦਾ ਰਿਸਕ ਲੈ ਕੇ ਦੇਖ ਲੈਂਦੇ ਹਾਂ, ਸਰਪੰਚ ਵੀ ਨਾ ਜੀ ਦੇਖੀ ਜਾਓ ਯਾਰ, ਆ ਗਿਆ ਤਾਂ ਆ ਗਿਆ, ਹੁਣ ਉਹਨੂੰ ਦੱਸਣਾ ਤਾਂ ਪੈਣੀ ਹੈ ਫਿਰ ਵੀ ਸਰਪੰਚ ਮਿਲਿਆ ਸੀ ਮੈਨੂੰ, ਸਕੂਲੋਂ ਛੁੱਟੀ ਵੀ ਹੋਣ ਵਾਲੀ ਹੈ, ਆਉਂਦੀ ਹੋ। ਦੇਖ ਲੈ ਰੀਤ ਉਹ ਖੜਾ ਹੈਗਾ, ਉਹਦਾ ਚੌਂਕੀਦਾਰ ਬਣਾ ਰੱਖਿਆ ਉਹਨੂੰ। ਲੈ ਇਹ 'ਚ ਚੌਂਕੀਦਾਰ ਵਾਲੀ ਕੀ ਗੱਲ ਆ, ਅਗਲਾ ਪਿਆਰ ਕਰਦਾ ਮੈਨੂੰ, ਖੜੂਗਾ ਨੀ? ਆਹੋ ਬਸ ਬਸ ਆ ਜਾ ਚਲੀ। ਇਹਨੂੰ ਕੀ ਹੋ ਗਿਆ, ਬਾਲੀ ਹੱਸੀ ਜਾਂਦੀ ਹੈ? ਪਤਾ ਨੀ ਪਹਿਲਾਂ ਤਾਂ ਠੀਕ ਸੀ, ਤੈਨੂੰ ਦੇਖ ਕੇ ਹੱਸੀ ਜਾਂਦੀ ਆ। ਮੇਰੇ ਮੂੰਹ ਦੇ ਵੀ ਬ੍ਰਿੰਡਾ ਲੜੀਆਂ। ਮੈਂ ਤਾਂ ਤਾਂ ਹੱਸ ਰਿਹਾ ਵੀਰੇ ਵੀ ਸੁਬਾ ਸ਼ਾਮ ਇਹਦੀ ਤੁਸੀਂ ਹਾਜ਼ਰੀ ਭਰ ਦੇ ਕਿਤੇ ਚੌਂਕੀਦਾਰ ਤਾਂ ਨੀ ਰੱਖ ਲਿਆ ਰੀਤ ਨੇ? ਮੈਂ ਤਾਂ ਹੁਣ ਇਹਦੇ ਜੋਗੇ ਰਹਿ ਗਿਆ,
ਚਾਹੇ ਚੌਂਕੀਦਾਰ ਬਣਾਵੇ ਚਾਹੇ ਕੁਛ ਹੋਰ ਬਣਾ ਕੇ ਰੱਖੇ। ਓਹੋ, ਇਹ ਤਾਂ ਐਵੇਂ ਪਕਾਈ ਮਾਰੀ ਜਾਂਦੀ ਆ, ਤੁਸੀਂ ਇਹਦੀ ਗੱਲ ਦਾ ਗੁੱਸਾ ਨਾ ਕਰੋ। ਮੈਂ ਤਾਂ ਜੀ ਕਿਹੜੀ ਗੱਲ ਦਾ ਗੁੱਸਾ ਕਰਨਾ, ਫਿਰ ਵੀ ਮੇਰੀ ਵੱਡੀ ਸਾਲੀ ਆ। ਹਾਏ ਦੇਖੀ, ਮੈਂ ਤਾਂ ਵੀਰਾ ਵੀਰਾ ਕਰਦੀ ਰਹਿੰਦੀ ਆ, ਆਪ ਕਹੀ ਜਾਂਦੇ ਮੇਰੀ ਸਾਲੀ ਕਿੱਧਰੋਂ ਬਣਾਈ ਇਹਨੇ, ਦੇਖ ਲਾ ਸਾਲੀ। ਹੋਰ ਕਰ ਲੈ ਆਪਦੇ ਜੀਜੇ ਨਾਲ ਮਸ਼ਕਰੀਆਂ, ਉਹ ਤਾਂ ਤੂੰ ਵੀ ਐਂ ਕਹਿੰਦੀ ਹੁੰਦੀ ਸੀ, ਰਵੀ ਤੇਰੇ ਪਿੱਛੇ ਮਰਦਾ ਤੇਰੇ ਰਾਹ ਚ ਖੜਦਾ, ਦੇਖ ਲਾ ਹੁਣ। ਮੈਂ ਤਾਂ ਮਜ਼ਾਕ ਕਰਿਆ ਕਰਦੀ ਸੀ ਤੈਨੂੰ, ਮੈਨੂੰ ਕੀ ਪਤਾ ਸੀ। ਉਹ ਬਸ ਕਰੋ, ਤੁਸੀਂ ਆਪਸ ਮੇ ਨਾ ਲੜ ਪਿਓ, ਮੇਰੀ ਵੀ ਸੁਣ ਲਓ ਕੋਈ ਗੱਲ। ਹੁਣ ਪ੍ਰੀਤ, ਆਪਾਂ ਕਿਉਂ ਲੜੀਏ ਇਹਦੇ ਪਿੱਛੇ, ਆਪਾਂ ਲੜਾਉਣ ਵਾਲਾ ਰਵੀ ਹੈਗਾ, ਦੇਖ ਹੁਣ ਕਿਵੇਂ ਦੰਦ ਕੱਢੀ ਜਾਂਦਾ ਹੈਗਾ। ਉਹ ਯਾਰ ਮੈਂ ਕਦੋਂ ਲੜਾਇਆ ਤੁਹਾਨੂੰ, ਮਤਲਬ ਤੁਸੀਂ ਤਾਂ ਰਾਹ ਚ ਵੀ ਆਪ ਹੀ ਲੜਦੀਆਂ ਹੋਣੀਆਂ ਹੁਣ। ਅੱਛਾ, ਅਸੀਂ ਕਦੇ ਵੀ ਨਹੀਂ ਲੜੀਆਂ, ਨਾਲੇ ਕਿਸੇ ਦੀ ਚੱਕ ਜਾ ਕੇ ਤਾਂ ਅਸੀਂ ਜਮੀ ਵੀ ਨਹੀਂ ਲੜੀਆਂ ਹੈਗੀਆਂ। ਅੱਛਾ, ਫਿਰ ਬਿਨਾਂ ਗੱਲ ਸੀ ਲੜੀ ਜਾਂਦੇ ਹੋ ਰਹਿਣੂ ਇਹ। ਦੇਖ ਲਾ ਮਣ, ਇਹਨੂੰ ਐਂ ਲੱਗਦਾ ਰਹਿੰਦਾ ਵੀ ਲੜਦੀਆਂ ਨੇ, ਤੂੰ ਨਹੀਂ ਲੜਦੀਆਂ ਹੈਗੀਆਂ, ਤਾਂ ਭੈਣਾਂ ਨੂੰ ਵੀ ਵੱਧ ਕੇ ਰਹਿ ਗਈਆਂ। ਦੇਖੀ ਜਾਂਦਾ ਮੈਂ ਜਮੀ ਨਹੀਂ ਲੜਦਾ, ਬਾਲੀ ਪਿਆਰਾ ਤੁਹਾਡੇ, ਤੂੰ ਸਾਨੂੰ ਕਿੱਥੇ ਦੇਖ ਲੈ ਲੜਦੀਆਂ। ਭੁੱਲ ਗਿਆ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਸੀ। ਹਾਂਜੀ ਦੱਸੋ ਕੀ ਗੱਲ ਕਰਨੀ ਆ। ਉਹ ਜਦੋਂ ਤੁਸੀਂ ਉਹਦੇ ਮੈਨੂੰ ਮਿਲ ਕੇ ਨਹੀਂ ਗਏ ਇੱਥੋਂ, ਪਿੱਛੇ ਸਰਪੰਚ ਆ ਗਿਆ ਤੁਹਾਡੇ ਜਾਣ ਤੋਂ ਬਾਅਦ। ਹਾਏ ਰੱਬਾ, ਉਹਨੂੰ ਕਿਵੇਂ ਪਤਾ ਲੱਗ ਗਿਆ? ਪਤਾ ਨਹੀਂ ਯਾਰ, ਕੀ ਕਹਿੰਦਾ ਸੀ ਉਹ, ਤੈਨੂੰ ਕੁਝ ਬੋਲਿਆ ਤਾਂ ਨਹੀਂ? ਉਹ ਤਾਂ ਬਹੁਤ ਕੁਝ ਬੋਲਿਆ ਯਾਰ ਮੈਨੂੰ, ਮੈਨੂੰ ਕਹਿੰਦਾ ਮੈਂ ਰੀਤ ਦਾ ਪਿੱਛਾ ਛੱਡ ਦੇ, ਨਹੀਂ ਤੇਰੇ ਲਈ ਚੰਗਾ ਨਹੀਂ ਹੋਊਗਾ, ਤੇ ਨਾਲੇ ਆਪਦੀ ਸਰਦਾਰੀ ਦੀ ਧੌਣ ਜੀ ਜਮਾਉਂਦਾ ਸੀ ਮੇਰੇ ਤੇ, ਨਾਲੇ ਮੈਨੂੰ ਕਹਿੰਦਾ ਤੂੰ ਜਾਣਦਾ ਨਹੀਂ ਵੀ ਕਿਹੜੇ ਸਰਦਾਰਾਂ ਦੀ ਧੀ ਆ ਉਹ। ਅੱਛਾ, ਫਿਰ ਤੂੰ ਕੀ ਕਿਹਾ? ਮੈਂ ਕਹਿਤਾ ਮੈਂ ਹਮੇਸ਼ਾ ਇੱਕ ਦੂਜੇ ਨੂੰ ਪਿਆਰ ਕਰਦੇ ਆ ਤੇ ਅਸੀਂ ਇੱਕ ਦੂਜੇ ਨਾਲ ਵਿਆਹ ਕਰਵਾਉਣਾ। ਤੇ ਸਰਪੰਚ ਸਾਹਿਬ ਹੋਰ ਕੀ ਬੋਲੇ? ਮੈਨੂੰ ਕਹਿੰਦਾ ਰੀਤ ਨਾਲ ਵਿਆਹ ਕਰਾਉਣ ਦਾ ਸੁਪਨਾ ਦੇਖਣਾ ਛੱਡ ਦੇ, ਇਹ ਸੁਪਨਾ ਤੇਰਾ ਸੁਪਨਾ ਬਣ ਕੇ ਰਹਿ ਜਾਣਾ, ਤੇ ਨਾਲੇ ਕਹਿੰਦਾ ਕਦੇ ਕੁੱਲੰਗ ਵਾਲਿਆਂ ਦੇ ਵੀ ਮਹਿਲਾਂ ਵਾਲਿਆਂ ਨੂੰ ਰਿਸ਼ਤੇ ਹੋਏ ਨੇ। ਫਿਰ ਮੈਂ ਵੀ ਡਰਿਆ ਨਹੀਂ, ਮੈਂ ਵੀ ਕਹਿਤਾ ਵੀ ਮੈਂ ਸੱਚੇ ਦਿਲੋਂ ਪਿਆਰ ਕੀਤਾ ਰੀਤ ਨੂੰ ਤੇ ਮੈਂ ਵਿਆਹ ਵੀ ਰੀਤ ਨਾਲ ਹੀ ਕਰਾਉਣਾ ਚਾਹੇ ਕੁਛ ਮਰਜ਼ੀ ਹੋ ਜੇ। ਨਾਲੇ ਮੈਂ ਉਹਨੂੰ ਇੱਕ ਗੱਲ ਹੋਰ ਕਹਿਤੀ ਵੀ ਜੇ ਜਿੰਨਾ ਟਾਈਮ ਰੀਤ ਆਪਣੇ ਮੂੰਹੋਂ ਨਹੀਂ ਨਾ ਕਹਿੰਦੀ ਵੀ ਹਾਂ ਮੇਰਾ ਪਿੱਛਾ ਛੱਡ ਦੇ, ਮੈਂ ਉਹਨਾਂ ਟਾਈਮ ਨਹੀਂ ਪਿੱਛੇ ਹਟਦਾ। ਰਵੀ, ਮੈਂ ਵੀ ਨਾ ਤੈਨੂੰ ਸੱਚੇ ਦਿਲੋਂ ਹੀ ਪਿਆਰ ਕਰਦੀ ਆ, ਮੈਂ ਵੀ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਣਾ, ਵਿਆਹ ਤਾਂ ਮੈਂ ਤੇਰੇ ਨਾਲ ਹੀ ਕਰਾਉਂਗੀ। ਬਸ ਮੈਂ ਵੀ ਇਹੀ ਸੁਣਨਾ ਸੀ ਤੇਰੇ ਮੂੰਹੋਂ, ਹੁਣ ਮੈਨੂੰ ਕਿਸੇ ਦਾ ਡਰ ਨਹੀਂ। ਚੱਲ ਠੀਕ ਹੈ, ਹੁਣ ਨਾ ਅਸੀਂ ਲੇਟ ਹੁੰਨੇ ਆ, ਅਸੀਂ ਚੱਲਦੇ ਆ, ਐਵੇਂ ਕੋਈ ਆ ਗਿਆ ਜੇ ਫਿਰ ਔਖਾ ਹੋ ਜਾਊਗਾ, ਨਾਲੇ ਮੈਨੂੰ ਫੋਨ ਨਾ ਲਾਈ, ਮੈਂ ਆਪੇ ਫੋਨ ਕਰੂੰਗੀ, ਜੇ ਮੇਰਾ ਫੋਨ ਘਰੇ ਖੋਲਿਆ ਫਿਰ ਤੈਨੂੰ ਪਤਾ ਹੀ ਆ। ਬਸ ਤੂੰ ਆਪੇ ਲਾ ਲਈ, ਮੈਂ ਨਹੀਂ ਕਾਲ ਕਰਦਾ, ਠੀਕ ਆ? ਚੱਲ ਚੰਗਾ, ਬਾਏ। ਚੱਲ ਚੰਗਾ ਭੈਣੇ, ਕੱਲ ਨੂੰ ਨਾ ਮੇਰੇ ਵੇਟ ਨਾ ਕਰੀ, ਕੀ ਤਾਂ ਮੈਨੂੰ ਮੇਰੇ ਘਰ ਦੇ ਹੁਣ ਆਉਣ ਦੇਣਗੇ ਕਿ ਨਹੀਂ, ਮੈਨੂੰ ਨਹੀਂ ਲੱਗਦਾ ਮੈਨੂੰ ਉਹਨੇ ਸਕੂਲ ਭੇਜਣਗੇ। ਕਿਉਂ? ਮੈਂ ਕਰ ਲਾਂ ਤੇਰੀ ਮੰਮੀ ਨਾਲ ਗੱਲ, ਮੈਂ ਕਹਿ ਦੂੰਗੀ ਵੀ ਮੈਂ ਜ਼ਿੰਮੇਵਾਰੀ ਓੜਦੀ ਆ ਵੀ ਤੁਸੀਂ ਰੀਤ ਨੂੰ ਸਕੂਲ ਭੇਜ ਦਿਆ ਕਰੋ। ਨਹੀਂ ਨਹੀਂ, ਇਹ ਗੱਲਾਂ ਚ ਨਾ ਹੁਣ ਕੋਈ ਫਾਇਦਾ ਨਹੀਂ ਹੈਗਾ। ਮੈਂ ਕਹਿ ਦੂੰਗੀ ਅੜੀ, ਮੈਂ ਮਿੰਟਾਂ ਕਰ ਲੂੰਗੀ ਉਹਨਾਂ ਦੀਆਂ ਵੀ ਜ਼ਰਾ ਵੀ ਤੰਗ ਕਰੂਗੀ, ਮੈਂ ਜ਼ਿੰਮੇਵਾਰੀ ਓੜਦੀ ਆ। ਅਮਨ, ਹੁਣ ਤਾਂ ਚਾਹੇ ਉਹਨਾਂ ਕੋਲ ਰੱਬ ਆ ਜੇ, ਜਦੋਂ ਉਹਨਾਂ ਨੂੰ ਇੱਕ ਵਾਰੀ ਸ਼ੱਕ ਪੈ ਗਿਆ ਨਾ, ਹੁਣ ਨਹੀਂ ਉਹਨਾਂ ਨੇ ਮੈਨੂੰ ਪੜਨ ਦੇਣਾ। ਕੁਛ ਨਹੀਂ ਕਹਿੰਦੇ, ਤੇਰੀ ਮੰਮੀ ਨਾਲ ਮੈਂ ਗੱਲ ਕਰ ਲੂੰਗੀ, ਵੈਸੇ ਮੈਂ ਡੀਕੂ 5-7 ਮਿੰਟ ਤੈਨੂੰ, ਜੇ ਨਾ ਆਈ ਤੇ ਮੈਂ ਤੇਰੀ ਮੰਮਾ ਨਾਲ ਗੱਲ ਕਰਕੇ ਨਾ ਤੈਨੂੰ ਮੈਂ ਖੁਦ ਬੁਲਾ ਲਿਆਉਂਗੀ। ਕੋਈ ਨਾ, ਬਸ ਤੂੰ ਰਹਿੰਦੀ, ਤੂੰ ਐਂ ਕਰੀ, ਤੂੰ ਨਾ ਮੇਰੀ ਖਬਰਸਾਰ ਲੈਂਦੀ ਰਹੀ, ਠੀਕ ਆ? ਕੋਈ ਗੱਲ ਨਹੀਂ, ਮੈਂ ਤੇਰੀ ਖਬਰਸਾਰ ਲੈਂਦੀ ਰਹੂੰਗੀ ਐਂ ਤਾਂ। ਚੱਲ ਠੀਕ ਆ, ਹੁਣ ਤੂੰ ਜਾ ਤੇ ਮੈਂ ਵੀ ਜਾਂਦੀ ਹਾਂ। ਲੱਗਦਾ ਬੇਬੇ ਨਾ ਮੇਰੇ ਨਾਲ ਬੋਲਦੀ ਨਹੀਂ, ਮੈਨੂੰ ਵੀ ਹੁਣ ਲੱਗ ਗਈ ਸਮਝ ਬੇਬੇ ਨੂੰ ਕੀ ਕਹਿਣਾ।
ਚਾਹ ਪਾਣੀ ਪੀ ਲਿਆ ਕੁੜੇ? ਹਾਂਜੀ। ਮੈਨੂੰ ਇੱਕ ਗੱਲ ਦੱਸ ਕੁੜੀਏ, ਸੱਚੋ ਸੱਚ ਦੱਸਦੀ, ਤੇਰਾ ਪਿੰਡ ਦੇ ਮੁੰਡੇ ਨਾਲ ਕਿਹੜੇ ਨਾਲ ਪਿਆਰ ਦਾ ਚੱਕਰ ਚੱਲੀ ਜਾਂਦਾ? ਨਹੀਂ ਨਹੀਂ ਮੰਮੀ, ਇਹ ਜਦੋਂ ਕੋਈ ਗੱਲ ਹੀ ਨਹੀਂ ਹੈਗੀ, ਨਾਲੇ ਤੁਹਾਨੂੰ ਕਿਹਨੇ ਦੱਸਿਆ? ਝੂਠ ਨਾ ਬੋਲ, ਕੋਈ ਨਾ ਕੋਈ ਗੱਲ ਤਾਂ ਤੇਰੀ ਜ਼ਰੂਰ ਹੈ। ਮੰਮੀ ਮੈਨੂੰ ਤੁਹਾਡੀ ਸੌਂਹ ਲੱਗੇ, ਮੈਂ ਕਿਸੇ ਮੁੰਡੇ ਨੂੰ ਨਹੀਂ ਜਾਣਦੀ। ਝੂਠ ਨਾ ਬੋਲ, ਕੱਲ ਸਰਪੰਚ ਨੇ ਆਪ ਦੇਖਿਆ ਤੂੰ ਤੈਨੂੰ ਮੁੰਡੇ ਕੋਲੇ ਖੜੀ ਨੂੰ, ਤੇ ਤੇਰਾ ਪਿਓ ਤੇ ਸਰਪੰਚ ਉਹਦੇ ਕੋਲ ਮਿਲ ਕੇ ਆਏ ਨੇ। ਉਹ ਮੁੰਡਾ ਕਹਿੰਦਾ ਮੈਂ ਰੀਤ ਨੂੰ ਪਿਆਰ ਕਰਦਾ ਤੇ ਰੀਤ ਨਾਲ ਹੀ ਵਿਆਹ ਕਰਾਊਂਗਾ, ਐਵੇਂ ਤੂੰ ਮਾਰੀ ਜਾਣੀ ਗੱਪ ਛੱਪ ਜੇ ਮੇਰੇ ਕੋਲੇ। ਅੱਛਾ ਤੁਸੀਂ ਰਵੀ ਦੀ ਗੱਲ ਕਰ ਰਹੇ ਹੋ? ਓਹੋ ਮੰਮੀ, ਰਵੀ ਮੈਨੂੰ ਨਹੀਂ ਪਿਆਰ ਕਰਦਾ, ਉਹ ਤਾਂ ਅਮਨ ਨੂੰ ਪਿਆਰ ਕਰਦਾ ਹੈ। ਉਹ ਤਾਂ ਨਾ ਕੱਲ ਅਮਨ ਆਈ ਨਹੀਂ ਸੀਗੀ, ਉਹ ਮੇਰੇ ਕੋਲ ਖੜ ਗਿਆ, ਮੈਨੂੰ ਪੁੱਛਣ ਲੱਗੇ ਵੀ ਅਮਨ ਕਿਉਂ ਨਹੀਂ ਆਈ। ਬਸ ਆਹ ਗੱਲ ਸੀ ਬੇਬੇ। ਤੂੰ ਨਾ ਪਹਿਲੀਆਂ ਹੀ ਨਾ ਪਾ, ਮੈਂ ਤੇਰੀ ਮਾਂ ਤੇ ਸਰਪੰਚ ਨੇ ਫਿਰ ਐਵੇਂ ਕਹਿਤਾ ਵੀ ਕੋਈ ਕੁੜੀ ਦੇਖੀਏ ਮੈਂ ਖੜੀ? ਓਹੋ ਮੰਮੀ, ਜਦੋਂ ਰਵੀ ਮੇਰੇ ਕੋਲ ਖੜਾ ਸੀਗਾ, ਬਸ ਸਰਪੰਚ ਨੂੰ ਐ ਭੁਲੇਖਾ ਲੱਗਿਆ ਹੋਣਾ ਵੀ ਕਿਤੇ ਮੇਰੀ ਵੀ ਰਵੀ ਨਾਲ ਗੱਲਬਾਤ ਆ, ਮੇਰੀ ਤਾਂ ਕੋਈ ਗੱਲ ਹੀ ਨਹੀਂ ਹੈਗੀ, ਮੈਨੂੰ ਤਾਂ ਤੁਸੀਂ ਉਈ ਵਿੱਚ ਘੜੀਸੀ ਜਾਂਦੇ ਹੋ। ਨਾ ਸਰਪੰਚ ਨੂੰ ਤੇ ਤੇਰੇ ਪਿਓ ਨੂੰ ਉਹਨੇ ਐਂ ਕਿਉਂ ਕਿਹਾ ਮੈਂ ਕੁੜੀ ਨਾਲ ਵਿਆਹ ਕਰਾਉਂ? ਓਹੋ ਮੰਮੀ, ਉਹ ਮੁੰਡੇ ਨੇ ਕੁੜੀ ਕਿਹਾ ਪਰ ਮੇਰਾ ਨਾਮ ਤਾਂ ਨਹੀਂ ਲਿਆ ਹੈਗਾ। ਨਾਲੇ ਨਾ ਅੱਜ ਵੀ ਰਵੀ ਸਾਨੂੰ ਮਿਲਿਆ ਸੀਗਾ ਜਦੋਂ ਮੈਂ ਤੇ ਅਮਨ ਦੀਦੀ ਆ ਰਹੇ ਸੀ, ਉਹਨੇ ਇਹੀ ਗੱਲ ਕਹੀ ਵੀ ਅਮਨ ਤੇਰੇ ਡੈਡੀ ਤੇ ਸਰਪੰਚ ਮੈਨੂੰ ਧਮਕੀ ਦੇ ਕੇ ਗਏ ਨੇ, ਉਹਨੂੰ ਤਾਂ ਵਿਚਾਰੇ ਨੂੰ ਇਹੀ ਨਹੀਂ ਪਤਾ ਹੈਗਾ ਵੀ ਉਹ ਮੇਰੇ ਡੈਡੀ ਨੇ ਕਿ ਅਮਨ ਦੇ। ਫਿਰ ਇਹ ਗੱਲ ਹੈ ਤਾਂ ਅਮਨ ਨੂੰ ਹੁਣੇ ਫੋਨ ਲਾ, ਮੈਂ ਗੱਲ ਕਰੂੰਗੀ। ਹਾਂ ਹਾਂ ਬੇਬੇ, ਮੈਂ ਹੁਣੇ ਫੋਨ ਲਾ ਕੇ ਗੱਲ ਕਰਵਾ ਦਿੰਦੀ ਹਾਂ। ਚੱਲ ਜੇ ਪੁੱਤ ਇਹ ਗੱਲ ਹੈ ਤੂੰ ਅਮਨ ਨੂੰ ਕੱਲ ਨੂੰ ਘਰੇ ਲਿਆਈ, ਮੈਂ ਆਪੀ ਗੱਲ ਕਰੂੰ। ਲੈ ਬੇਬੇ, ਜੇ ਤੁਹਾਨੂੰ ਐਂ ਲੱਗਦਾ ਮੈਂ ਹੁਣੇ ਫੋਨ ਲਾ ਕੇ ਗੱਲ ਕਰਾ ਦਿੰਦੀ ਹਾਂ। ਨਾ ਨਾ ਪੁੱਤ, ਐਂ ਤਾਂ ਮੈਨੂੰ ਤੇਰੇ ਤੇ ਵਿਸ਼ਵਾਸ ਹੈ ਪੂਰਾ, ਉਹ ਮੈਨੂੰ ਤੇਰੇ ਤੇ ਤਸੱਲੀ ਹੈ, ਮੇਰੀ ਧੀ ਇਹੋ ਜਿਹੀ ਨਹੀਂ ਹੈਗੀ, ਸਿਆਣੀ ਧੀ ਹੈ ਤੂੰ ਮੇਰੀ। ਨਾਲੇ ਬੇਬੇ ਤੁਸੀਂ ਐਂ ਸੋਚ ਕੇ ਦੇਖੋ, ਤੁਹਾਨੂੰ ਪਤਾ ਮੈਨੂੰ ਚੰਨੀ ਵੀਰੇ ਤੋਂ ਕਿੰਨਾ ਡਰ ਲੱਗਦਾ, ਉਹ ਤਾਂ ਮੈਨੂੰ ਨਾ ਉਹਦੇ ਨਾਲ ਦੇ ਨਾਲ ਟੋਆ ਪੱਟ ਕੇ ਦੱਬ ਦੂਗਾ। ਨਾਲੇ ਬੇਬੇ ਤੁਸੀਂ ਆਪ ਸੋਚ ਕੇ ਦੇਖੋ, ਮੈਂ ਇਹੋ ਜਿਹੀ ਗਲਤੀ ਕਰ ਸਕਦੀ ਹਾਂ? ਕਦੇ ਵੀ ਨਹੀਂ। ਮੇਰੀ ਗੱਲ ਸੁਣ ਲਾ ਕੁੜੀ ਕੰਨ ਖੋਲ ਕੇ, ਜੇ ਕੋਈ ਤੇਰੀ ਗੱਲਬਾਤ ਉਹ ਮੁੰਡੇ ਨਾਲ ਹੋਈ, ਤੇਰਾ ਭਾਈ ਤੇ ਤੇਰਾ ਪਿਓ ਤਾਂ ਬਾਅਦ ਚ ਕੁਛ ਕਹਿਣਗੇ ਤੇ ਤੇਰੀ ਗੁੱਤ ਮੈਂ ਪੱਟੂ, ਇਹ ਹਿਸਾਬ ਲਾ ਲਈ। ਨਾਲੇ ਤਾਂ ਤੈਨੂੰ ਸਕੂਲ ਨਹੀਂ ਜਾਣ ਦੇਣਾ, ਜਿੰਨਾ ਚਿਰ ਤੇਰਾ ਵਿਆਹ ਨਹੀਂ ਹੋਊਗਾ ਨਾਲੇ ਤੈਨੂੰ ਰੱਖੂ ਕਮਰੇ ਚ ਬੰਦ, ਹਿਸਾਬ ਲਾ ਲਈ ਫਿਰ ਤੂੰ। ਠੀਕ ਹੈ ਬੇਬੇ, ਮੈਂ ਤੁਹਾਡੀਆਂ ਸਾਰੀਆਂ ਗੱਲਾਂ ਦਾ ਧਿਆਨ ਰੱਖੂੰਗੀ, ਹੁਣ ਮੈਂ ਜਾ ਕੇ ਆਪਣੇ ਕਮਰੇ ਚ ਪੜ ਲਾਂ। ਪੜਤਾ ਨਹੀਂ, ਪਹਿਲਾਂ ਭਾਂਡੇ ਪਏ ਚਾਲੇ ਉਹ ਮਾਂ ਦੇ, ਤੇ ਨਾਲੇ ਮੈਂ ਮਲਕੀਤ ਕੇ ਜਾ ਕੇ ਉਹਨਾਂ ਦੇ ਮੁੰਡੇ ਦਾ ਨਾ ਐਕਸੀਡੈਂਟ ਹੋ ਗਿਆ, ਚੰਡੀਗੜ੍ਹ ਦਾਖਲ ਹੈ, ਬੋਲਦਾ ਨਹੀਂ ਹੈਗਾ। ਅੱਛਾ ਕਿਹੜਾ ਮੁੰਡਾ ਬੇਬੇ, ਛੋਟਾ ਕੇ ਵੱਡਾ? ਛੋਟਾ ਸੀ, ਉਹਨਾਂ ਦੇ ਤਾਂ ਦੋਨੇ ਮੁੰਡੇ ਹੀ ਸਿਆਣੇ ਹੈ। ਚੱਲ ਤੂੰ ਭਾਂਡੇ ਭੁੰਡੇ ਨਿਬੇੜ ਦੇ ਕੰਮ ਹੈ, ਮੈਂ ਜਾ ਆਵਾਂ। ਹਾਂ ਹਾਂ, ਤੁਸੀਂ ਬੇਫਿਕਰ ਹੋ ਕੇ ਪਤਾ ਲਿਆਓ, ਮੈਂ ਭਾਂਡੇ ਮਾਂਜਦੀ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਆਂਟੀ। ਹਾਂਜੀ ਹਾਂਜੀ, ਵਧੀਆ, ਤੁਸੀਂ ਠੀਕ ਹੋ? ਹੋਰ ਸਿਹਤ ਕਿਵੇਂ ਆ? ਹਾਂਜੀ ਹਾਂਜੀ, ਮੈਂ ਵੀ ਵਧੀਆ। ਮਾੜੀ ਜੀ ਨਾ ਅਮਨ ਨਾਲ ਗੱਲ ਕਰਨੀ ਸੀਗੀ। ਹਾਂਜੀ ਕਰਵਾ ਦਿਓ। ਹੈਲੋ। ਹਾਂ ਕਿਵੇਂ ਅਮਨ? ਵਧੀਆ ਠੀਕ ਠਾਕ, ਤੂੰ ਸੁਣਾ ਮੋਟੋ ਕਿਵੇਂ ਆ? ਵਧੀਆ, ਮੈਂ ਤਾਂ। ਮੈਨੂੰ ਲੱਗਦਾ ਬਚ ਗਈ 17 ਤੋਂ ਹੈ ਫਿਰ। ਹਾਂ ਹਾਂ, ਮੈਂ ਤਾਂ ਬਚ ਗਈ, ਪਰ ਤੇਰੀ ਕੱਲ ਨੂੰ ਪੇਸ਼ੀ ਆ ਮਾਤਾ ਕੋਲੇ। ਓਹੋ, ਹੁਣ ਕੀ ਪੰਗਾ ਪਾਤਾ? ਪੰਗਾ ਕੋਈ ਨੀ, ਕਹਿੰਦੇ ਨਾ ਵਿਚੋਲੇ ਨੂੰ ਸ਼ਾਂਪ ਪਾਉਣੀ ਜ਼ਰੂਰੀ ਹੁੰਦੀ ਆ, ਹੁਣ ਕੱਲ ਨੂੰ ਤੇਰੇ ਸ਼ਾਂਪ ਪਵਾਉਣੀ ਆ। ਐ ਕਰੀ, ਕਿਹੜੀ ਸ਼ਾਂਪ? ਮੈਨੂੰ ਤਾਂ ਕੁਛ ਨੀ ਸਮਝ ਆ ਰਿਹਾ, ਕੀ ਕਹਿ ਰਹੀ ਐ? ਓਹੋ ਅਮਨ, ਕੁਛ ਨੀ, ਪਤਾ ਮੈਂ ਨਾ ਸਾਰੀ ਗੱਲ ਮਸਾਂ ਸਾਂਭੀ ਆ, ਮੈਂ ਜਿਹੜੀ ਵੀ ਗੱਲਬਾਤ ਸੀ ਨਾ, ਮੈਂ ਮੇਰੀ ਬੇਬੇ ਨੂੰ ਐਵੇਂ ਕਹਿਤਾ ਵੀ ਮੇਰੀ ਤਾਂ ਰਵੀ ਨਾਲ ਕੋਈ ਗੱਲ ਹੀ ਨੀ, ਅਮਨ ਦੀ ਗੱਲਬਾਤ ਆ।
ਓਹੋ ਮੇਰਾ ਨਾਮ ਲੈਤਾ? ਹਾਂਜੀ। ਚੱਲ ਜੋ ਤੈ ਮੇਰਾ ਨਾਮ ਲੈ ਦਿੱਤਾ, ਮੈਂ ਯਾਰੀ ਦੋਸਤੀ ਖਾਤਰ ਇੰਨਾ ਕੁ ਤਾਂ ਕਰ ਹੀ ਸਕਦੀ ਆ। ਕੋਈ ਗੱਲ ਨੀ, ਸਾਂਭ ਲੂੰਗੀ ਮੈਂ ਆਪੇ। ਚੱਲ ਠੀਕ ਹੈ, ਥੈਂਕ ਯੂ। ਹੁਣ ਤੁਸੀਂ ਕੱਲ ਨੂੰ ਟਾਈਮ ਨਾਲ ਆ ਜਾਓ, ਠੀਕ ਹੈ? ਕੋਈ ਨਾ, ਆ ਜਾਊਂਗੀ। ਹੁਣ ਕਹਿੰਦੀ ਹੈ ਥੈਂਕ ਯੂ। ਕੀ ਆ, ਵਿਚੋਲਗਿਰੀਆਂ ਵੀ ਤਾਂ ਤੁਸੀਂ ਕਰਦੇ ਸੀ, ਮੈਂ ਤਾਂ ਜਮਾ ਵੀ ਨਹੀਂ ਦੇਖਦੀ ਸੀ ਉਹਦੇ ਵੱਲ। ਨੀ ਮੈਂ ਤਾਂ ਹਾਸੀ ਮਜ਼ਾਕ ਚ ਕਿਹਾ ਸੀ, ਮੈਨੂੰ ਕੀ ਪਤਾ ਸੀ ਤੂੰ ਇੰਨੀ ਸੀਰੀਅਸ ਹੋ ਜਾਏਗੀ। ਓਹੋ ਦੀਦੀ, ਤੁਸੀਂ ਹਾਸੀ ਮਜ਼ਾਕ ਵੀ ਨਹੀਂ ਕਰਨਾ ਸੀ, ਮੈਨੂੰ ਤਾਂ ਐਸੇ ਤੁਸੀਂ ਸੀਰੀਅਸ ਕਹਿੰਦੇ ਹੋ, ਬਸ ਫਿਰ ਮੈਂ ਵੀ ਸੀਰੀਅਸ ਕਦੋਂ ਹੋ ਗਈ। ਚੱਲ ਕੋਈ ਨਾ, ਹੁਣ ਬਾਹਲੀ ਲੰਬੀ ਨਾ ਗੱਲ ਜੀ ਸੇੜ, ਤੇ ਮੈਂ ਕੱਲ ਨੂੰ ਆਉਂਗੀ ਤੇਰੀ ਮੰਮੀ ਕੋਲੇ। ਠੀਕ ਹੈ, ਠੀਕ ਹੈ। ਤੇ ਫੋਨ ਕੱਟ, ਮੈਂ ਵੀ ਕੰਮ ਕਰ ਰਹੀ ਸੀ, ਥੋੜਾ ਜਿਹਾ ਰਹਿੰਦਾ ਸੀ ਕੰਮ। ਚਲੋ ਠੀਕ ਹੈ, ਓਕੇ ਬਾਏ। ਚਲ ਅਭੀ ਨੂੰ ਵੀ ਫੋਨ ਲਾ ਕੇ ਦੱਸ ਹੀ ਦਿੰਦੀ ਹਾਂ। ਹੈਲੋ, ਹਾਂਜੀ ਮੋਟੋ, ਫੋਨ ਦੇ ਉੱਪਰ ਹੀ ਬੈਠੇ ਸੀ? ਨਹੀਂ ਨਹੀਂ, ਮੈਂ ਤਾਂ ਤੇਰੀ ਟੈਨਸ਼ਨ ਲੱਗੀ ਪਈ, ਤਾਂ ਹੀ ਫੋਨ ਕੋਲੇ ਰੱਖੀ ਬੈਠਾ ਸੀ, ਮੈਨੂੰ ਪਤਾ ਸੀ ਵੀ ਫੋਨ ਤਾਂ ਲਾਊਗੀ ਗਿਰਾ। ਅੱਛਾ ਜੀ, ਮੇਰੀ ਟੈਨਸ਼ਨ ਲੈਣ ਦੀ ਲੋੜ ਨਹੀਂ, ਬਥੇਰਾ ਦਿਮਾਗ ਹੈ ਤੇਰੀ ਵਾਲੀ ਜੱਟੀ ਦਾ। ਦਿਮਾਗ ਤਾਂ ਹੈਗਾ ਮੈਨੂੰ, ਐਂ ਸੀ ਨਾ ਵੀ ਤੇਰੇ ਬਾਪੂ ਤੇ ਤੇਰੇ ਭਰਾ ਦਾ ਸੁਭਾਅ ਬਹੁਤ ਕੱਬਾ ਗਾ, ਮੈਨੂੰ ਐਂ ਸੀ ਵੀ ਕਿਤੇ ਤੇਰੇ ਥੌਲਾ ਨਾ ਪਤਾ ਹੋਵੇ ਉਹਨਾਂ ਨੇ। ਸਾਰਾ ਦਿਨ ਨਾ ਮਜ਼ਾਕ 'ਚ ਗੱਲਾਂ ਨਾ ਲਿਆ ਕਰ, ਮੈਂ ਸਾਰੀ ਗੱਲ ਸਾਂਭ ਲਈ, ਟੈਨਸ਼ਨ ਨਾ ਲੈ। ਸਾਂਭ ਲਈ, ਬਸ ਸਾਂਭ ਲਈ। ਮੈਂ ਕਹਿਤਾ ਬੇਬੇ ਹੋਣਾ ਨੂੰ ਵੀ ਮੇਰੀ ਤਰ੍ਹਾਂ ਵੀ ਨਾ ਕੋਈ ਗੱਲ ਹੀ ਨਹੀਂ ਹੈਗੀ, ਗੱਲਬਾਤ ਤਾਂ ਅਮਨ ਦੀ ਆ। ਹੈਂ, ਇਹ ਕਿਵੇਂ? ਲੈ ਫਿਰ ਕੀ ਹੁੰਦਾ, ਮੈਂ ਅਮਨ ਨਾਲ ਵੀ ਗੱਲ ਕਰ ਲਈ, ਉਹ ਮੰਨ ਗਈ, ਕਹਿੰਦੀ ਮੈਂ ਆਪੇ ਸਾਂਭ ਲੂੰਗੀ। ਫਿਰ ਜਦੋਂ ਸਾਰੀ ਗੱਲ ਟਿਕਦੀ ਆ, ਫਿਰ ਹੁਣ ਕਿਸੇ ਢੰਗ ਨਾਲ ਤਾਂ ਟਕਿਆਉਣੀ ਪਊਗੀ ਨਾ, ਜਦੋਂ ਵਿਆਹ ਕਰਾਉਣਾ ਆਪਾਂ ਉਦੋਂ ਦੇਖੀ ਜਾਓ ਕੀ ਹੋਊਗਾ। ਉਹ ਤਾਂ ਮੈਂ ਤੇਰੀ ਗੱਲ ਮੰਨਦਾ, ਪਰ ਉਹ ਉਹਨਾਂ ਨੇ ਐ ਨਹੀਂ ਕਿਹਾ ਵੀ ਨਾ ਤਾਂ ਉਹ ਰੀਤ ਤੇਰਾ ਲੈਂਦਾ ਸੀਗਾ। ਓਹੋ, ਮੈਂ ਕਹਿਤਾ ਵੀ ਉਹਨੂੰ ਭੁਲੇਖਾ ਸੀਗਾ, ਬਸ ਵੀ ਉਹਨਾਂ ਨੂੰ ਲੱਗੇ ਤੁਸੀਂ ਅਮਨ ਦੇ ਮੰਮੀ ਡੈਡੀ ਹੋ, ਇੰਨੀ ਕੁ ਗੱਲ ਸੀ। ਨਾਮ ਨੂਮ ਦਾ ਤਾਂ ਫਿਰ ਬਾਹਲਾ ਪੁੱਛਿਆ ਨਹੀਂ ਹੈਗਾ ਮਾਤਾ ਨੇ। ਮਰੇ ਸੱਪ, ਹੁਣ ਤੂੰ ਵਿਚਾਰੀ ਅਮਨ ਦੀ ਗੱਲ ਪਤਾ ਹੈ? ਓਹੋ, ਇੱਥੇ ਮਰੇ ਸੱਪ ਵਾਲੀ ਕੀ ਗੱਲ ਆ, ਅਸੀਂ ਭੈਣਾ ਭੈਣਾ, ਇੰਨਾ ਕੁ ਤਾਂ ਇੱਕ ਦੂਜੇ ਵਾਸਤੇ ਕਰ ਹੀ ਸਕਦੀਆਂ। ਅੱਛਾ ਚੱਲ ਠੀਕ ਆ, ਹੁਣ ਧਿਆਨ ਰੱਖੀ ਆਪਦਾ, ਚੰਗਾ? ਚੱਲ ਠੀਕ ਆ, ਵੈਸੇ ਵੀ ਬੇਬੇ ਆਉਣ ਵਾਲੀ ਆ, ਫਿਰ ਕਰੂੰਗੀ ਜੇ ਟਾਈਮ ਲੱਗਿਆ। ਚੱਲ ਮੈਨੂੰ ਫੋਨ ਲਾ ਲਈ, ਪੁੱਤ ਬਣ ਕੇ, ਚੰਗਾ? ਮੇਰਾ ਜੀ ਨਹੀਂ ਲੱਗਦਾ ਤੈਨੂੰ ਪਾ ਪਏਗਾ। ਠੀਕ ਹੈ। ਆ ਗਏ? ਹਾਂ। ਹੋਰ ਰੋਟੀ ਰੂਟੀ ਚਾਹ ਚ ਦੱਸ? ਨਹੀਂ ਬਸ ਰੋਟੀ ਲਿਆਉਣੀ ਆ। ਨਹੀਂ ਨਹੀਂ, ਰੋਟੀ ਦੀ ਲੋੜ ਨਹੀਂ। ਉਹ ਰੀਤ ਨਾਲ ਕਰੀ ਸੀ ਗੱਲ? ਉਹ ਹਾਂ ਕਰੀ ਸੀ ਗੱਲ। ਫਿਰ ਕੀ ਗੱਲ ਹੋਈ? ਉਹ ਕਹਿੰਦੀ ਮੇਰੀ ਤਾਂ ਕੋਈ ਗੱਲ ਹੀ ਨਹੀਂ, ਉਹ ਤਾਂ ਅਮਨ ਦੀ ਗੱਲ ਹੈ। ਨਹੀਂ, ਇਹ ਗੱਲ ਹੈ ਫਿਰ ਰੀਤ ਨੂੰ ਫੋਨ ਕਿਉਂ ਲਾਉਂਦਾ? ਨਹੀਂ ਇਹ ਜੀ ਕੋਈ ਗੱਲ ਨਹੀਂ, ਸਰਪੰਚ ਸਾਹਿਬ ਨੂੰ ਗਲਤ ਫਹਿਮੀ ਹੋ ਗਈ। ਮੁਝੇ ਗਲਤ ਫਹਿਮੀ ਹੋ ਗਈ, ਫਿਰ ਉਹ ਰੀਤ ਨੂੰ ਫੋਨ ਕਿਉਂ ਲਾਉਂਦਾ? ਉਹ ਫੋਨ ਤਾਂ ਲਾਉਂਦਾ, ਉਹਦਾ ਅਮਨ ਦਾ ਫੋਨ ਬੰਦਾ ਹੀ ਜਾਂਦਾ, ਤਾਂ ਉਹਨੇ ਰੀਤ ਨੂੰ ਫੋਨ ਲਾਇਆ ਸੀ। ਚੱਲ ਠੀਕ ਹੈ, ਤੂੰ ਧਿਆਨ ਰੱਖੀ। ਅੱਜ ਕੱਲ੍ਹ ਦੀਆਂ ਕੁੜੀਆਂ ਬਹੁਤ ਜ਼ਿਆਦਾ ਹੁਸ਼ਿਆਰ ਨੇ, ਮਾਂ ਪਿਓ ਨੂੰ ਤਾਂ ਬੁੱਧੂ ਬਣਾ ਦਿੰਦੀਆਂ ਮਿੰਟਾਂ ਦੇ ਵਿੱਚ। ਮਾਂ ਪਿਓ ਦੇ ਭੋਲੇਪਣ ਦਾ ਨਾ ਨਜਾਇਜ਼ ਫਾਇਦਾ ਉਠਾਉਂਦੀਆਂ ਨੇ, ਅੱਖਾਂ ਚੋਂ ਨਿਕਲ ਜਾਂਦੀਆਂ ਨੇ। ਫਿਰ ਵੀ ਯਕੀਨ ਤਾਂ ਕਰੋ ਉਹਦੀ ਗੱਲ ਦਾ, ਕੱਲ੍ਹ ਨੂੰ ਅਮਨ ਨੂੰ ਘਰੇ ਬੁਲਾ ਕੇ ਮੈਂ ਆਪੇ ਪੁੱਛ ਲੂੰਗੀ। ਮੈਂ ਜਲਦੀ ਮੁੰਡਾ ਲੱਭ ਕੇ ਨਾ ਇਹਦਾ ਵਿਆਹ ਕਰ ਦੂੰਗਾ। ਫਿਰ ਵੀ ਤੂੰ ਧਿਆਨ ਰੱਖਿਆ ਕਰ, ਇਹਦਾ ਨਹੀਂ ਪਤਾ ਕਦੋਂ ਕੁੜੀਆਂ ਚੰਦ ਚੜ੍ਹਾ ਦੇਣ, ਮਾਂ ਪਿਓ ਦੀ ਇੱਜ਼ਤ ਮਿੱਟੀ 'ਚ ਮਿਲਾ ਦੇਣ। ਤੁਸੀਂ ਟੈਨਸ਼ਨ ਨਾ ਲਓ ਅਤੇ ਮੈਂ ਨਿਗ੍ਹਾ ਰੱਖੂੰਗੀ। ਮੈਂ ਟੈਨਸ਼ਨ ਨਹੀਂ ਲੈਂਦਾ, ਕੱਲ੍ਹ ਨੂੰ ਨਾ ਰਿਸ਼ਤੇ ਦੀ ਦੱਸ ਪਈ ਹੈ, ਜੇ ਚੰਗਾ ਮੁੰਡਾ ਲੱਭ ਗਿਆ ਨਾ ਤਾਂ ਬਸ ਫਿਰ ਆਪਾਂ ਰਿਸ਼ਤਾ ਲੈ ਹੀ ਲਵਾਂ। ਬਸ ਠੀਕ ਹੈ ਫਿਰ, ਚਲੋ ਤੁਸੀਂ ਆਰਾਮ ਕਰ ਲਓ, ਮੈਂ ਚਾਹ ਲੈ ਕੇ ਆਉਂਦੀ ਹਾਂ। ਤਾਈ ਆ ਜਾ, ਆ ਜਾ ਭਾਈ ਅਮਨ। ਆ ਗਈ ਤਾਈ ਰੀਤ। ਰੀਤ ਇੱਥੇ ਹੀ ਆ, ਦੱਸ। ਅੱਛਾ, ਤੇ ਤਾਈ ਕਿਵੇਂ ਬੁਲਾਇਆ ਸੀ ਮੈਨੂੰ? ਹਾਂ ਤੈਨੂੰ ਮੈਂ ਬੁਲਾਇਆ ਸੀ ਭਾਈ, ਕੰਮ ਸੀਗਾ।
ਦੱਸੋ ਤਾਈ। ਦੇਖ ਅਮਨ, ਜਿਹੜੀ ਗੱਲ ਮੈਂ ਪੁੱਛੂਗੀ ਨਾ ਸੱਚੀ ਸੱਚੀ ਦੱਸੀ, ਜੇ ਝੂਠ ਬੋਲੂਗੀ ਤਾਂ ਮੈਥੋਂ ਬੁਰਾ ਕੋਈ ਨੀ। ਹਾਂ ਤਾਈ ਜੀ, ਪੁੱਛੋ ਜਿਹੜੀ ਗੱਲ ਪੁੱਛਣੀ ਆ, ਮੈਂ ਕਿਉਂ ਝੂਠ ਬੋਲੂਗੀ ਭਲਾਂ ਦੀ। ਗੱਲ ਤਾਂ ਜਿਹੜੀ ਮੈਂ ਪੁੱਛਣੀ ਆ ਪੁੱਛਣੀ ਆ। ਚੱਲ ਆ ਜਾ ਅੰਦਰ ਆ ਜਾ। ਚਲੋ ਤਾਈ। ਹਾਂ ਹਾਂ, ਮੈਂ ਤੈਨੂੰ ਕੁੜੀ ਸਮਝਿਆ ਤੇ ਮੈਨੂੰ ਸਾਰੀਆਂ ਗੱਲਾਂ ਸੱਚੋ ਸੱਚੀ ਜਵਾਬ ਦੇਈ ਭਾਈ। ਲੱਪਣਾ ਦੀ ਮੈਂ ਤਾਈ ਕਿਉਂ ਝੂਠ ਬੋਲੂਗੀ, ਤੁਸੀਂ ਪੁੱਛੋ ਜਿਹੜਾ ਕੁਛ ਪੁੱਛਣਾ ਹੈਗਾ। ਵੀ ਜਿਹੜਾ ਪਿੰਡ ਵਾਲਾ ਮੁੰਡਾ ਆਪਣੇ ਰਵੀ ਹੈ, ਉਹ ਤੈਨੂੰ ਪਿਆਰ ਕਰਦਾ ਕਿ ਮੇਰੀ ਰੀਤ ਨੂੰ ਪਿਆਰ ਕਰਦਾ, ਮੈਨੂੰ ਸੱਚੀ ਗੱਲ ਦੱਸ ਦੇ। ਨਹੀਂ ਨਹੀਂ ਤਾਈ ਜੀ, ਰਵੀ ਨੂੰ ਤਾਂ ਮੈਂ ਪਿਆਰ ਕਰਦੀ ਹੈਗੀ ਤੇ ਨਾਲ ਇੱਕ ਦੂਜੇ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ। ਨਾ ਤਾਈ ਜੀ ਤੇ ਸਰਪੰਚ ਜੀ ਗਏ ਸੀ ਰਵੀ ਨੂੰ ਦਬਕਾਉਣ, ਤੇ ਰੀਤ ਦਾ ਤਾਈ ਜੀ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ, ਨਾ ਰੀਤ ਤਾਂ ਏਡੀ ਚੰਗੀ ਕੁੜੀ ਹੈਗੀ। ਤੇ ਤੈਨੂੰ ਇਸ ਬਾਰੇ ਕੀ ਪਤਾ? ਤਾਈ ਜੀ ਮੇਰੇ ਕੋਲ ਫੋਨ ਆਇਆ ਸੀ ਰਵੀ ਦਾ, ਵੀ ਤਾਈ ਜੀ ਤੇ ਸਰਪੰਚ ਜੀ ਆਏ ਸੀਗੇ। ਅੱਛਾ, ਤਾਈ ਜੀ ਮੈਂ ਰੀਤ ਨੂੰ ਮਿਲਣਾ ਹੁਣ? ਪਰ ਰੀਤ ਨੂੰ ਤਾਂ ਮਿਲ ਲਾ, ਮੈਨੂੰ ਐਂ ਦੱਸ ਰੀਤ ਦਾ ਕਿਸੇ ਮੁੰਡੇ ਨਾਲ ਕੋਈ ਚੱਕਰ ਤਾਂ ਨਹੀਂ? ਤੈਨੂੰ ਪਤਾ ਹੈ ਤਾਂ ਮੈਨੂੰ ਦੱਸ ਦੇ। ਨਹੀਂ ਨਹੀਂ ਤਾਈ ਜੀ, ਰੀਤ ਦਾ ਕਿਸੇ ਮੁੰਡੇ ਨਾਲ ਕੋਈ ਚੱਕਰ ਨਹੀਂ ਹੈਗਾ, ਰੀਤ ਤਾਂ ਏਡੀ ਸਿਆਣੀ ਕੁੜੀ ਹੈ, ਨਾਲੇ ਪੜ੍ਹਾਈ 'ਚ ਬਹੁਤ ਹੁਸ਼ਿਆਰ ਹੈਗੀ, ਇਹੋ ਜਿਹੇ ਕੰਮਾਂ ਤੋਂ ਬਹੁਤ ਦੂਰ ਰਹਿੰਦੀ ਹੈਗੀ। ਐਂ ਤਾਂ ਮੈਨੂੰ ਉਮੀਦ ਸੀ ਉਹਦੇ, ਮੇਰੀ ਧੀ ਇਹੋ ਜਿਹੀ ਨਹੀਂ ਹੈਗੀ। ਜਾ ਤੂੰ ਜਾ ਕੇ ਮਿਲ ਲਾ ਰੀਤ ਨੂੰ। ਠੀਕ ਹੈ ਤਾਈ ਜੀ। ਮੈਨੂੰ ਮੇਰੀ ਧੀ 'ਤੇ ਪੂਰਾ ਯਕੀਨ ਹੈ, ਇਹੋ ਜਿਹੀ ਤਾਂ ਹੋ ਹੀ ਨਹੀਂ ਸਕਦੀ, ਨਾਲੇ ਉਹ ਮੇਰੀ ਧੀ ਹੈ, ਪਤਾ ਕਿੰਨਾ ਉਹਨੂੰ ਮੈਨੂੰ ਰੱਬ ਜਿੰਨਾ ਭਰੋਸਾ ਹੈ ਉਹਦੇ ਉੱਤੇ, ਇਹੋ ਜਿਹੀ ਤਾਂ ਕੋਈ ਗੱਲ ਹੀ ਨਹੀਂ ਕਰ ਸਕਦੀ ਉਹ। ਰੀਤ। ਹਾਂ ਹਾਂ, ਆ ਜਾ ਅਮਨ, ਐਂ ਕਰ ਬਾਹਰ ਲਾਇਆ। ਠੀਕ ਠੀਕ ਲਾਤਾ ਤੁਹਾਨੂੰ। ਤੇ ਹੋਰ ਸੁਣਾ ਅੜੀਏ, ਕੀ ਹਾਲ ਹੈ? ਬਸ ਹਾਲ ਹੀ ਹਾਲ ਹੈ, ਤੂੰ ਐਂ ਦੱਸ ਕੀ ਕਹਿੰਦੀ ਮੇਰੀ ਮਾਂ? ਵਧੀਆ ਠੀਕ ਹੈ। ਨਹੀਂ ਕੀ ਕਹਿਣਾ ਭੈਣੇ, ਤੇਰੀ ਮਾਂ ਤਾਂ ਬਾਹਲੀ ਭੈੜੀ, ਸੱਚੀ ਮੈਨੂੰ ਤਾਂ ਆਏ ਸੀ ਮਾਂ ਚੱਲ ਹਨਾ ਬੁੜੀਆਂ ਜਿਹੀਆਂ ਵਰਗੀ ਹੋਣੀ ਆ ਤਾਂ ਭੈਣੇ ਬਹੁਤ ਤੇਜ਼ ਹੈਗੀ। ਉਹ ਤਾਂ ਮੈਨੂੰ ਪਤਾ ਹੀ ਆ, ਹੁਣ ਮੰਨੀ ਕਿ ਨਹੀਂ? ਪੁੱਛਦੀ ਸੀ, ਕਹਿੰਦੀ ਕੋਈ ਰਵੀ ਦੀ ਕਿਹਦੇ ਨਾਲ ਗੱਲ ਹੈ ਕਿ ਰੀਤ ਨਾਲ? ਮੈਂ ਕਿਹਾ ਰੀਤ ਨਾਲ ਨਹੀਂ ਹੈਗੀ, ਮੇਰੇ ਨਾਲ ਗੱਲ ਹੈਗੀ। ਤੇ ਨਾਲੇ ਫਿਰ ਮੈਂ ਕਹਿ ਵੀ ਦਿੱਤਾ ਸੀ, ਮੈਂ ਤਾਇਆ ਤੇ ਸਰਪੰਚ ਗਏ ਸੀ ਮਗਰ ਮਹਾ, ਤੇ ਉਹ ਤਾਂ ਮੈਂ ਸਾਡੀ ਗੱਲਬਾਤ ਹੈ ਵੀ ਤੁਸੀਂ ਨੇ ਕੀ ਲੈਣਾ ਹਨਾ। ਕਹਿੰਦੀ ਠੀਕ ਆ ਠੀਕ ਆ। ਕਹਿੰਦੀ ਹੋਰ ਦੱਸ ਮੈਨੂੰ ਕਿਸੇ ਨਾਲ ਹੋਰ ਤਾਂ ਨੀ ਵੀ ਰੀਤ ਦੀ ਗੱਲਬਾਤ? ਤੂੰ ਕੀ ਕਿਹਾ? ਮੈਂ ਕਿਹਾ ਕਿਸੇ ਨਾਲ ਨਹੀਂ ਹੈਗੀ, ਨਾ ਰੀਤ ਮਾਂ ਇਹੋ ਜਿਹੀ ਕੁੜੀ ਨਹੀਂ ਹੈਗੀ ਵੀ ਗੱਲਬਾਤ ਕਰਦੀ ਫਿਰਦੀ ਹੈਗੀ। ਚੱਲ ਸ਼ੁਕਰ ਆ ਮਨਾ, ਤੂੰ ਮੈਨੂੰ ਬਚਾ ਲਿਆ। ਦੇਖ ਰੀਤ, ਹੁਣ ਤਾਂ ਵੀ ਮੈਂ ਤੈਨੂੰ ਬਚਾ ਲਿਆ, ਹੁਣ ਆਪਦਾ ਅੱਗੇ ਤੋਂ ਧਿਆਨ ਰੱਖ। ਮੈਂ ਕੀ ਕਰਾਂ ਮਨਾ, ਮੈਂ ਤਾਂ ਵਿਚਾਲੇ ਫਸੀ ਪਈ ਆ, ਨਾ ਮੈਂ ਰਵੀ ਨੂੰ ਛੱਡ ਸਕਦੀ, ਨਾ ਮੈਂ ਹੁਣ ਘਰਦਿਆਂ ਨੂੰ ਦੱਸ ਸਕਦੀ। ਦੇਖ ਰੀਤ, ਦੋਨਾਂ 'ਚੋਂ ਇੱਕ ਚੀਜ਼ ਚੁਣਨੀ ਪਊ, ਚਾਹੇ ਤਾਂ ਮਾਂ ਬਾਪ ਚੁਣ ਲਾ, ਚਾਹੇ ਤੂੰ ਰਵੀ ਨੂੰ ਚੁਣ ਲਾ। ਓਏ ਰਵੀ ਤਾਂ ਮੈਂ ਚੁਣਿਆ ਹੀ ਹੋਇਆ, ਹੁਣ ਮਾਂ ਬਾਪ ਨੂੰ ਵੀ ਕਿਵੇਂ ਧੋਖਾ ਦੇ ਸਕਦੀ ਆ? ਪਰ ਇੱਕ ਤਰ ਤਾਂ ਧੋਖਾ ਕਰਨਾ ਪਊਗਾ ਤੈਨੂੰ, ਚਾਹੇ ਮਾਂ ਬਾਪ ਨਾ ਕਰ ਜਾ ਧੋਖਾ, ਚਾਹੇ ਰਵੀ ਨਾ ਕਰ ਜਾ। ਤੂੰ ਵੀ ਦੱਸ ਕੀ ਕਰਾਂ ਹੁਣ? ਦੇਖ ਬਈ, ਮੈਂ ਤਾਂ ਤੈਨੂੰ ਇੱਕੋ ਹੀ ਸਲਾਹ ਦਿੰਦੀ ਆ, ਤੂੰ ਰਵੀ ਨੂੰ ਛੱਡ ਦੇ। ਫਿਰ ਕੋਈ ਦਿਨ ਇਹੋ ਜਿਹਾ ਸੀ ਜਦੋਂ ਤੂੰ ਮੈਨੂੰ ਆਪ ਕਹਿੰਦੀ ਹੁੰਦੀ ਸੀ ਵੀ ਰਵੀ ਤੈਨੂੰ ਪਸੰਦ ਕਰਦਾ, ਤੂੰ ਗੱਲ ਕਰ ਲਾ। ਅੱਜ ਤੂੰ ਆਪਦੇ ਮੂੰਹੋਂ ਕਹੀ ਜਾਂਦੀ ਰਵੀ ਨੂੰ ਛੱਡ ਦੇ, ਫਿਰ ਐ ਹੁਣ ਕਿੱਥੇ ਛੱਡਿਆ ਜਾਊਗਾ? ਇਹ ਕਿਹੜਾ ਕੋਈ ਖੇਡ ਖਿਡਾਉਣਾ ਏ? ਖੇਡ ਖਿਡਾਉਣਾ ਨੀ ਯਾਰ, ਤੇਰੀ ਮਾਂ ਦਾ ਸੁਭਾਅ ਬਹੁਤ ਤਲਕ ਹੈ। ਹਜੇ ਤਾਂ ਤੂੰ ਮੇਰੀ ਮਾਂ ਦੇ ਸੁਭਾਅ ਦੇਖਿਆ, ਜੇ ਤੂੰ ਮੇਰੇ ਵੀਰੇ ਤੇ ਡੈਡੀ ਦਾ ਸੁਭਾਅ ਦੇਖ ਲਿਆ ਨਾ, ਬਸ ਫਿਰ ਮੁੜ ਕੇ ਤੂੰ ਸਾਡੇ ਘਰੇ ਨੀ ਆਉਣਾ ਹੈਗਾ। ਰੀਤ, ਤਾਈਓ ਮੈਂ ਕਹਿੰਦੀ ਹੈਗੀ ਵੀਰੇ, ਦੇਖ ਰੀਤ, ਤੈਨੂੰ ਮਾਂ ਬਾਪ ਪਿਆਰ ਹੈ ਜਾਂ ਰਵੀ ਪਿਆਰ ਹੈ, ਇਹ ਫੈਸਲਾ ਹੁਣ ਤੇਰੇ ਹੱਥ 'ਚ ਹੈਗਾ। ਪਿਆਰ ਤਾਂ ਮੈਨੂੰ ਮੈਂ ਦੋਨਾਂ ਨੂੰ ਬਹੁਤ ਕਰਦੀ ਹਾਂ, ਪਰ ਮੈਨੂੰ ਤਾਂ ਨਾ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ। ਅੜੀਏ ਹੁਣ ਸੋਚ ਸਮਝ ਕੇ ਫੈਸਲਾ ਲੈ, ਤੇਰੀ ਮਾਂ ਦਾ ਬਹੁਤ ਕੱਬਾ ਸਵਾ ਹੈ, ਜਿਹੜਾ ਹਿਸਾਬ ਤੇ ਤੇਰੀ ਮਾਂ ਦਾ ਸਵਾ ਹੈ ਨਾ, ਤੁਹਾਡਾ ਵਿਆਹ ਤਾਂ ਨਹੀਂ ਹੋ ਸਕਦਾ। ਤੇ ਇਹ ਗੱਲ ਤੂੰ ਭੁੱਲ ਜਾ ਵੀ ਮੇਰਾ ਰਵੀ ਨਾਲ ਵਿਆਹ ਹੋਊਗਾ। ਰੀਤ, ਅੜੀਏ ਮੈਨੂੰ ਐਂ ਲੱਗਦਾ ਹੁਣ ਵੀ ਤੇਰਾ ਰਿਸ਼ਤਾ ਕਰ ਦੇਣਗੇ ਇਸੇ ਮਹੀਨੇ 'ਚ। ਨਹੀਂ ਨਹੀਂ ਅਮਨ, ਮੈਂ ਰਵੀ ਤਾਂ ਦੂਰ ਨਹੀਂ ਹੋ ਸਕਦੀ, ਤੂੰ ਐਂ ਨਾ ਬੋਲ।
ਲੜੀਏ ਜਿਹੜਾ ਮੈਂ ਤੈਨੂੰ ਦੱਸਣਾ ਸੀ ਮੈਂ ਤਾਂ ਤੈਨੂੰ ਦੱਸਦਾ ਸੱਚ ਤੇ ਚੱਲ ਠੀਕ ਆ ਮੈਂ ਚੱਲਦੀ ਹਾਂ ਕਿਤੇ ਤਾਈ ਗੱਲਾਂ ਵੀ ਨਾ ਸੁਣ ਲੈ ਇੱਕ ਦੂਜੇ ਨੂੰ ਮੁੜ ਕੇ ਮਿਲਣ ਵੀ ਨਹੀਂ ਦੇਣਾ ਤੇ ਆਪਣਾ ਧਿਆਨ ਰੱਖੀ ਤੂੰ ਚੱਲ ਠੀਕ ਹੈ ਕਿਵੇਂ ਬੁਲਾਇਆ ਸੀ ਰੋਬੀ ਮੈਨੂੰ ਪੁੱਛਣਾ ਹੈ ਸੋਨੀ ਮੈਨੂੰ ਨਾ ਤੇਰੇ ਤੱਕ ਬਾਹਲਾ ਜ਼ਰੂਰੀ ਕੰਮ ਹੈਗਾ ਰੀਤ ਨੂੰ ਤਾਂ ਪਤਾ ਹੀ ਹੈ ਤੈਨੂੰ ਯਾਰ ਸਾਡੀ ਗੱਲਬਾਤ ਦਾ ਹੈ ਨਾ ਅਤੇ ਮੇਰਾ ਬਾਈ ਬਣ ਕੇ ਕੰਮ ਕਰਕੇ ਆ ਆਲੇ ਉਹਨੂੰ ਫੜਾ ਦੇ ਚੰਗਾ ਬਾਈ ਮੈਨੂੰ ਤਾਂ ਡਰ ਲੱਗਦਾ ਰੋਬੀ ਉਹ ਕੁਛ ਨਹੀਂ ਹੁੰਦਾ ਬਾਈ ਬਣ ਕੇ ਚੰਗਾ ਫੜਾ ਦੇ ਉਹਦੀ ਬੇਬੇ ਹੋਊਗੀ ਘਰੇ ਬੇਬੇ ਹੋਊਗੀ ਕੁਛ ਨਹੀਂ ਤੂੰ ਕਿਹੜਾ ਦਿਖਾ ਕੇ ਫੜਾਉਣਾ ਕਹਿੰਦਾ ਤੂੰ ਹੀ ਬਸ ਲੁਕੋ ਕੇ ਲੈ ਜਾਈ ਉਹਨੂੰ ਕਿੱਡੀ ਦਸ ਚਾਰ ਪੰਜ ਤਾਂ ਬੋਲ ਮੈਨੂੰ ਕੀ ਕਰਨਾ ਹੁਣ ਉਹਨੂੰ ਫੜਾਉਣੀਆਂ ਨੇ ਉਹਨੂੰ ਫੜਾਉਣੀਆਂ ਮੈਂ ਜਾਣਾ ਅੱਜ ਉਹਦੇ ਕੋਲ ਸੋਚ ਸਮਝ ਕੇ ਕਰਿਆ ਕਰੋ ਇਹੋ ਜਿਹਾ ਕੰਮ ਇਹੋ ਜਿਹਾ ਕੰਮ ਕੀ ਯਾਰ ਕੀ ਕੰਮ ਕਰਨਾ ਹੁਣ ਗੱਲਬਾਤ ਕਰਕੇ ਆਉਣੀ ਤੁਸੀਂ ਉਦੋਂ ਤੇ ਉਹਨੂੰ ਅਮਨ ਨੂੰ ਫੜਾ ਦਿੰਦੇ ਅਮਨ ਤਾਂ ਉਹਦੀ ਸਹੇਲੀ ਆ ਫਰੈਂਡ ਪੂਰੀ ਪੱਕੀ ਅਮਨ ਨਾਲ ਯਾਰ ਉਹਦੀ ਬੇਬੇ ਨਹੀਂ ਉਹ ਕਰਨ ਦਿੰਦੀ ਉਹਨੂੰ ਉਹਦੀ ਬੇਬੇ ਨੂੰ ਐਂ ਕਿਹਾ ਵਾ ਵੀ ਮੇਰੇ ਨਾਲ ਗੱਲਬਾਤ ਅਮਨ ਦੀ ਅੱਛਾ ਉਹ ਤੇ ਸ਼ੱਕ ਕਰਦੀ ਆ ਹਾਂ ਤੇ ਤੂੰ ਫੜਾਈ ਤੇ ਉਹਨੂੰ ਸਮਝਾਈ ਕਿਤੇ ਆਪਣਾ ਦਾਲ ਖਾ ਲਈ ਉਹ ਕੰਮ ਲਈ ਚੰਗਾ ਉਹਨੂੰ ਕਹਿ ਦੀ ਵੀ ਤੂੰ ਨਾ ਖਾਈ ਤੂੰ ਜਾਂ ਆਪਦੀ ਪਹਿਲਾਂ ਅੱਡ ਕੱਢ ਕੇ ਰੱਖ ਲਈ ਤੇ ਬਾਕੀ ਤੇਰੇ ਆ ਘਰਦਿਆਂ ਨੂੰ ਪਾ ਦੀ ਉਹਨੂੰ ਕਹਿ ਚੰਗਾ ਚੱਲ ਠੀਕ ਆ ਯਾਰ ਤਾਂ ਬਾਹਲਾ ਹੀ ਪੁੱਠਾ ਕੰਮ ਕਰਵਾਈ ਜਾਂਦਾ ਮੇਰੇ ਤੋਂ ਕੋਈ ਨਾ ਬਾਈ ਬਣੇ ਤੇਰਾ ਸਾਰੀ ਉਮਰ ਆਸਾਨ ਨਹੀਂ ਬੋਲਦਾ ਮੇਰਾ ਇੰਨਾ ਕੰਮ ਕਰਿਆ ਜਿਹੜਾ ਤੂੰ ਅੱਜ ਆਹ ਕੰਮ ਕਢਾ ਦੇਂਗੀ ਨਾ ਮੇਰਾ ਸੱਚੀ ਬੜਾ ਪਿਆਰ ਕਰਦਾ ਉਹਨੂੰ ਮੈਂ ਤਾਂ ਪੁੱਛਣਾ ਜਾਣ ਤੋਂ ਵੱਧ ਕੇ ਕਰਦਾ ਤੈਨੂੰ ਪਤਾ ਜੀ ਨਹੀਂ ਲੱਗਦਾ ਉਹਦੇ ਬਿਨਾ ਜੀ ਕਿੱਥੇ ਲੱਗਦਾ ਤੂੰ ਮੇਰੇ ਨਾਲ ਹੋ ਨਾ ਕਰ ਵਾਲੀਆਂ ਫੀਲਿੰਗਾਂ ਹੀ ਨਾ ਲੈ ਤੂੰ ਚੱਲ ਬੜਾ ਤੂੰ ਆਪਦੀਆਂ ਲੈਣ ਲੱਗ ਜਾਂਦੀ ਹੈਗੀ ਤੂੰ ਬਾਗ ਜਾ ਬਸ ਹੁਣ ਚੱਲ ਕੋਈ ਨਹੀਂ ਠੀਕ ਹੈ ਫੜਾ ਆਈ ਬਾਈ ਬਣ ਕੇ ਚੰਗਾ ਚੱਲ ਠੀਕ ਉਹਨੂੰ ਨਾਲੇ ਕਹਿੰਦੀ ਵੀ ਬਸ ਰਵੀ ਨੂੰ ਫੋਨ ਲਾ ਲਈ ਚੰਗਾ ਚੱਲ ਠੀਕ ਹੈ ਚੰਗਾ ਠੀਕ ਹੈ ਲੈ ਨੰਗ ਜਾ ਦੱਸਣਾ ਦੇਂ ਕਿਸੇ ਨੂੰ ਤੇ ਆਪਦੇ ਦੋਸਤ ਨੂੰ ਦੱਸ ਮੈਂ ਕਿਹਨੂੰ ਦੱਸਣਾ ਤੂੰ ਬਾਗ ਜਾ ਸ਼ੁਕਰ ਆ ਰੱਬ ਦਾ ਇਹ ਜੇ ਇੰਨਾ ਕੰਮ ਕਰਦੇ ਨਾ ਤਾਂ ਸਿਰਾ ਲੱਗ ਜੇ ਅੱਜ ਕਿਵੇਂ ਰੀਤਾ ਠੀਕ ਹੈ ਸੋਨੀ ਬਹਿ ਜਾ ਹਦਨ ਹੋ ਜਾ ਕਿਉਂ ਬੈਠੀ ਹੈਂਗੀ ਬੇਲੀ ਕੀ ਕਰਾਂ ਹੋਰ ਬੇਲੀ ਬੈਠਣ ਤੋਂ ਇਲਾਵਾ ਕੰਮ ਵੀ ਕੀ ਆ ਹੋਰ ਤੈਨੂੰ ਕੰਮ ਹੈ ਨਹੀਂ ਕੋਈ ਪੜ ਮੈਂ ਨਹੀਂ ਸਕਦੀ ਕਿਉਂ ਕੀ ਹੋ ਗਿਆ ਬਾਹਰ ਅੰਦਰ ਮੈਂ ਨਹੀਂ ਜਾ ਸਕਦੀ ਅੱਛਾ ਉਹ ਤੈਨੂੰ ਸਾਰਾ ਕੁਝ ਪਤਾ ਹੀ ਆ ਹਾਂ ਪਤਾ ਤਾਂ ਹੈਗਾ ਯਾਰ ਮੈਨੂੰ ਤੇ ਤੇਰੀ ਬੇਬੇ ਕਿੱਥੇ ਗਈ ਆ ਸੱਚ ਬੇਬੇ ਹੈ ਨਹੀਂ ਬਾਹਰ ਨਾ ਯਾਰ ਘਰੇ ਗਈ ਆ ਕਿਸੇ ਦੇ ਨਹੀਂ ਨਹੀਂ ਕਿਸੇ ਦੇ ਘਰੇ ਨਹੀਂ ਗਈ ਇੱਧਰ ਹੀ ਹੋਣੀ ਬਾੜੇ ਬੂੜੇ 'ਚ ਅੱਛਾ ਤੇ ਰੀਤ ਮੇਰੀ ਗੱਲ ਸੁਣ ਇੱਕ ਸੱਚ ਮੈਨੂੰ ਨਾ ਰਵੀ ਮਿਲਿਆ ਸੀਗਾ ਕੀ ਕਹਿੰਦਾ ਬੜੀ ਖੁਸ਼ ਹੋ ਗਈ ਇਹਦਾ ਨਾਮ ਸੁਣ ਕੇ ਹੈ ਤੇ ਉਹਨੇ ਨਾ ਇੱਕ ਮੈਨੂੰ ਚੀਜ਼ ਦਿੱਤੀ ਸੀਗੀ ਚੱਲ ਚੰਗਾ ਲੈ ਫੜਾ ਕੀ ਫੜਾਇਆ ਉਹਨੇ ਹਾਂ ਫੜਾ ਤਾਂ ਮੈਂ ਦਿੰਦੀ ਹਾਂ ਚੀਜ਼ ਠੀਕ ਆ ਤੇ ਤੂੰ ਨਾ ਐਂ ਕਰੀ ਤੇ ਨਾਲੇ ਧਿਆਨ ਨਾਲ ਪਾਈ ਠੀਕ ਆ ਸਬਜ਼ੀ 'ਚ ਆਪਣਾ ਖਾ ਲਈ ਕਿਤੇ ਸੁੱਤੀ ਰਹਿ ਜੇ ਪਰ ਮੈਂ ਕਿਹੜੀ ਸਬਜ਼ੀ ਖਾਊਂਗੀ ਤੂੰ ਅਲੱਗ ਕੱਢ ਲਈ ਆਪਦੀ ਪਹਿਲਾਂ ਚੱਲ ਚੰਗਾ ਤੇ ਨਾਲੇ ਧਿਆਨ ਰੱਖੀ ਪੂਰਾ ਠੀਕ ਆ ਨਾਲੇ ਕਿਸੇ ਨੂੰ ਦੱਸਣਾ ਨਹੀਂ ਹੈਗਾ ਠੀਕ ਹੈ ਨਾਲੇ ਮੇਰੀ ਵੀ ਗੱਲ ਕਰਵਾ ਦੀ ਕਿਸੇ ਨਾਲ ਰਵੀ ਕਿੰਨਾ ਸੋਹਣਾ ਹੈ ਐ ਕਰ ਮੈਨੂੰ ਤਾਂ ਹਜੇ ਤੱਕ ਕੰਡੇ ਚੁਗੇ ਨਹੀਂ ਗਏ ਰਵੀ ਨਾਲ ਤੂੰ ਹੀ ਗੱਲ ਕਰ ਲੈ ਨਹੀਂ ਮੈਂ ਨਹੀਂ ਉਹ ਤਾਂ ਤੇਰੀ ਇਮਾਨਤ ਹੈਗੀ ਉਹਦੇ ਨਾਲ ਮੈਂ ਨਹੀਂ ਕੁਛ ਕਰ ਸਕਦੀ ਤੇ ਚੱਲ ਠੀਕ ਹੈ ਚੰਗਾ ਮੈਂ ਚੱਲਦੀ ਹਾਂ ਇਹ ਠੀਕ ਹੈ ਹੁਣ ਤੇਰਾ ਜੀ ਲੱਗ ਜੂਗਾ ਨਾਲੇ ਹਨਾ ਆ ਗਏ ਹਾਂ ਆ ਤਾਂ ਗਿਆ ਮੈਂ ਕਿਹਾ ਮੈਂ ਇਹਦੀ ਸਲਾਹ ਆਇਆ ਵੀ ਮੈਂ ਡਾਕਟਰ ਕੋਲ ਜਾਵਾਂ 15 ਦਿਨ ਹੋ ਗਏ ਦਰਦ ਹੀ ਮਹੀਨਾ ਦਰਦ ਹੀ ਹੋਈ ਜਾਂਦੇ ਜਾ ਕੇ ਆਉਂਦੇ ਫਿਰ ਨਵਾਂ ਜਾਣਾ ਹੁਣ ਮੈਂ ਕਿਹਾ ਮੈਂ ਦੱਸ ਦਿਆਂ ਮਾੜਾ ਜਿਹਾ ਵੀ ਡਾਕਟਰ ਦੱਸ ਦੂ ਵੀ ਕੀ ਗੱਲ ਬਾਤ ਹੈ ਕੋਈ ਆਹ ਜਾਓ ਜਾਓ ਫਿਰ ਹਾਂ ਮੈਂ ਜਾ ਛੇਤੀ ਆਈ ਬਾਜੂ ਦੱਸਦਾ ਮੈਂ ਆ ਹੀ ਜਾਣਾ ਹਾਂ ਦਰਦ ਕਿਉਂ ਹੁੰਦਾ ਹੈ ਇਹ ਕੀ ਗੱਲ ਹੈ ਅੱਗੇ ਤਾਂ ਪਹਿਲਾਂ ਤਾਂ ਕਦੇ ਹੋਇਆ ਨਹੀਂ ਹੈਗਾ ਚੱਲ ਡਾਕਟਰ ਹੀ ਦੱਸੂ ਵੀ ਕਿਉਂ ਹੁੰਦਾ ਹੈ ਖਾਧੇ ਪੀਤੇ ਦਾ ਜਾਂ ਕੀ ਗੱਲਬਾਤ ਹੈ ਕੀ ਕਹਿੰਦਾ ਡਾਕਟਰ ਉਹ ਡਾਕਟਰ ਨੇ ਤਾਂ ਹੋਰ ਹੀ ਗੱਲ ਕਹਿ ਦਿੱਤੀ ਜਿਹੜਾ ਆਪਾਂ ਮੈਂ ਲਵੇ ਦੀ ਨਹੀਂ ਲੰਘਦੇ ਉਹ ਕਹਿੰਦਾ ਵੀ ਤੁਸੀਂ ਕੋਈ ਨਸ਼ਾ ਨੁਸ਼ਾ ਕਰਦੇ ਹੋ ਲੈ ਮੈਂ ਕਿਹਾ ਨਾ ਮੈਂ ਤਾਂ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ ਕਹਿੰਦਾ ਵੀ ਜਿਹੜਾ ਤੁਸੀਂ ਖਾਣਾ ਖਾਂਦੇ ਹੋ ਨਾ ਕੋਈ ਸ਼ਾਮ ਨੂੰ
ਵੀ ਉਹਦੇ 'ਚ ਕੋਈ ਨਸ਼ੀਲੀ ਚੀਜ਼ ਮਿਲਾਈ ਜਾਂਦੀ ਹੈ। ਉਹਨੇ ਚੈੱਕ ਕਰਿਆ, ਚੈੱਕ ਕਰਕੇ ਦੱਸਿਆ ਮੈਨੂੰ। ਨਸ਼ਾ ਤਾਂ ਤੂੰ ਤੇ ਨਹੀਂ ਧਰਦਾ, ਇਹ ਕੀ ਚੀਜ਼ ਹੋਈ? ਤੂੰ ਤਾਂ ਚਾਹ ਹੀ ਕੱਪੀ ਨਹੀਂ ਪੀਂਦਾ ਚੱਜ ਨਾਲ। ਮੈਂ ਜਿਹੜੀ ਗੱਲ ਤੈਨੂੰ ਕਹਿੰਦਾ ਸੀ ਨਾ ਵੀ ਕੁੜੀ 'ਚ ਨਿਗਾਹ ਰੱਖੀ, ਤੇ ਉਹੀ ਗੱਲ ਹੋਈ। ਉਹ ਕਿਵੇਂ? ਉਹ ਨਾ ਆਪਾਂ ਨੂੰ ਕੋਈ ਨਾ ਕੋਈ ਚੀਜ਼ ਗੋਲੀਆਂ ਗਾਲੀਆਂ ਪਾਉਂਦੀਆਂ ਰੋਟੀ 'ਚ ਵੀ ਸੁੱਤੇ ਰਹਿਣ। ਤੂੰ ਵੀ ਅੱਗੇ ਸੁਨੇਹੇ ਉੱਠ ਕਰਦੀ ਤੇ ਹੁਣ ਤੂੰ 8-8 ਵਜੇ ਤੇ ਪਈ ਰਹਿੰਦੀ। ਅੱਗੇ ਮੈਂ 4 ਵਜੇ ਜਾਗ ਆ ਜਾਂਦੀ ਤੇ ਹੁਣ ਕਿੰਨਾ ਟਾਈਮ ਹੋ ਜਾਂਦਾ, ਜਾਗ ਹੀ ਨਹੀਂ ਹੁੰਦੀ ਹੈਗੀ। ਅੱਜ ਤੇ ਪਾਪਾ ਕੀ ਕਰਨਾ, ਜਦੋਂ ਸ਼ਾਮ ਦਾ ਖਾਣਾ ਲੈ ਕੇ ਉਹ ਕੁੜੀ ਰੋਟੀ ਤਾਂ ਪੜਾਉਂਦੀ ਹੈ ਰੋਜ਼, ਵੀ ਉਹਨੂੰ ਤਾਂ ਆਪਾਂ ਕਹਿੰਦੇ ਵੀ ਰੋਟੀ ਖਾਣੀ ਹੈ ਕਿ ਆਪਾਂ ਰੋਟੀ ਖਾਂਦੇ ਨਹੀਂ, ਫਿਰ ਸਾਰੀ ਗੱਲ ਦਾ ਪਤਾ ਲੱਗ ਜੂ ਆਪਾਂ ਨੂੰ ਵੀ ਕੀ ਗੱਲ ਹੈ। ਹਾਂ ਇਹ ਵੀ ਗੱਲ ਠੀਕ ਹੈ ਤੁਹਾਡੀ। ਹਾਂ ਹਾਂ ਬਸ ਐਂ ਹੀ ਕਰਾਂਗੇ, ਪਤਾ ਲੱਗ ਜੂ ਫਿਰ ਆਪਾਂ ਨੂੰ, ਪਤਾ ਫਿਰ ਹੀ ਲੱਗੂ ਜੇ ਆਪਾਂ ਇਸ ਗੱਲ ਦਾ ਖਿਆਲ ਰੱਖਾਂਗੇ। ਪਹਿਲਾਂ ਆਪਾਂ ਖਿਆਲ ਨਹੀਂ ਕਰਦੇ, ਰੋਟੀ ਖਾ ਲੈਂਦੇ ਹਾਂ, ਯਕੀਨ ਕਰ ਲੈਂਦੇ ਹਾਂ। ਸ਼ੱਕ ਹੀ ਨਹੀਂ ਸੀ ਇਹਦਾ ਕੋਈ? ਸ਼ੱਕ ਹੁਣ ਆਪਦੇ ਪੁੱਤ ਦੀ ਕਰੀ ਜਾਂਦੇ ਨੇ, ਹੁਣ ਦੱਸ ਫਿਰ ਏਦੂ ਵੱਡਾ ਹੁਣ ਸ਼ੱਕ ਕੀ ਹੋਊ? ਉਹੀ ਤਾਂ ਗੱਲ ਹੈ। ਚੱਲ ਆਪਾਂ ਅੱਜ ਫਿਰ ਐਂ ਕਰਾਂਗੇ, ਸ਼ਾਮ ਦੀ ਰੋਟੀ ਨਾ ਤੂੰ ਖਾਈ ਨਾ ਮੈਂ, ਤੇ ਨਾਲੇ ਕੁੜੀ ਨੂੰ ਪਤਾ ਨਹੀਂ ਲੱਗਣ ਦਿੱਤੇ ਵੀ ਆਪਾਂ ਖਾਧੀ। ਹਾਂ ਹਾਂ ਫੇਰ ਹੀ ਪਤਾ ਲੱਗੂ ਨਾ, ਫੇਰ ਪਤਾ ਲੱਗੂ ਆਪਾਂ। ਤੇ ਜੇ ਆਪਾਂ ਪਹਿਲਾਂ ਹੀ ਪੁੱਛ ਲਿਆ ਵੀ ਤੂੰ ਇਹ 'ਚ ਕੀ ਪਾਉਣੀ ਆ ਕੀ ਕਰਦੀ ਆ, ਫਿਰ ਉਹ ਆਪਣੇ ਗੱਲ ਪਊ ਕਿ ਮੈਂ ਰੋਟੀ ਕੀ ਜ਼ਹਿਰ ਪਾਤਾ। ਉਹ ਕਿਉਂ ਕਹਾਊਗੀ? ਉਹ ਆਖੂ ਮੈਂ ਤੁਹਾਨੂੰ ਕੋਈ ਨਸ਼ਾ ਕਰੂੰਗੀ ਜਾਂ ਮੈਂ ਤੁਹਾਨੂੰ ਕੀ ਜ਼ਹਿਰ ਪਾਉਂਗੀ? ਚੱਲ ਠੀਕ ਹੈ, ਇਸ ਗੱਲ ਦਾ ਆਪਾਂ ਨੂੰ ਪਤਾ ਲੱਗਿਆ, ਧਿਆਨ ਰੱਖੀ ਮੈਂ ਮਾੜਾ ਜਿਹਾ ਕੰਮ ਜਾਇਆ ਮੈਂ। ਹਾਂ ਜਾ ਠੀਕ ਹੈ, ਚਲੋ ਠੀਕ ਹੈ। ਮੈਂ ਵੀ ਕੰਮ ਧੰਦਾ ਕਰਦੀ ਹਾਂ, ਲੈ ਆਹ ਹੋਰ ਹੀ ਫਿਕਰ ਲੱਗ ਗਿਆ ਮੈਨੂੰ ਤਾਂ। ਹੈਂ ਐਂ ਕਿਵੇਂ ਪੁੱਛੀਏ ਅਤੇ ਕਿਉਂ ਉਹ ਕਰੂਗੀ? ਮੈਨੂੰ ਤਾਂ ਸਮਝ ਤੋਂ ਬਾਹਰ ਹੋਈ ਪਈ ਕਹਾਣੀ ਇਹ। ਚੱਲ ਅੱਜ ਦੇਖਦੇ ਹਾਂ, ਫਿਰ ਪਰਤਿਆ ਹੀ ਲੈਂਦੇ ਹਾਂ, ਫਿਰ ਪਤਾ ਲੱਗ ਜੂਗਾ। ਬਾਪੂ ਜੀ, ਬੇਬੇ ਤੁਸੀਂ ਰੋਟੀ ਖਾ ਲਈ? ਹਾਂ ਪੁੱਤ ਖਾ ਲਈ ਜੀ ਰੋਟੀ। ਉਹ ਸਬਜ਼ੀ ਤਾਂ ਉੱਨੀ ਪਈ ਸੀ ਬਾਠੀਆਂ 'ਚ, ਇੱਕ ਥਾਲੀ ਵਾਲੀ ਖਾ ਲਈ ਅਸੀਂ, ਉਹ ਸੁੱਚੀ ਹੈ। ਉਹ ਪੁੱਤ ਕਾਲ ਜਿਹੜਾ ਬੜਾ ਮੱਚੀ ਜਾਂਦਾ ਸੀ ਵੀਰੇ, ਇੱਕ ਸਬਜ਼ੀ ਨਾਲ ਹੀ ਸਾਰ ਪਿਆ ਸੀ। ਚਿੱਤ ਜਿਹਾ ਵੀ ਠੀਕ ਨਹੀਂ ਹੈਗਾ ਸੀਗਾ ਮੇਰਾ ਤਾਂ, ਤਾਂ ਹੀ ਅਸੀਂ ਥੋੜੀ ਥੋੜੀ ਖਾਧੀ ਰੋਟੀ। ਠੀਕ ਹੈ ਬੇਬੇ, ਫਿਰ ਮੈਂ ਸੋ ਜਾ ਆਪਦੇ ਕਮਰੇ 'ਚ। ਹਾਂ ਸੋ ਲੈ ਬੱਬੂ, ਠੀਕ ਹੈ ਠੀਕ ਹੈ ਭਾਈ। ਕਿੰਨਾ ਫਿਕਰ ਕਰਦੀ ਆ ਤੂੰ? ਫਿਕਰ ਕਰਦੀ ਹੈ ਵੀ ਜੇ ਖਾ ਲੈਣ ਤਾਂ ਸੌ ਜਾਣ, ਆਹ ਫਿਕਰ ਕਰਦੀ ਹੈ ਆਪਣਾ। ਉਹ ਹਾਂ ਲੈ, ਮੇਰੇ ਦਿਮਾਗ 'ਚ ਨਹੀਂ ਆਈ, ਤੈਨੂੰ ਬੜਾ ਪਤਾ ਹੈ। ਹੁਣ ਖਾ ਲਈ ਰੋਟੀ, ਇਹਨੂੰ ਜਦੋਂ ਪੂਰੇ ਰੋਟੀ ਫੜਾ ਗਈ ਆਪਾਂ ਨੂੰ, ਆਪਾਂ ਤਾਂ ਖਾ ਹੀ ਲੈਣੀ ਹੈ, ਰੋਜ਼ ਹੀ ਖਾਂਦੇ ਹਾਂ, ਹੁਣ ਦੇਖਣਾ ਹੈ ਜੀ ਖਾ ਲਈ ਹੈ ਕਿ ਨਹੀਂ। ਫਿਕਰ ਮੇਰੇ ਮੈਨੂੰ ਕਮਲੀ ਨੂੰ ਆਇਆ ਵੀ ਆਪਣਾ ਕਿੰਨਾ ਫਿਕਰ ਕਰ। ਬਾਕੀ ਮੈਂ ਸਰਪੰਚ ਨੂੰ ਕਿਹਾ ਸੀਗਾ ਵੀ ਮੈਂ ਤੈਨੂੰ ਭਾਈ ਫੋਨ ਕਰੂੰਗਾ ਜੇ ਕੋਈ ਗੱਲਬਾਤ ਹੋਈ। ਉਹ ਆਹਦਾ ਮੇਰਾ ਫੋਨ ਹਰ ਵਕਤ ਖੁੱਲ੍ਹਾ ਹੁੰਦਾ, ਜਦੋਂ ਮਰਜ਼ੀ ਫੋਨ ਕਰ ਦਿਓ, ਅਤੇ ਕੋਈ ਪਰਵਾਹ ਨਾ ਕਰੋ। ਇੰਨੀ ਗੱਲ ਮੈਂ ਸਰਪੰਚ ਨਾਲ ਕਰਿਆ ਸੀਗਾ। ਠੀਕ ਹੈ, ਇਹ ਗੱਲ ਵੀ ਸਹੀ ਹੈ ਤੁਹਾਡੀ। ਹੈਂ ਹੁਣ ਸਾਰੀ ਗੱਲ ਦਾ ਆਪਾਂ ਨੂੰ ਪਤਾ ਲੱਗ ਗਿਆ, ਡਾਕਟਰ ਨੇ ਵੀ ਆਪਾਂ ਨੂੰ ਦੱਸਤਾ ਕਿੰਨਾ ਕੁ ਨਸ਼ਾ ਕਰਦੇ ਆ, ਤੇ ਜੇ ਡਾਕਟਰ ਕੋਲ ਨਾ ਜਾਂਦੇ ਤਾਂ ਇਸ ਗੱਲ ਦਾ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ। ਚੱਲ ਅੱਜ ਪਤਾ ਲੱਗ ਜੂ ਆਪਾਂ ਨੂੰ, ਖਬਰ ਹੈ ਕੀ ਚੰਦ ਚੜ੍ਹਨ ਵਾਲਾ ਹੈ। ਹੈਂ ਨਹੀਂ ਨਹੀਂ ਵੀ ਮਾਂ ਪਿਓ ਨਾਲ ਹੀ ਇਹੋ ਜਿਹਾ ਕੁਛ ਹੋ ਜਾਂਦਾ ਫਿਰ ਕੀ ਬਣੂਗਾ? ਅੱਜ ਪਤਾ ਲੱਗ ਜੂ ਆਪਾਂ ਨੂੰ, ਬੜਾ ਵਹਿਮ ਪਤਾ ਤਾਂ ਲੱਗ ਗਿਆ ਹੁਣ, ਪਤਾ ਤਾਂ ਲੱਗ ਹੀ ਗਿਆ। ਗੱਲ ਸੁਣੋ ਜੀ। ਹਾਂ ਤੁਹਾਡੀ ਗੱਲ ਸੱਚੀ ਹੈ, ਕਦੇ ਜਾਗ ਆਈ ਸੀ? ਅੱਜ ਲੈ ਮੈਨੂੰ 12 ਵਜੇ ਅੱਖ ਖੁੱਲ ਗਈ। ਹਾਂ ਹਾਂ ਮੈਂ ਕਰ ਫਿਰ। ਹਾਂ ਜਾਂ ਦੇਖ ਕੇ ਆ, ਮੈਨੂੰ ਵੀ ਕਮਰੇ 'ਚ ਹੈਗੀ ਕਿ ਨਹੀਂ ਹੈਗੀ। ਹਾਂ ਜਾਂਦੀ ਹਾਂ। ਮਾਰ ਕੇ ਆ ਬੇਟਾ। ਠੀਕ ਹੈ। ਲੈ ਅੱਜ ਨਾ ਸਾਰੀ ਗੱਲ ਦਾ ਸਾਰੀ ਦੇ ਪਤਾ ਲੱਗ ਜੂ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਤੱਕ ਜੂ ਪਤਾ ਹੁਣ ਕੀ ਗੱਲ। ਗੱਲ ਸੁਣੋ, ਬੈਠਾ ਹੋ? ਹਾਂ ਕੀ ਹੋ ਗਿਆ? ਉਹ ਮੁੰਡਾ ਕੁੜੀ ਦੇ ਕਮਰੇ 'ਚ ਬੈਠਾ ਹੈ, 15 ਦਿਨ ਹੋ ਗਏ ਆਪਣੀ ਇੱਜ਼ਤ ਨੂੰ ਦਾਗ ਲਾਉਂਦੇ ਨੂੰ। ਮੁੰਡਾ ਕਮਰੇ 'ਚ ਬੈਠਾ? ਹਾਂ ਮੈਂ ਉਹਨੂੰ ਛੱਡਦਾ ਨਹੀਂ, ਉਹਦੇ ਗੋਲੀ ਮਾਰੂੰਗਾ ਮੈਂ। ਪਹਿਲਾਂ ਸਰਪੰਚ ਨੂੰ ਫੋਨ ਕਰਨਾ ਤੇਰਾ। ਫੋਨ ਲਾ। ਨਹੀਂ ਚੱਕਦਾ ਸਰਪੰਚ। ਅੱਧੀ ਰਾਤ ਨੂੰ ਕੌਣ ਚੱਕੂ ਫੋਨ?
ਬੋਲ ਨਾ ਕਰਿਆ, ਚੱਕੂ ਕਿਵੇਂ ਨਾ ਮੇਰੇ ਨਾਲ ਗੱਲ ਹੋਈ ਸੀ। ਹੈਲੋ, ਹਾਂ ਸਰਪੰਚ ਸਾਹਿਬ, ਗੱਲ ਤਾਂ ਉਹੀ ਹੋ ਗਈ ਜਿਹੜੀ ਅਸੀਂ ਕਹਿੰਦੇ ਸੀਗੇ, ਆਪਾਂ ਗੋਲੀ ਕੱਢਣੀ ਉਹਦੇ ਵਿੱਚ ਦੀ, ਹੁਣ ਕਰੋ ਪਾ ਕੋਈ, ਤੁਸੀਂ ਆਉਂਦੇ ਹੋ? ਤੁਸੀਂ ਠੀਕ ਹੈ, ਠੀਕ ਹੈ, ਆ ਜਾਓ ਫਿਰ ਜੀ। ਹੁਣ ਆਪਾਂ ਕੀ ਕਰੀਏ, ਪਰ ਆਪਣੀ ਕੁੜੀ ਨੂੰ ਨਾ ਕੁਛ ਹੋਵੇ। ਇਹ ਨਾ ਜਿੰਨਾ ਕਸੂਰ ਮੁੰਡੇ ਦਾ ਉਨਾ ਆਪਣੀ ਕੁੜੀ ਦਾ, ਹੁਣ ਮੈਂ ਉਹਨੂੰ ਛੱਡਦਾ ਨਹੀਂ, ਮਾਰੂੰਗਾ, ਗੋਲੀ ਮਾਰੂੰਗਾ ਉਹਦੇ। ਤੂੰ ਕਸੂਰ ਦੇ ਕਿੱਡਾ ਆਪਣੀ ਇੱਜ਼ਤ ਬੰਨੀ ਨੀ ਦੇਖਿਆ? ਚੁੱਪ ਕਰਕੇ ਬਹਿ ਜਾ, ਮੈਂ ਤੈਨੂੰ ਦੱਸਾਂ। ਉਹਨੇ ਆਪਣੀ ਇੱਜ਼ਤ ਮਿੱਟੀ ਚ ਮਿਲਿਆ ਸੀ, ਹਲੇ ਤੂੰ ਰੋਣੀ ਹੈ? ਲੋਕ ਕੀ ਕਹਿਣਗੇ, ਜਮੀ ਮਾਰੇ ਗਏ, ਲੋਕ ਕੀ ਕਹਿਣਗੇ? ਲੋਕ ਤਾਂ ਜਿਉਂਦੀ ਫਿਰਦੀ ਹੋਈ ਫੇਰ ਕਹਿਣਗੇ, ਜਦੋਂ ਆਪਾਂ ਕੰਮ ਮੁਕਾਤਾ ਫੇਰ ਆਪਾਂ ਨੂੰ ਸਾਵਾ ਜੇ ਮਿਲੂ ਇਸ ਗੱਲ ਦੀ। ਜੇ ਮੁੰਡਾ ਜਿਉਂਦਾ ਰਹਿ ਗਿਆ ਫੇਰ ਵੀ ਆਪਣੀ ਪੱਟੀ ਬੇਸ ਹੋ ਜੂ, ਛੱਡਣਾ ਆਪਾਂ ਮੁੰਡਾ ਬਣੀ। ਗੱਲ ਸੁਣੋ, ਚੰਨੀ ਨੂੰ ਫੋਨ ਕਰੀਏ? ਨਹੀਂ ਨਹੀਂ, ਉਹ ਵਿਆਹ ਦਾ ਕੰਮ ਹੈ, ਉਹਨੂੰ ਬੁਲਾਉਣ ਦੀ ਲੋੜ ਨਹੀਂ, ਸਰਪੰਚ ਵਾਧੂ ਹੈ, ਆਪੇ ਫੈਸਲਾ ਹੋ ਜੂ ਇਸ ਗੱਲ ਦਾ। ਜਿਹੜੀਆਂ ਗੱਲਾਂ ਤੋਂ ਡਰਦੀ ਚ ਉਹੀ ਹੋ ਗਈਆਂ। ਤੈਨੂੰ ਮੈਂ ਕਿਹਾ ਰੋਣ ਦੀ ਲੋੜ ਨੀ, ਇਹ ਕੰਮ ਤਾਂ ਇਹ ਦਿਨ ਤਾਂ ਆਉਣਾ ਹੀ ਸੀ ਜਦੋਂ ਆਪਾਂ ਉਹਨੂੰ ਸਮਝਾਇਆ ਸੀ, ਸਮਝੀ ਨੀ? ਹੈ ਆਪਣੀ ਇੱਜ਼ਤ ਬਣੀ ਭੋਲਾ ਨੀ ਸੋਚਿਆ? ਇਹ ਵੀ ਜੇ ਬੁਲਾਉਂਦੀ ਹੈ ਤਾਂ ਆਉਂਦਾ ਘਰੇ, ਬਗਾਨਾ ਬੰਦਾ ਕਿਵੇਂ ਆ ਸਕਦਾ ਘਰੇ? ਦੁੱਖ ਤਾਂ ਇਸ ਗੱਲ ਦਾ, ਉਹਨੇ ਮਾਂ ਪਿਓ ਨੇ ਸੋਚਿਆ ਨੀ, ਮਾਂ ਪਿਓ ਦੀਆਂ ਆਥਾਂ ਦੇ ਪਾਣੀ ਫੇਰਿਆ, ਆਪਣੀ ਇੱਜ਼ਤ ਬਣੀ ਭੋਲਾ ਨੀ ਸੋਚਿਆ ਉਹਨੇ। ਜਿਹੜੀ ਕੁੜੀ ਨੇ ਆਪਦੇ ਮਾਂ ਪਿਓ ਨਾਲ ਧੋਖਾ ਕਰਤਾ, ਉਹ ਹੋਰ ਕੀ ਕਰ ਸਕਦੀ ਹੈ? ਐਡਾ ਵੱਡਾ ਉਹਨੇ ਨਰਥ ਕਰਤਾ, ਆਪਣੀ ਇੱਜ਼ਤ ਬਣੀ ਭੋਲਾ ਨੀ ਸੋਚਿਆ ਉਹਨੇ? ਜਦੋਂ ਆਪਣੇ ਮੈਨੂੰ ਸੋਚਿਆ ਨੀ, ਅੱਜ ਤੋਂ ਬਾਅਦ ਉਹ ਧੀ ਨੀ ਵੇ ਆਪਣੀ, ਤੇ ਆਪਾਂ ਉਹਦੇ ਮਾਂ ਪਿਓ ਨੇ। ਸਰਪੰਚ ਚਾਹੇ ਉਹਨੂੰ ਮਾਰਦੇ, ਤੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਨੀ ਨਿਕਲਣੇ ਚਾਹੀਦੇ। ਜਿਵੇਂ ਤੁਹਾਨੂੰ ਸਹੀ ਲੱਗਿਆ ਉਵੇਂ ਕਰਿਓ, ਪਰ ਮੈਨੂੰ ਤਾਂ ਦੁੱਖ ਆਉਂਦਾ, ਮੈਂ ਤਾਂ ਜੰਮੀ ਸੀ। ਤਰਸ ਤਾਂ ਚੰਗੇ ਧੀ ਪੁੱਤਾਂ ਤੇ ਆਉਂਦਾ, ਇਹੋ ਜਿਹੇ ਰਾਕਸ਼ਾਂ ਤੇ ਕੀ ਤਰਸ ਆਉਂਦਾ ਜਿਹੜੇ ਮਾਂ ਪਿਓ ਦੀ ਇੱਜ਼ਤ ਬੰਨੀ ਨੀ ਤੋੜਦੇ? ਇਹ ਮਰੇ ਚੰਗੇ, ਇੱਕ ਦੋ ਬੰਦਿਆਂ ਨੂੰ ਹੋਰ ਵੀ ਸਬਕ ਮਿਲੂ ਇਸ ਗੱਲ ਦਾ। ਚਲੋ ਠੀਕ ਹੈ ਜੀ। ਉਹ ਮੁੰਡਾ ਕਿਤੇ ਵਗ ਵੀ ਨਾ ਗਿਆ ਹੋਵੇ। ਇਹ ਨੀ ਜਾਂਦੇ ਹੁੰਦੇ ਜਿਹੜੇ ਇਹ ਆਸ਼ਕ ਗਿੱਜੇ ਹੁੰਦੇ ਨੇ ਨਾ, ਉਹਨਾਂ ਨੂੰ ਤਾਂ ਐ ਵੀ ਗੋਲੀਆਂ ਪਾਤੀਆਂ ਸੁੱਤੇ ਪਏ ਨੇ, ਉਹ ਨੀ ਜਾਂਦਾ ਹੈਗਾ, ਉਹ ਤਾਂ ਉੱਥੇ ਹੀ ਹੈ। ਕੀ ਗੱਲ ਹੋ ਗਈ ਜੋ ਰਿਹਾ ਹੁਣ ਦੱਸ? ਤੂੰ ਆ ਗਿਆ ਸਰਪੰਚ ਸਾਹਿਬ, ਆ ਗਏ ਭੱਜਿਆ ਪਰਨਾ ਜਿਹੜੇ ਰਾਹ 'ਚ ਬੰਨਿਆ ਗਿਆ। ਚਲੋ ਬਹੁਤ ਵਧੀਆ ਹੈ, ਤੁਸੀਂ ਆ ਗਏ, ਸਾਨੂੰ ਤਾਂ ਇਹ ਸੀ ਵੀ ਟਾਈਮ ਲਾਉਣਗੇ, ਗੱਲ ਤਾਂ ਉਹੀ ਹੋ ਗਈ ਸਰਪੰਚ ਸਾਹਿਬ ਜਿਹੜੀ ਤੁਸੀਂ ਕਹਿੰਦੇ ਸੀ। ਓਹੋ, ਵੀ ਤੁਹਾਨੂੰ ਮੈਂ ਬਥੇਰਾ ਸਮਝਾਇਆ ਸੀਗਾ, ਜਿਹੜਾ ਮਾਂ ਪਿਓ ਹੁੰਦਾ ਨਾ ਆਪਦੇ ਧੀ ਪੁੱਤਾਂ ਕਰਨ ਲੱਗ ਜਾਂਦਾ, ਉਹਨੇ ਕਿੱਡਾ ਵੱਡਾ ਪਰਦਾ ਪਾਇਆ ਵੀ ਸਾਡੀ ਤੇ ਮੇਰੀ ਤਾਂ ਗੱਲਬਾਤ ਨਹੀਂ, ਅੱਗੇ ਲੈ ਮੇਰੀ ਸਹੇਲੀ ਦੀ, ਉਹਦੇ ਉਹੀ ਨਾਲ ਸਹੇਲੀ ਰਲ ਗਈ, ਉਹਨੇ ਵੀ ਤਾਂ ਨਾਲ ਉਹਨੇ ਸਾਥ ਦਿੱਤਾ। ਇਹ ਜਿਹੜੀ ਗੱਲ ਨਹੀਂ, ਵਿੱਚ ਉਹਦੇ ਮਾਰੂ ਗੋਲੀ, ਤੇ ਕੱਲ ਨੂੰ ਮੈਨੂੰ ਕਿਹਾ ਵੀ ਮੇਰੀ ਧੀ ਪੁੱਤ ਤੇ ਆਏ, ਸਾਨੂੰ ਪਤਾ ਜਿਹੜਾ ਮੈਂ ਕਰਦਾ ਇਨਸਾਫ ਹੀ ਕਰਦਾ। ਹੁਣ ਸਰਪੰਚ ਸਾਹਿਬ ਪਹਿਲਾਂ ਸਾਡੀ ਕੁੜੀ ਦੇ ਮਾਰ ਰਹੀਆਂ, ਕੁੜੀ ਦੇ ਮੁੰਡੇ ਨੂੰ ਬਾਅਦ ਚ ਮਾਰ ਰਹੀ, ਕਿੱਥੇ ਹੁਣ ਉਹ ਟੋਤੀ ਨੇ ਚੁਬਾਰੇ 'ਚ ਬੈਠੇ ਨੇ। ਚਲ ਨਮੇੜ ਦੇ ਕੰਮ ਛੱਡੀ ਨਾ ਉਹਨਾਂ ਨੂੰ, ਹੁਣ ਹੀ ਲੈ ਲਾ ਤੁਰ ਮੇਰੇ ਨਾਲ ਚੱਲ। ਜਦੋਂ ਉਹਨੇ ਆਪਣੀ ਇੱਜ਼ਤ ਬੰਨੀ ਨੀ ਦੇਖਿਆ, ਇਹ ਤਾਂ ਹੁਣ ਆਪਾਂ ਨੂੰ ਦੇਖਣਾ ਹੀ ਪਊ। ਆ ਜਾ ਨਾਲ ਮੇਰੇ, ਆ ਜਾ, ਇਹ ਤਮਾਸ਼ਾ ਨੀ, ਇਹ ਤਾਂ ਆਪਾਂ ਨੂੰ ਦੇਖਣਾ ਪਊ। ਜਦੋਂ ਆਪਣੀ ਇੱਜ਼ਤ ਰੋੜਤੀ ਉਹਨੇ ਮਿੱਟੀ ਦੇ ਵਿੱਚ, ਆ ਜਾ ਸਰਪੰਚ ਸਾਹਿਬ ਵੀ ਗਏ ਤੇ ਆ ਜਾ। ਪੰਦਰਾਂ ਵੀਹ ਦਿਨ ਹੋਏ ਆਪਾਂ ਨੂੰ ਮਿਲਦੇ ਨੂੰ, ਕਿਸੇ ਨੂੰ ਡੱਕਾ ਪਤਾ ਨੀ ਲੱਗਿਆ, ਵੀ ਡਰੀ ਜਾਂਦੀ। ਉਹ ਪਤਾ ਕਿਉਂ ਨੀ ਲੱਗਿਆ? ਪਤਾ ਤਾਂ ਸਾਰੇ ਹੀ ਲੱਗ ਗਿਆ ਸੀਗਾ, ਉਹ ਛੋਟਿਆਂ ਕਰਤੂਤਾਂ ਦਾ ਚੁੱਪ ਸੀ। ਮੈਂ ਕਿਹਾ ਮਾਂ ਪਿਓ ਦੀ ਮਾੜੀ ਮੋਟੀ ਇੱਜ਼ਤ ਹੁੰਦੀ ਹੈ, ਕੱਲ੍ਹ ਰੋਲਣੀ ਆ, ਪਰ ਤੁਸੀਂ ਉਹ ਗੱਲਾਂ 'ਚ ਨਹੀਂ ਸੰਭਲੇ। ਮੈਂ ਤੈਨੂੰ ਕੀ ਸਮਝਾਇਆ ਸੀਗਾ, ਮੈਂ ਜਿੰਨਾ ਤੂੰ ਦੂਰ ਰਹੇਗਾ ਉਨਾ ਵਧੀਆ ਰਹੂੰਗਾ।
ਸਰਪੰਚ ਮੈਂ ਤੈਨੂੰ ਪਹਿਲੀ ਗੱਲ ਦੱਸੀ ਸੀ ਕਿ ਮੈਂ ਗੱਲਬਾਤ ਕਰਦਾ ਤੇ ਮੈਂ ਵਿਆਹ ਕਰਾਉਂਦਾ ਜੋ ਤੂੰ ਮੰਨੀ ਨਹੀਂ ਯਾਰ ਮੇਰੀ ਮੰਤਾ ਇਹਨਾਂ ਦੀ ਗੱਲ ਨਾਲ ਸਾਨੂੰ ਗੋਲੀ ਮਾਰ ਇਹਨਾਂ ਨੇ ਦੋਨੋਂ ਮੈਂ ਵੀ ਤੈਨੂੰ ਪਹਿਲਾਂ ਦੱਸਤਾ ਸੀਗਾ ਮਾਂ ਭਾਈ ਤੂੰ ਤਾਂ ਜਿੰਨਾ ਦੂਰ ਰਹੇਗਾ ਉਹਨਾਂ ਚੰਗਾ ਤੂੰ ਐ ਦੱਸ ਤੂੰ ਤਾਂ ਕਹਿੰਦੇ ਇਹ ਹੁੰਦੀ ਇਹਦੇ ਘਰੇ ਤੂੰ ਅੱਜ ਇਹਦੇ ਘਰੇ ਬੈਠਾਂਗਾ ਜੇ ਮੈਨੂੰ ਬੁਲਾਇਆ ਮੈਂ ਫੇਰ ਹੀ ਆ ਯਾਰ ਮੈਂ ਬਿਨਾਂ ਗੱਲ ਤੂੰ ਨਾ ਪਾ ਕੇ ਤੂੰ ਕਿਉਂ ਐ ਬੁਲਾਇਆ ਜੇ ਤੂੰ ਖੜੇ ਛੱਡਦੇ ਤਾਂ ਇੱਕ ਮਗਾ ਇੱਕ ਮਿੰਟ ਕਰ ਮੈਂ ਕਿਵੇਂ ਖੜਾ ਛੱਡਦਾ ਯਾਰ ਜਦੋਂ ਅਗਲੀ ਮੇਰੇ ਹੱਕ 'ਚ ਖੜੀ ਐ ਤੇ ਮੈਂ ਕਿਵੇਂ ਖੜੂ ਅਸਾਂ ਦੋਨਾਂ ਨੂੰ ਨਿਵੇੜ ਦੇ ਸਰਪੰਚ ਆ ਮੇਰੇ ਲਈ ਵਿਆਹ ਕਰਾਉਣਾਗਾ ਸਾਡੇ ਵਿਆਹ ਹੀ ਕਰਦਾ ਮੈਂ ਤੁਹਾਡੇ ਦੋਨਾਂ ਦੇ ਕਰਕੇ ਕਰਕੇ ਜਾਊਗਾ ਨਾਲੇ ਉਹ ਕਰੂੰਗਾ ਮੈਂ ਸਾਰੀਆਂ ਕੁੜੀਆਂ ਨੇ ਇੱਕੋ ਹੀ ਹੁੰਦੀਆਂ ਤੇ ਜਾ ਕੇ ਕੁੜੀ ਨੂੰ ਇੱਕ ਨੂੰ ਦੇਖ ਕੇ ਨਾ ਵੀ ਹੋਰ ਵਿਗੜਦੇ ਆ ਤਾਂ ਹੀ ਲੋਕ ਕਹਿੰਦੇ ਸਾਡੇ ਕੁੜੀ ਨਾਲ ਮੁੰਡਾ ਹੋਵੇ ਤਾਂ ਕਹਿੰਦੇ ਆ ਆਹੀ ਦੁੱਖ ਹੈ ਰਾਤ ਨੂੰ ਉੱਠ ਕੇ ਨਹੀਂ ਖਾਂਦੀਆਂ ਕੁੜੀਆਂ ਬਹੁਤ ਸਮਝਾਏ ਤੈਨੂੰ ਕੀ ਕਹਿਆ ਕਤੂਤ ਕਰੀਏ ਕੋਈ ਇਹੋ ਜਿਹੇ ਬੰਦੇ ਨੂੰ ਜੱਗ ਦੇ ਜੀਣ ਦਾ ਕੋਈ ਫਾਇਦਾ ਨਹੀਂ ਬਸ ਮੈਂ ਇਹਨਾਂ ਨੂੰ ਪਹਿਲਾਂ ਦੱਸਿਆ ਸੀਗਾ ਮੇਰਾ ਤਾਂ ਇਨਸਾਫ ਇਹੀ ਆ ਬੇਬੀ ਮੈਨੂੰ ਮਾਫ ਕਰ ਦੇ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿਵੇਂ ਦੀ ਲੱਗੀ ਵੀਡੀਓ ਜੇ ਵਧੀਆ ਲੱਗੀ ਕਮੈਂਟ ਕਰਨਾ ਸ਼ੇਅਰ ਕਰਨਾ ਭਾਗ ਨੂੰ ਬਹੁਤ ਸਪੋਰਟ ਕਰਨਾ ਜਿਹੜੇ ਵੀਰਾਂ ਨੇ ਸਾਨੂੰ ਕਮੈਂਟ ਕੀਤੇ ਉਹਨਾਂ ਦੇ ਅਸੀਂ ਨਾਮ ਬੋਲਣ ਲੱਗੇ ਹਾਂ ਅਤੇ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਕਮੈਂਟ ਕਰਦੇ ਬੋਲ ਲੱਗੇ ਅਤੇ ਉਹਨਾਂ ਵੀਡੀਓ ਦੇ ਨਾਂ ਹੈਗੇ ਨੇ ਸਿਮਰਜੀਤ ਕੌਰ ਅਤੇ ਫਿਰ ਸਿਮਰਜੀਤ ਕੌਰ ਗਣੇਸ਼ ਸਿੰਘ ਅਤੇ ਡਾਕਟਰ ਗੁਰਜੀਤ ਸਿੰਘ ਛੀਨਾ ਅਤੇ ਤਰਨਪ੍ਰੀਤ ਸਿੰਘ ਸੁਮਨ ਭਾਲਾ ਅਤੇ ਮਨਜਿੰਦਰ ਕੌਰ ਕਰਨ ਸਿੱਧੂ ਪਿੰਡ ਰਤੀਹੇਰਾ ਸੁਰਜੀਤ ਸਿੰਘ ਸੁਖਪ੍ਰੀਤ ਕੌਰ ਰਾਜਸਥਾਨ ਸ਼੍ਰੀ ਗੰਗਾਨਗਰ ਤੋਂ ਕਿਰਪਾਲ ਕੌਰ ਮੋਹਾਲੀ ਤੋਂ ਅਤੇ ਗਣੇਸ਼ ਸਿੰਘ ਅਤੇ ਸਰਵਨ ਦਾਸ ਮਹਿਤਾ ਡਾਕਟਰ ਸੁਖਰਾਜ ਸਿੰਘ ਅਤੇ ਮਨਜੀਤ ਕੌਰ ਅਤੇ ਰਾਜ ਸਿੰਘ ਅਤੇ ਜੱਸੀ ਕੌਰ ਅਤੇ ਬਰਾੜ ਬਰਾੜ ਸੁਖਰਾਜ ਸਿੰਘ ਸੁਖਰਾਜ ਕੌਰ ਗਰੇਵਾਲ ਸੰਤ ਧਾਲੀਵਾਲ ਅਤੇ ਲਾਭ ਸਿੰਘ ਰਮਾਣਾ ਸ਼ੇਖਪੁਰਾ ਬਠਿੰਡਾ ਅਤੇ ਗੁਰਮੀਤ ਕੌਰ ਅਤੇ ਸਰਨੀਤ ਸਿੰਘ ਦੋ ਵਾਰੀ ਅਤੇ ਰਮਨਪ੍ਰੀਤ ਸਿੰਘ ਜਗਰਾਜ ਸਿੰਘ ਅਤੇ ਸੁਰਿੰਦਰ ਗਿੱਲ ਭੋਲਾ ਗਿੱਲ ਅਤੇ ਅਨੋਨ ਅੜੀਆ ਗੀ ਮਨਜੀਤ ਕੌਰ ਭੁਪਿੰਦਰ ਸਿੰਘ ਖਰੌੜ ਅਤੇ ਸੋਨੂੰ ਸਿੰਘ ਅਤੇ ਸੰਜੀਵ ਸਿੰਘ ਧੰਨਵਾਰ ਇਹਨਾਂ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਇਸ ਤਰ੍ਹਾਂ ਸਾਨੂੰ ਕਮੈਂਟ ਕਰਦੇ ਕਰੋ ਅਤੇ ਜਿਹੜੇ ਵੀਰ ਸਾਨੂੰ ਇਸ ਵੀਡੀਓ ਤੋਂ ਕਮੈਂਟ ਕਰਨੇ ਉਹ ਅਗਲੀ ਵੀਡੀਓ 'ਚ ਬੋਲੇ ਜਾਣਗੇ ਤੁਹਾਨੂੰ ਪਤਾ ਹੀ ਆ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਾਂ ਚੈਨਲ ਦਾ ਨਾਮ ਪਤਾ ਹੀ ਆ ਚੰਨੀ ਵਾਲਿਆਂ ਵਾਲੀ ਅਤੇ ਇਸ ਨੂੰ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਬਹੁਤ ਘੱਟ ਕਰਦੇ ਹੋ ਅਤੇ ਸਾਨੂੰ ਜਿਸੇ ਵੀਰ ਨੇ ਕੋਈ ਸਟੋਰੀ ਦੇਣੀ ਹੁੰਦੀ ਹੈ ਅਤੇ ਸਟੋਰੀਆਂ ਵੀ ਦੇ ਸਕਦਾ ਫੋਨ ਨੰਬਰ ਬੋਲ ਦਿੱਤਾ 6283409 ਇਹਦੇ 4 ਵਜੇ ਤੋਂ ਬਾਅਦ ਕਾਲ ਕਰ ਸਕਦਾ ਪਹਿਲਾਂ ਅਸੀਂ ਬਿਜ਼ੀ ਹੁੰਦੇ ਹਾਂ 4 ਵਜੇ ਤੋਂ ਬਾਅਦ ਕਾਲ ਕਰ ਸਕਦਾ ਜੇ ਗੱਲ ਕਰਨੀ ਵੀ ਆ WhatsApp ਤੇ ਮੈਸੇਜ ਕਰਕੇ ਤੁਸੀਂ ਕਰ ਸਕਦੇ ਹੋ ਜੇ ਫੋਨ ਨਹੀਂ ਵੀ ਲੱਗਦਾ ਜਾਂ ਨਹੀਂ ਲਾਉਣਾ ਚਾਹੁੰਦੇ ਹਾਂ WhatsApp ਤੇ ਗੱਲ ਕਰੋ ਤੇ ਆਲਵੇਜ਼ ਤੁਹਾਡੇ ਲਈ ਅਸੀਂ ਮੌਜੂਦ ਰਹਾਂਗੇ ਤੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਤੁਹਾਡੇ ਨਾਮ ਵੀ ਇਸ ਵੀਡੀਓ 'ਚ ਬੋਲੇ ਜਾਇਆ ਕਰਨਗੇ ਕਿਉਂਕਿ ਜਦੋਂ ਕੋਈ ਬੰਦਾ ਕਮੈਂਟ ਕਰਦਾ ਨਾ ਸਾਨੂੰ ਉਹਦੇ ਨਾਲ ਹੋਰ ਹੌਸਲਾ ਮਿਲਦਾ ਕਿ ਜੇ ਕੰਮ ਹੋਰ ਵਧੀਆ ਕਰੀਏ ਤਾਂ ਕਰਕੇ ਸੋਹਣੇ ਸੋਹਣੇ ਕਮੈਂਟ ਕਰਦੇ ਰਿਹਾ ਕਰੋ ਤੇ ਬਸ ਕੱਲਾ ਲਾਈਕ ਨਾ ਕਰਿਆ ਕਰੋ ਵੀ ਜੇ ਇੱਕ ਤੁਸੀਂ ਛੋਟਾ ਜਿਹਾ ਕਮੈਂਟ ਵੀ ਕਰ ਦਿਓ ਇਹਦਾ ਸਾਨੂੰ ਹੋਰ ਹੌਸਲਾ ਮਿਲਦਾ ਕਿ ਅਸੀਂ ਹੋਰ ਵਧੀਆ ਵੀਡੀਓ ਬਣਾਈਏ ਤੇ ਆਪਦੀ ਰਾਏ ਜ਼ਰੂਰ ਦਿਆ ਕਰੋ ਵੀਡੀਓ 'ਚ
ਵੀ ਕਿੱਥੇ ਤੁਹਾਨੂੰ ਕਮੀ ਲੱਗੀ, ਕਿਹੜਾ ਭਾਗ ਤੁਹਾਨੂੰ ਵਧੀਆ ਲੱਗਿਆ, ਕਿਹਦੇ ਡਾਇਲੋਗ ਵਧੀਆ ਲੱਗੇ, ਕਿਹਦੀ ਐਕਟਿੰਗ ਵਧੀਆ ਲੱਗੀ, ਤਾਂ ਕਿ ਸਾਨੂੰ ਪਤਾ ਲੱਗਦਾ ਰਹੇ। ਅਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ।